ਪਹਿਲਾਂ ਜਾ ਕੇ ਨਾ ਚੰਗੀ ਚਾਹ ਵੀ ਬਣਾ ਕੇ ਵਧੀਆ ਫੇਰ ਕਰਾਂਗੇ ਗੱਲ ਕੋਈ ਚਾਹ ਪੀਣੀਆ ਵਧੀਆ ਕੰਡੇ ਵਾਲੀ ਨਾਲੇ ਰਿਸ਼ਤੇ ਵਾਲਿਆਂ ਨਾਲ ਕਰਦੇ ਆ ਗੱਲ ਅੱਜ ਲੈ ਵੀ ਜਾਣਿਆ ਪਹਿਲਾਂ ਚਾਹ ਪੀ ਅੱਜ ਕੰਡੇ ਵਾਲੀ ਲੈ ਸ਼ੇਰਾ ਪੂਰਾ ਆਮਗਾ ਲੈ ਹੁਣ 10 ਮਿੰਟ ਉਹ ਵੀ ਥੱਕ ਗਿਆ ਹੋਏਗਾ ਉਹ ਸੁਖਪਾਲ ਚਾਹ ਲੈ ਕੋਟ ਆ ਗਈ ਆ ਗਈ ਚਾਹ ਵੀ ਤਿਆਰ ਹੀ ਵੈ ਬਸ ਇੱਥੇ 10 ਮਿੰਟ ਤੂੰ ਆਰਾਮ ਕਰ ਚਾਹ ਪੀ ਕੇ ਆਪਾਂ ਚੱਲਦੇ ਹਾਂ ਹਾਂ ਇਹਨੂੰ ਗਲੀਆਂ ਦੇ ਗੇੜੇ ਦਵਾਉਣੇ ਆ ਨਾ ਨਾਲੇ ਆਪ ਦੇਣੇ ਆ ਗੇੜੇ ਉਹ ਫਿਰ ਆਇਆ ਨਾ ਇਹ ਤਾਂ ਮੇਰੇ ਨਾਲ ਹੀ ਰਹਿੰਦਾ ਮੈਂ ਇਹਨੂੰ ਵੱਖ ਕਿੱਥੋਂ ਕਰਦਾ ਇਹ ਤਾਂ ਮੇਰੀ ਜਿੰਦਾ ਜਿੰਦਾ ਹਾਂ ਇਹ ਤਾਂ ਜਿੰਦਾ ਜਿੰਦਾ ਮੁੰਡੇ ਦਾ ਵੀ ਦੇਖ ਲਿਆ ਕਰ ਮੁੰਡੇ ਦਾ ਵੀ ਧਿਆਨ ਰੱਖ ਲਿਆ ਕਰ ਆ ਖੁੰਡਾ ਇਹ ਰਹਿ ਕੇ ਗਲੀਆਂ ਚ ਤੁਰਿਆ ਫਿਰਦਾ ਰਹਿੰਦਾ ਹੈਗਾ ਉਹ ਜਾਣਾ ਪੈਂਦਾ ਜੇ ਮੈਂ ਨਾ ਜਾਊਂ ਕੌਣ ਜਾਊਗਾ ਤੂੰ ਤਾਂ ਇਮੇ ਹੀ ਲੱਗੀ ਰਹਿੰਦੀ ਆ ਜਮਾ ਬਾਹਰ ਨਹੀਂ ਜਾਣਦੀ ਜੇ ਬੰਦਾ ਬਾਹਰ ਜਾਊਗਾ ਫੇਰ ਹੀ ਪਤਾ ਲੱਗੂ ਖਬਰਸਾਰ ਦਾ ਓਹੋ ਉਹ ਤਾਂ ਠੀਕ ਐ ਮੁੰਡੇ ਦੀ ਖਬਰਸਾਰ ਤਾਂ ਮੈਂ ਤੈਨੂੰ ਕਹਿਨੀ ਆ ਸਾਲ ਪਰ ਹੋ ਗਿਆ ਮੰਗੇ ਨੂੰ ਹੁਣ ਕੋਈ ਵਿਆਹ ਉਹਦੀ ਤਿਆਰੀ ਕਰ ਲੈ ਕਹੇਦੇ ਗਾਂਹ ਵਾਲਿਆਂ ਨੂੰ ਵੀ ਓਹੋ ਉਹ ਤਾਂ ਮੈਂ ਆਪ ਹੀ ਸੋਚੀ ਜਾਨਾਂਗਾ ਵੀ ਉਹਨਾਂ ਨਾਲ ਗੱਲ ਕਰਾਂਗੇ ਫੇਰ ਹੀ ਪਤਾ ਲੱਗੂਗਾ ਬਸ ਹੁਣ ਕੰਨ ਕੋਲ ਕੰਤਾ ਨਿਬੜ ਗਿਆ ਹੁਣ ਕਰਦਿਆਂ ਗੱਲ ਉਹਨਾਂ ਨਾਲ ਬਸ ਚੱਲ ਚੰਗੀ ਗੱਲ ਆ ਆ ਨਾ ਤਾਂ ਤੂੰ ਆਪ ਘਰੇ ਖੜਦਾ ਉਹ じゃ ਮੁੰਡਾਗਾ ਹੁਣ ਉਹ ਕਿੱਥੇ ਚੰਨੀ ਮੈਂ ਤੈਨੂੰ ਪੁੱਛਦਾ ਕਿੱਥੇ ਆ ਤੂੰ ਮੈਨੂੰ ਪੁੱਛੀ ਜਾਂਦੀ ਆ ਦੱਸ ਮੇਰੇ ਘੀਟੇ ਚ ਪਾਇਆ ਵਾ ਉਹ ਜਿਵੇਂ ਤੂੰ ਨਿਕਲ ਜਾਂਦਾ ਬਿਨਾਂ ਇਹ ਦੱਸੇ ਉਹ ਚੁੱਪ ਕਰਕੇ ਖਿਸਕ ਜਾਂਦਾ ਘਰ ਉਹ ਮੜਾਇ ਘੂਰ ਕੇ ਰੱਖਿਆ ਘਰ ਜੇ ਉਹਨੂੰ ਮੈਂ ਘੂਰ ਲਾ ਨਾ ਲੱਗ ਜਾਣਾ ਫੇਰ ਕਹਿੰਦੇ ਨਹੀਂ ਜਵਾਬ ਬਰੋਬਰ ਦਾ ਦੇਖ ਲੈ ਹੁਣ ਤੇਰੀ ਮਰਜ਼ੀ ਆ ਜੇ ਮੈਂ ਮਾ ਮੜਮ ਮੋਟਾ ਨੂੰ ਕਹੂੰਗਾ ਫੇਰ ਹੀ ਆ ਤੂੰ ਕਹਿ ਨਹੀਂ ਦਿੰਦੀ ਮੈਂ ਹੋਰ ਤੈਨੂੰ ਕਿਉਂ ਕਹਿਨੀ ਆ ਵੀ ਵਧੀਆ ਹੁਣ ਸਾਲ ਭਾਰ ਹੋ ਗਿਆ ਵਿਆਹ ਦੇ ਉਹਨੂੰ ਘਰੇ ਥੋੜਾ ਧਿਆਨ ਰਹੂਗਾ ਨਹੀਂ ਬਾਹਰ ਹੀ ਤੁਰਿਆ ਫਿਰਦਾ ਹੈਗਾ ਕਦੇ ਕਿਸੇ ਮੁੰਡੇ ਨਾਲ ਮੈਂ ਤੈਨੂੰ ਕਹਾਂਦਾ ਹੈਗਾ ਕਈ ਵਾਰੀ ਮੈਨੂੰ ਮੈਨੂੰ ਮਾਰਾ ਮੋਟਾ ਇਹ ਤਾਂ ਕੰਮ ਲੈ ਜਾਇਆ ਕਰਨ ਤੇ ਜੇ ਮਾਰਾ ਮੋਟਾ ਜਵਾਬ ਦੇ ਫਿਰੂਗਾ ਫੇਰ ਹੀ ਉਹਨੂੰ ਪਤਾ ਲੱਗੂ ਵੀ ਖੁੰਡਾ ਊੜੇ ਕੋਲੇ ਫੇ ਡਰਦਾ ਰਹਿੰਦਾ ਇੰਨੇ ਨਾਲ ਅਗਲਾ ਨਾ ਹੁਣ ਆ ਉਹਦੇ ਲੱਤ ਦੇ ਘਕਾਉਣੇਗਾ ਖੁੰਡਾ ਤੇ ਬੋਲ ਉਹ ਲੱਤ ਤੇ ਨਾ ਮਾਰੂ ਹੋਰ ਮਾਰੂਗਾ ਥੋੜਾ ਪਿਆ ਲੱਤ ਤਾਂ ਤਾਹ ਦੱਕ ਤੇ ਮਾਦੀ ਮਾਰੀ ਇੱਕ ਦੋ ਦਾ ਲੈ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਹੈਗੀਆਂ ਉਹਨੂੰ ਘਰੇ ਉਹ ਕਹਿ ਦਾਂਗੇ ਆਪਾਂ ਇਹ ਕੀ ਗੱਲ ਹੈ ਹੁੰਡੇ ਨਾਲ ਸਮਝਾਉਣ ਵਾਲੀ ਕੋਈ ਗੱਲ ਹੈਗੀ ਹੋਰੀ ਗੱਲਾਂ ਕਰੀ ਜਾਂਦਾ ਤੂੰ ਦਾ ਚਾਊਟ ਕਰੀ ਜਾਂਦਾ ਸੀਗਾ ਮੈਂ ਕਿੱਦੇ ਮਾਰਿਆ ਉਹਦੇ ਆਹੋ ਤੂੰ ਮੈਨੂੰ ਐਂ ਦੱਸਾ ਉਹਨਾਂ ਕੋਲ ਮੈਂ ਜਾ ਕੇ ਆਵਾਂ ਚਪਚੋਲੇ ਨੂੰ ਭੇਜਾਂ ਨਾ ਮੈਂ ਤਾਂ ਕਹਿੰਦੀ ਤੂੰ ਬਚੋਲੇ ਨੂੰ ਫੋਨ ਫਾਨ ਕਰਦੀ ਚਾਹੇ ਬਚੋਲੇ ਕੋਲੇ ਜਾ ਆ ਘਰੇ ਤੇ ਸਾਨੂੰ ਤਾਂ ਕਾ ਵਿਆਹ ਘੜਾ ਕੇ ਦਿਓ ਐਨਾ ਟਾਈਮ ਨਹੀਂ ਪਾਈਦਾ ਹੁੰਦਾ ਨਾਲੇ ਉਹ ਮੈਨੂੰ ਐਂ ਸੀ ਮੈਂ ਬਚੋਲੇ ਦੀ ਗੱਲ ਚਾਦੀ ਹੁੰਦਾ ਜੇ ਮੈਂ ਸਿੱਧੀ ਗੱਲ ਕਰ ਲਾ ਉਹਨਾਂ ਨਾਲ ਨੰਬਰ ਹੈਗਾਗਾ ਬਹੁਤ ਤੇਰੀ ਮਰਜ਼ੀ ਹੈ ਹੋਰ ਸਿੱਧੀ ਗੱਲ ਆਪ ਨੂੰ ਪਤਾ ਲੱਗ ਜਾ ਕਿ ਕਹਿੰਦੇ ਆ ਜੇ ਬਚੋਲੇ ਨੇ ਆ ਕਹਿੰਦਾ ਅੱਧੀ ਗੱਲ ਦਾ ਫੇਲ ਲੁਕੋ ਰੱਖ ਜੂ ਆਪ ਨੂੰ ਸਿੱਧਾ ਪਤਾ ਲੱਗ ਜਾ ਉਸ ਹਾਂ ਬਲੇ ਇੰਤਜ਼ਾਮ ਕਰਾਂਗੇ ਆਪਾਂ ਵਿਆਹ ਕਰਕੇ ਬਹਲੇ ਕਰਦੇ ਬਸ ਤੇਰੀ ਮਰਜ਼ੀ ਹੈ ਫਿਰ ਜਿਵੇਂ ਤੈਨੂੰ ਚੰਗਾ ਲੱਗਦਾ ਕਰ ਆਈ ਤੁਹਾਨੂੰ ਗੱਲ ਚੱਕ ਲਾਂਗੇ ਦੇਖੋ ਭਾਈ ਪੈਣੀ ਪੱਟਾ ਸਾਂਝਤਾ ਕਰਕੇ ਗੱਲ ਉਹਨਾਂ ਨਾਲ ਸਾਰੀ ਇਹ ਆਪਾਂ ਗੱਲ ਕਲੀਅਰ ਕਰ ਲਾਂਗੇ ਹੋਰ ਹੋਰ ਹੁਣ ਐਵੇਂ ਗੱਲ ਚੱਲ ਨਾਲੇ ਘਰੇ ਇੱਕ ਜੀ ਹੋਰ ਆਊਗਾ ਨਾਲੇ ਮੈਨੂੰ ਸੁਖ ਹੋ ਜਾਊਗਾ ਨਾ ਤਾਂ ਤੇਰੀ ਗੱਲ ਠੀਕ ਆ ਸੁਖਾਲਾ ਮਦਮ ਕਿਹਾ ਸੀਗਾ ਜਿੰਨੇ ਦਿਨ ਵਿਆਹ ਨਹੀਂ ਹੁੰਦਾ ਤੂੰ ਕੰਮ ਆਈ ਲੜਾ ਨਾਈਟ ਲਿਮਿਟ ਠੀ ਰਹਿਣੀ ਆ ਉਹ ਚੱਲ ਕੋਈ ਨਹੀਂ ਆਪਦੇ ਕਰੇ ਬਿਨਾਂ ਨਾ ਕੰਮ ਸਮਰਦੇ ਨਹੀਂ ਨਾਲੇ ਆ ਕੰਮ ਵਾਲੀਆਂ ਕਿਹੜਾ ਕੰਮ ਕਰਦੀਆਂ ਗਈਆਂ ਉਹ ਕਰਦੀਆਂ ਤਾਂ ਨਹੀਂ ਇਹ ਜਾਂ ਜਿਹੇ ਜਿਹਾਂ ਕਰਦੀਆਂ ਉਹ ਜਿਆ ਕਰਾਇਆ ਕਰ ਜਿੰਨਾ ਕ ਤੇਥੋਂ ਦੇ ਬਾਅਦ ਹੌਲੀ ਹੌਲੀ ਕਰ ਲਿਆ ਕਰ ਮੈਂ ਤਾਂ ਤੈਨੂੰ ਤਾਂ ਕਹਿ ਭਾਂਡਿਆਂ ਚ ਤਾਂ ਦੀ ਝੂਠ ਝਾੜੂ ਪੋਚਾ ਤਾਂ ਖੁੰਝਾ ਚਰੇਤਾ ਮੈਂ ਨਹੀਂ ਇਹ ਪਸੰਦ ਕਰਦੀ ਹੈਗੀ ਆਪਦੇ ਕੀਤੇ ਵਾਝਾ ਨਹੀਂ ਕੰਮ ਸਬਰ ਆਉਂਦਾ ਮੈਂ ਤਾਂ ਕੰਮ ਕਰ ਉਹ ਸਬਰ ਤਾਂ ਨਹੀਂ ਹੁੰਦਾ ਮੈਨੂੰ ਤਾਂ ਐ ਫਿਕਰ ਹੋਇਆ ਪਿਆ ਜੇ ਕੱਲ ਨੂੰ ਮੁੰਡਾ ਪਿਆ ਤਾਂ ਉਹਦੇ ਨਾਲ ਲੜੀ ਜਾਇਆ ਕਰੀ ਤੂੰ ਐ ਘਾਟਾ ਕਰਦਾ ਹੋਰ ਵੀ ਸਿਖਾ ਲੂ ਆਪਦੇ ਵਰਗੀ ਬਣਾ ਲੂਗੀ ਐ ਥੋੜੀ ਹੈਗਾ ਵੀ ਫਿਰ ਉਹਦਾਂ ਆਉਂਦੇ ਨਾਲ ਕੋਈ ਆਡਾ ਲੱਗਦਾ ਹੁੰਦਾ ਲੈ ਦੱਸ ਚਲ ਉਹ ਤਾਂ ਤੇਰੀ ਗੱਲ ਠੀਕ ਹੈ ਸਿਖਾ ਲਾਂਗੇ ਆਪਾਂ ਇਹ ਜੀ ਕੀ ਗੱਲ ਹੈਗੀ ਜਿਵੇਂ ਮੈਨੂੰ ਦੇਖੂਗੀ ਨੋ ਤੇ ਕੰਮ ਕਰਦੀ ਵੀ ਮੇਰੀ ਸੱਸਾਂ ਐ ਕੰਮ ਕਰਦੀ ਐ ਉਵੇਂ ਅਗਲੀ ਵੀ ਸਿੱਖ ਜੂਗੀ ਚਲ ਉਹ ਗੱਲ ਨਹੀਂ ਤੇ ਗਾ ਠੀਕ ਹੈ ਤੇ ਕਹਣਾ ਉਹ ਪਾਪਾ ਇਹ ਲੈਣੇ ਜੋ ਬੰਤਾ ਪੈਸੇ ਲੈ ਕੇ ਗਿਆ ਸੀਗਾ ਮੈਂ ਉਹਦੇ ਕੋਲ ਪੈਸੇ ਨੂੰ ਵੀ ਜਾਇਆ ਆਉਣਾ ਤੇ ਆ ਕੇ ਫਿਰ ਮੈਂ ਉਹਨੂੰ ਲਾਉਣਾ ਫੋਨ ਆਪਣੇ ਨੂੰ ਹੋਰ ਹੋਰ ਠੀਕ ਹੈ ਮੁੰਡੇ ਨੂੰ ਫੋਨ ਕਰਾ ਮੈਂ ਜਿਹਨੂੰ ਕਹਿੰਦਾ ਦੋ ਚਾਰ ਦਿਨ ਜੇ ਆਪਾਂ ਕੰਮ ਨਿਮੇੜ ਦੇਾਂਗੇ ਠੰਡੀ ਠੀੜੀ ਤੇ ਆਪਾਂ ਦੂਰ ਨਹੀਂ ਪਾਉਂਦੇ ਆਇਂ ਤਾਂ ਮੈਨੂੰ ਪਹਿਲਾਂ ਉਹਨੇ ਕਿਹਾ ਸੀ ਭਾਈ ਜਦੋਂ ਅਸੀਂ ਤੂੜੀ ਤਾਂ ਸੰਦ ਸਾਂਭਤਾ ਬਾਅਦ ਚ ਆਪਾਂ ਨਾਲ ਦੀ ਨਾਲ ਕਰ ਲਾਂਗੇ ਉਹ ਤਾਂ ਇੱਕ ਗੱਲ ਨੂੰ ਬਾਰੀ ਬਾਰੀ ਲੈ ਜਾ ਕਰ ਇੰਨਾ ਨੇ ਉਹ ਕਰ ਦਿੰਦੇ ਸੁਖ ਪਾ ਲੈ ਉਹਡਾਈ ਚੰਗਾ ਰਹੇਗਾ ਸਭ ਕੁਝ ਉਹ ਜੋ ਪਰਮਾਤਮਾ ਨੇ ਭਰੋਸਾ ਰੱਖਾ ਪਰਮਾਤਮਾ ਨੇ ਕਰਨਾ ਤੂੰ ਮੈਨੂੰ ਪਤਾ ਇੱਕ ਗੱਲ ਨਾਲ ਬਾਰੀ-ਬਾਰੀ ਸੋਚੀ ਜਾਂਦੀ ਰਹਿਣੀ ਆ ਤਾਂ ਹੀ ਤਾਂ ਫਿਰ ਬੱਕਰੇ ਦਾ ਬ੍ਰੈਡ ਘਟ ਗਿਆ ਤਾਂ ਹੀ ਘਟੂ ਗਈ ਉਹ ਬਦੂਆ ਲੈ ਹੋਰ ਹੁਣ ਮੇਰਾ ਤਾਂ ਹੁਣ ਮੈਂ ਤਾਂ ਸੋਚੀ ਜਾਂਦੀ ਰਹਿਣੀ ਆ ਹੋਰ ਹੁਣ ਕੀ ਕਰਾਂ ਉਹ ਇੰਨਾ ਸੋਚਾਂ ਮਾੜਾ ਹੁੰਦਾ ਤੈਨੂੰ ਉਹ ਡਾਕਟਰ ਨੇ ਕੀ ਕਿਹਾ ਸੀ ਇੱਕ ਗੱਲ ਨੂੰ ਬਾਰੀ-ਬਾਰੀ ਨਹੀਂ ਸੋਚੀਦਾ ਹੁੰਦਾ ਪਰਮਾਤਮਾ ਤੇ ਛੱਡ ਦੇ ਵਿਆਹ ਆ ਤੈਨੂੰ ਕਹਿੰਦਾ ਚਾਰ ਪੰਜ ਦਿਨਾਂ ਚ ਹੋ ਜੂਗਾ ਤਾਂ ਦੂਜੀ ਆਪਾਂ ਨੀਡੇ ਕੱਪੜਾ ਤਿਆਰ ਪਿਆਗਾ ਟੂਮਾ ਤਿਆਰ ਪੈਗਾ ਹੋਰ ਆਪਾਂ ਕੀ ਕਰਨਾਗਾ ਉਹ ਕਰ ਲੀਂ ਬਸ ਮੈਂ ਜਾ ਕੇ ਆਉਣ ਤੇ ਫੋਨ ਲਾ ਕੇ ਦੱਸ ਦੇਣਾ ਬਸ ਤਿਆਰੀ ਕਰ ਦੂੰ ਬਸ ਚਲ ਠੀਕ ਹੈ ਠੀਕ ਹੈ ਚੰਗਾ ਆ ਮੈਂ ਮਾੜਾ ਪੈਸੇ ਨੂੰ ਜਾਇਆ ਚਲ ਚੰਗਾ ਠੀਕ ਹੈ ਜੀ ਟੋਪੀ ਜੇ ਵੱਡੇ ਦੀ ਸਿੱਧੀ ਹੀ ਹੋ ਜਾਂਦੀ ਆ ਚੰਨੀ ਕੇ ਘਰ ਦੀ ਖਬਰ ਸਾਰ ਲੈ ਕੇ ਆਵਾ ਆ ਜਾ ਇਹਨੂੰ ਪੁੱਛ ਕੇ ਆਉਣੀ ਆ ਵੀ ਮੁੰਡੇ ਦਾ ਵਿਆਹ ਹੋ ਕਰਦੀ ਆ ਕਿ ਨਹੀਂ ਹੈ ਨੀ ਪੈਣੇ ਕਰਈਆਂ ਹਾਂ ਹਾਂ ਮਨਪ੍ਰੀਤ ਕਰਈਆਂ ਆਇਆ ਲੰਘਿਆ ਹੋਰ ਸੁਣਾ ਪੈਣ ਕੀ ਹਾਲਾ ਹਾਲਾ ਵਧੀਆ ਤੂੰ ਦੱਸ ਆਪਣਾ ਵਧੀਆ ਕਿਵੇਂ ਧੁੱਪੇ ਧੁੱਪੇ ਗੇੜੇ ਦਿੰਦੀ ਫਿਰਦੀ ਐ ਨਹੀਂ ਉੱਧਰ ਚੱਲੀ ਸੀ ਅੜਿਆ ਦਰਜੀ ਕੋਲੇ ਕੱਪੜੇ ਸਿਉਣੇ ਦਿੱਤੇ ਸੀਗੇ ਅੱਛਾ ਮੈਂ ਖਾ ਫੜ ਲਿਆ ਵਾਂ ਹਾਂ ਮੈਂ ਫਿਰ ਇੱਧਰ ਆ ਗਈ ਪਹਿਲਾਂ ਮੈਂ ਖਾ ਉੱਧਰ ਦੇਖਿਆ ਮੈਂ ਕੀ ਆ ਲੈ ਮੇਰਾ ਬੰਦਾ ਬੰਦਾ ਦੇਖ ਲੈ ਮੈਂ ਵੀ ਲਾਈਆਂ ਤੂੰ ਤਾਂ ਕੱਪੜਿਆਂ ਤੋਂ ਗੱਲ ਯਾਦ ਕਰਾਤੀ ਨੀ ਵਾ ਸੋਹਣਾ ਸੂਟ ਤਾਂ ਪਹਿਨੇ ਤੇ ਰੱਖ ਸੋਹਣਾ ਹੂੰ ਸੂਟ ਤਾਂ ਬਹੁਤ ਸੋਹਣਾ ਪਹਿਨੇ ਕੱਪੜਾ ਵੀ ਬਾਹਲਾ ਸੋਹਣਾ ਹਨਾ ਪੋਲਾ ਪੋਲਾ ਜਾ ਚੱਲ ਸੂਟਾਂ ਸਾਟਾਂ ਨੂੰ ਮਾਰ ਗੋਲੀ ਤੇ ਤੂੰ ਮੈਨੂੰ ਇਹ ਦੱਸ ਤੂੰ ਪਿੰਡ ਦੀ ਗੱਲ ਨਹੀਂ ਸੁਣੀ ਪਿੰਡ ਚ ਕੀ ਗੱਲ ਉੱਡੀ ਪਈ ਆ ਨਾ ਕੀ ਗੱਲ ਉੱਡੀ ਪਈ ਆ ਮੈਨੂੰ ਵੀ ਦੱਸ ਦੇ ਤੂੰ ਲੈ ਸੁਣ ਫਿਰ ਤੇਰੇ ਤਾਂ ਘਰ ਦੀ ਗੱਲ ਉੱਡੀ ਵੀ ਆ ਤੈਨੂੰ ਪਤਾ ਹੀ ਨਹੀਂ ਹੈਗਾ ਹੂੰ ਹਾਏ ਹਾਏ ਲੋਕੀ ਕਹਿੰਦੇ ਵੇ ਚੰਨੀ ਦਾ ਤਾਂ ਜਵਾਬ ਦੇ ਗਏ ਰਿਸ਼ਤੇ ਵਾਲੇ। ਓਹੋ ਤੂੰ ਖਬਰ ਸਾਰੀ ਨਹੀਂ ਦਿੱਤੀ ਵੀ ਹਾਂ ਜਵਾਬ ਹੋਗਾ ਤੇਰੇ ਮੁੰਡੇ ਦਾ। ਲੈ ਐਵੇਂ ਭੌਂਕਦੇ ਆ ਲੋਕ ਤਾਂ ਲੋਕਾਂ ਦਾ ਕੀ ਕਹਿਣਾਗਾ? ਮੇਰੇ ਤਾਂ ਸੁੱਖ ਨਾਲ ਹੁਣ ਨੂੰ ਆਜੂਗੀ, ਛੇਤੀ ਆਜੂਗੀ। ਸਾਲ ਹੋ ਗਿਆ ਮੰਗੇ ਨੂੰ ਗੱਲ ਸੁਣ ਲੈ ਮੇਰੀ। ਨਹੀਂ ਤਾਂ ਹੀ ਤਾਂ ਫਿਰ ਲੋਕਾਂ ਨੇ ਗੱਲਾਂ ਡਾਈਆਂ। ਪਹਿਲਾਂ ਮੇਰੀ ਗੱਲ ਸੁਣ ਲੈ। ਇਹੋ ਜੀ ਕੋਈ ਗੱਲ ਨਹੀਂ। ਕੁੜੀ ਨੇ ਪਲੱਸ 2 ਕਰਨੀ ਸੀਗੀ। ਸਮਝੀ? ਉਹ ਪੂਰੀ ਹੋ ਗਈ ਉਹਦੀ। ਨਾਲੇ ਉਹਨਾਂ ਨੇ ਦਾਣਾ ਫੱਕਾ ਕੱਢਣਾ ਸੀਗਾ। ਬਾਡੀ ਦਾ ਟਾਈਮ ਸੀ। ਆ ਹੁਣ ਵਿਆਹ ਅਸੀਂ ਤਾਂ ਮੰਗੀ ਆਨੇ ਆਗੇ। ਹਾਂ ਇੱਕ ਹੀ ਗੱਲ ਹੋ ਗਈ ਨੀ ਇਹ ਤਾਂ ਗੱਲਾਂ ਹੀ ਹੁੰਨ ਦੁਕਾਨਾਂ ਆ ਲੋਕਾਂ ਦੀ ਗੱਲਾਂ ਦੇਣਾ ਨਾਲੇ ਯਕੀਨ ਕਰਿਆ ਕਰੇ ਲੇਖ ਤੂੰ ਆਪ ਹੀ ਸੋਚ ਪਹਿਲਾਂ ਤਾਂ ਤੇਰੇ ਜਵਾਕ ਨਹੀਂ ਹੁੰਦਾ ਸੀ ਲੋਕੀ ਉਹ ਗੱਲਾਂ ਕਰਦੇ ਸੀ ਇਹਦੇ ਜਵਾਕ ਨਹੀਂ ਹੁੰਦਾ ਇਹਦੇ ਜਵਾਕ ਨਹੀਂ ਹੁੰਦਾ ਕਿੰਨੇ ਟਾਈਮ ਬਾਅਦ ਤੇਰੇ ਮੁੰਡੇ ਨੇ ਜਨਮ ਲਿਆ ਹੈ ਜੇ ਤੇਰਾ ਮੁੰਡੇ ਨੇ ਚਲ ਜਨਮ ਲਿਆ ਹੁਣ ਤੇਰੇ ਮੁੰਡੇ ਦਾ ਵਿਆਹ ਨਹੀਂ ਹੁੰਦਾ ਨੀ ਭੈਣੇ ਲੋਕਾਂ ਦਾ ਕੀ ਹੈ ਉਹ ਪ੍ਰਮਾਤਮਾ ਨੇ ਸੋਹਣੀ ਸੋਣ ਲਈ ਹਰੀ ਕੈਮ ਸੁਖਣਾ ਸੋਹਣਾ ਜਵਾਕ ਆ ਮੇਰਾ ਹੈ ਹੁਣ ਵਿਆਹ ਲੂੰਗੀ ਲੋਕਾਂ ਦਾ ਕੀ ਹੈ ਲੋਕ ਤਾਂ ਭੌਂਕਦੇ ਹੀ ਰਹਿੰਦੇ ਨੇ ਹਾਂ ਨਹੀਂ ਜਾਣੀ ਬੱਲੇ ਲੋਕ ਨਹੀਂ ਨਾ ਟਾਈਮ ਕਿੱਥੇ ਪੈਂਦਾ ਅੱਜ ਕੱਲ ਸਾਲ ਸਾਲ ਲੱਦਸ ਕੋਦੋਂ ਉਹਦਾ ਮੁੰਡਾ ਮੰਗਿਆ ਵਿਆਹ ਹੀ ਨਹੀਂ ਕੀਤਾ ਉਦੋਂ ਤੱਕ ਲੈ ਨੇ ਕਹਤਾ ਸੀ ਚੁੰਨੀ ਚੜਾ ਕੇ ਲੈ ਜਾ ਫਿਰ ਕਹਾ ਸਾਨੂੰ ਐਸੀ ਵੀ ਚੱਲ ਆਵਦੀ ਇਹ 12ਵੀਂ ਕਲੀਅਰ ਕਰ ਲੂਗੀ ਕੁੜੀ ਹੈ ਚੱਲ ਫਿਰ ਹੁਣ ਤਾਂ ਹੋ ਗਈ ਥੋੜਾ ਲੈ ਹੁਣ ਤਾਂ ਅਸੀਂ ਕਹੀ ਜਾਂਦੇ ਤੇਰੇ ਬਾਈ ਨੇ ਆਪ ਕਿਹਾ ਮੈਂ ਕਿਹਾਗਾ ਉਹਨੂੰ ਅਜੇ ਕੱਲ ਹੀ ਗੱਲ ਤੁਰ ਕੇ ਹਟੀ ਇਹ ਦੁਖਾ ਦੋਣੀ ਭੈਣੇ ਸਾਨੂੰ ਨਹੀਂ ਦਿਖਾਉ ਲਾ ਕੇ ਲੱਡੂ ਐਵੇਂ ਨਾ ਲੋਕਾਂ ਦੀਆਂ ਗੱਲਾਂ ਤੇ ਆ ਕੇ ਤੂੰ ਉਹ ਕਰਾ ਕਰਨ ਵਾਲਾ ਬੜਾ ਵਿਸ਼ਵਾਸ ਨਹੀਂ ਕਰੀਦਾ ਹੁੰਦਾ ਲੋਕਾਂ ਦੇ ਮੈਂ ਤੈਨੂੰ ਦੱਸਾਂ ਚੱਲ ਮੈਂ ਤਾਂ ਕਿੱਥੇ ਲੋਕਾਂ ਦੀ ਮਹਿ ਨਹੀਂ ਸੌਂਦੀਗੀ ਲੋਕੀ ਤਾਂ ਬਥੇਰੇ ਮੂੰਹ ਹੀ ਮੂੰਹ ਮਰੀ ਜਾਂਦੇ ਜਿਨ੍ਹਾਂ ਦੇ ਮੂੰਹ ਉਹਨਾਂ ਗੱਲਾਂ ਸੋਨੇ ਵਰਗੀ ਨੂੰ ਐਵੇਂ ਤੈਨੂੰ ਲਿਆ ਕੇ ਦਿਖਾਉਂ ਦੇਣਾ ਚੀ ਨਾਲੇ ਹਾਂ ਹਾਂ ਚੱਲ ਵਧੀਆ ਹਾਂ ਹੋਰ ਦੱਸ ਟਾਈਮ ਨਾਲ ਵਿਆਹ ਲਾ ਆਪ ਦਾ ਮੁੰਡਾ ਬਸ ਇਹੀ ਆ ਹੁਣ ਕੋਈ ਗੱਲ ਚਾਹ ਪਾਣੀ ਦੱਸ ਗੱਲਾਂ ਤਾਂ ਤੂੰ ਹੋਰ ਵਾਰ ਲੀ ਆ ਕੇ ਲੱਗ ਗਈ ਚਾਹ ਪਾਣੀ ਪੁੱਛ ਤੈਨੂੰ ਮੌਕਾ ਨਹੀਂ ਦਿੰਦਾ ਮੈਨੂੰ ਤਾਂ ਕੋਈ ਨਾ ਨਾ ਚਾਹ ਪਾਣੀ ਦੀ ਨਹੀਂ ਮੈਨੂੰ ਲੋੜ ਚਾਹ ਪਾਣੀ ਤਾਂ ਚਾਹ ਤਾਂ ਮੈਂ ਪੀਨੇ ਬਾ ਘਟ ਤਜਾ ਪਤਾ ਕਿੰਨਾ ਬੰਦ ਉੱਤੋਂ ਗਰਮੀ ਆਈ ਪਈ ਐ ਨਹੀਂ ਬਹਿ ਜਾਂਦੀ ਦੋ ਮਿੰਟ ਹੁਣ ਸੇਦੀ ਜੋੜੇ ਪਾਉਣ ਦੀ ਹੋਗੀ ਓਹੋ ਤੂੰ ਤਾਂ ਗੁੱਸਾ ਹੀ ਕਰ ਗਈ ਅੜਿਆ ਮੈਂ ਨਹੀਂ ਜਾਂਦੀ ਲੈ ਮੈਂ ਬਹਿ ਜਾਂਦੀ ਆ ਹੋਰ ਗੱਲਾਂ ਕਰ ਲੈਣੀਆਂ ਦੋ ਨਾਲੇ ਮੈਂ ਕਿਹੜਾ ਕੋਈ ਘਰੇ ਕੰਮ ਕਰਨਾ ਕੰਮ ਵਾਲੀ ਮੇਰੇ ਲਈ ਆ ਸਾਰਾ ਕੰਮ ਕਰ ਜਾਂਦੀ ਆ ਸਿੱਧਾ ਸਿੱਧਾ ਆ ਕੇ ਲੈ ਕਹਿੰਦੀ ਕੰਮ ਵਾਲੀ ਲਈ ਆ ਹੱਟੀ ਕੱਠੀ ਤਾਂ ਪਈਆਂ ਤੂੰ ਕੰਮ ਆਪੇ ਨਹੀਂ ਹੁੰਦਾ ਆ ਦੇਖ ਲੈ ਆ عمر ਤੇ ਮੈਂ ਕਾ ਆਪ ਕੰਮ ਕਰਦੀ ਆ ਨਾਲੇ ਆਪ ਦੇ ਸਮਾਰੇ বিনা ਕੋਈ ਨਹੀਂ ਚੱਜਣਾ ਸਮਾਰਦਾ ਆ ਕੰਮ ਵਾਲੀ ਆ ਕਿ ਚਗਲ-ਵਗਲ ਜੀ ਕਰ ਜਾਂਦੀਆਂ ਨੇ ਕਿ ਚਗਲ-ਵਗਲ ਮੈਂ ਨਹੀਂ ਕਰਨ ਦਿੰਦੀ ਫਿਰ ਮੈਂ ਤਾਂ ਕੋਲੇ ਖੜ ਕੇ ਕੰਮ ਕਰਾਉਂਦੀ ਆ ਕਿਹੋਂ ਪੈਸੇ ਦੇਣੇ ਆ ਭਣੇ ਆਪ ਦਾ ਕੰਮ ਨਾ ਤੂੰ ਆਪ ਕਰਿਆ ਕਰ ਮੈਂ ਤੈਨੂੰ ਦੱਸਾਂ ਹਾਂ ਤਾਂ ਚੰਗੀ ਗੱਲ ਐ ਨਹੀਂ ਤਾਂ ਹੱਡ-ਗੋਡੇ ਨਾ ਸੁਦੇਹੀ ਜੁੜ ਜਾਂਦੇ ਨੇਗੇ ਲੈ ਕੰਮ ਤਾਂ ساری ਉਮਰ ਹੀ ਕਰੀ ਜਾਣੇ ਆ ਆਹੀ ਤਾਂ ਐਸ਼ ਦੇ ਦੇਣਾ ਐਸ ਤਾਂ ਲੈ ਲਗੇ ਹੁਣ ਜਦੋਂ ਰੱਬ ਨੇ ਸਾਰਾ ਕੁਝ ਦਿੱਤਾ ਆਪਣੇ ਘਰੇ ਤੇ ਕੰਮ ਵਾਲਿਆਂ ਲਾ ਕੇ ਕੰਮ ਕਰਾਓ ਪੈਸੇ ਦੋ ਨਾਲੇ ਵਿਚਾਰ ਕਰੋ ਨਾ ਦਾ ਰੋਜ਼ਗਾਰ ਐਵੇਂ ਐਸੀ ਪੱਲੇ ਰਹਿ ਜਾਂਦੀ ਐ ਹਾਂ ਜੇ ਕੰਮ ਕਰਾਂਗੇ ਕੋਈ ਬਿਮਾਰੀਆਂ ਲੱਗਦੀਆਂ ਆ ਦੇਖ ਲਾ ਆਪ ਕੰਮ ਕਰਦੀਆਂ ਹਾਲ ਤੱਕ ਠੀਕ ਠਾਕ ਆ ਕੋਈ ਹੱਡ ਗੋਡਾ ਤਾਂ ਨਹੀਂ ਦੁਖਦਾ ਕੀ ਆਖਣਾ ਕਦੇ ਮਾੜਾ ਮੋਟਾ ਬਲੱਡ ਵਲਟ ਜਾ ਕੱਢ ਜੇ ਹਾਂ ਲੈ ਨੀ ਕੰਮ ਤਾਂ ਸਾਰੀ ਜ਼ਿੰਦਗੀ ਕਰੀ ਜਾਣੇ ਆ ਬਥੇਰੀ ਜ਼ਿੰਦਗੀ ਪਈ ਆ ਹੁਣ ਰੱਬ ਨੇ ਸਾਰਾ ਕੁਝ ਦਿੱਤਾ ਆਪਣੇ ਕੋਲੇ ਪੈਸੇ ਤੇ ਲਦੀ ਨਹੀਂ ਕੰਮੀ ਸਾਰਾ ਕੁਝ ਹੈਗਾ ਫਿਰ ਐਸ਼ ਕਰੋ ਐਸ ਦੀ ਜ਼ਿੰਦਗੀ ਜਿਓ ਨਾਲੇ ਆ ਕੰਮ ਵਾਲੀਆਂ ਲਾਓ ਆਪਦਾ ਕੰਮ ਕਰਾਓ ਵਿਚਾਰਾਂ ਦਾ ਉਹਨਾਂ ਦਾ ਵੀ ਰੋਜ਼ਗਾਰ ਆ ਉਹਨਾਂ ਨੂੰ 4 ਪੈਸੇ ਬਣ ਜਾਂਦੇ ਚੱਲ ਚੰਗਾ ਭੈਣੀ ਚੰਗੀ ਗੱਲ ਐ ਤੂੰ ਐ ਸੋਚਦੀ ਐ ਚੱਲ ਮੇਰੀ ਤਾਂ ਹੁਣ ਨੂ ਰਾਣੀ ਆ ਜੂਗੀ ਆਪੇ ਕਰ ਲਿਆ ਕਰੂਗੀ ਜਿੰਨਾ ਚਿਰ ਹੋਊਗਾ ਹੁੰਦਾ ਕਰੂਗੀ ਬਰਾਬਰ ਨਹੀਂ ਮੈਥੋਂ ਤਾਂ ਭਾਈ ਬੈਠਿਆ ਨਹੀਂ ਜਾਂਦਾ ਹੈਗਾ ਮੈਂ ਤੈਨੂੰ ਦੱਸਾਂ ਹਾਂ ਹੋਰ ਫਿਰ ਹੁਣ ਤੇਰਾ ਤਾਂ ਸੁੱਖ ਨਾਲ ਮੁੰਡਾ ਗੱਭਰੂ ਆ ਵਿਆਹਣ ਵਾਲਾ ਹੁਣ ਫਿਰ ਮੇਰੇ ਕਿਹੜੇ ਜਵਾਕ ਵਿਚਾਰੇ ਹਜੇ ਵੱਡੇ ਅਗੇ ਤੂੰ ਚੱਲ ਕੋਈ ਨਾ ਸੁੱਖਣਾ ਸਭ ਕੁਝ ਹੀ ਹੁੰਦਾ ਕੋਈ ਨਹੀਂ ਸਭ ਕੁਝ ਹੀ ਹੋ ਜਾਂਦਾ ਹੁੰਦਾ ਨਾਲੇ ਅਸੀਂ ਤਾਂ ਭਈਆ ਨੌਕਰਾਂ ਚੱਕਰਾਂ ਜੇ ਤਾਂ ਮੇਰਾ ਤਾਂ ਜੀ ਨਹੀਂ ਕਰਦਾ ਹੈਗਾ ਤੈਨੂੰ ਮੈਂ ਪਹਿਲਾਂ ਵੀ ਕਹਿਨੀ ਆ ਮੇਰਾ ਤਾਂ ਨਾ ਇਹਨਾਂ ਨੂੰ ਘਰੇਵਾੜ ਨੂੰ ਜੀ ਨਹੀਂ ਕਰਦਾ ਹੈਗਾ ਫਿਰ ਇਹ ਚਾਂਬਲ ਜਾਂਦੀਆਂ ਨਹੀਂ ਆ ਉਹ ਤਾਂ ਆਪ ਦੇ ਸਾਰੇ ਗਾਣੀ ਕਿਵੇਂ ਸਾਰੇ ਆਪ ਕਰਦੀਆਂ ਸਾਰੇ ਆਪ ਕਰਦੀਆਂ ਮੇਰੀ ਮਾਂ ਵੀ ਆਪ ਕੰਮ ਕਰਦੀ ਉਹੀ ਮੇਰਾ ਰੱਟ ਮੈਂ ਕਿੰਨਾ ਦਾਉਂ ਹੀ ਦੈਲੀ ਨਹੀਂ ਵੱਡਾ ਹੁੰਦਾ ਵੈਸੇ ਇਹਨੂੰ ਨਹੀਂ ਰੱਬ ਤਾਂ ਮੇਰੇ ਘਰ ਵੀ ਸਭ ਕੁਝ ਸਾਧਿਲ ਕਿਉਂ ਨਹੀਂ ਵੱਡਾ ਹੁੰਦਾ ਇਹ ਕੀ ਗੱਲ ਕਹੀ ਤੇ ਕੁੜੇ ਮਾਨਪ੍ਰੀਤੋ ਹਾਂ ਸਹੀ ਗੱਲ ਕਹੀ ਆ ਮੈਂ ਤੇਰਾ ਦਿਲ ਨਹੀਂ ਬਗਦਾ ਕਿ ਮੈਂ ਉਹਨੂੰ ਪੈਸੇ ਦਵਾਂਗੀ ਆ ਝਾੜੂ ਪੋਚਾ ਕਰ ਕਰ ਕੇ ਤਾਂ ਮਿੰਟ ਚ ਅਗਲੀ ਮਹੀਨੇ ਮੈਨੂੰ ਤਾਂ ਵਾੜੀ ਗੱਲ ਮੁਕਾਗ ਮੈਨੂੰ ਪਸੰਦ ਨਹੀਂ ਆਉਂਦਾ ਕੋਲੇ ਖੜ ਕੇ ਕਰਾਇਆ ਹੋਵੇ ਮੇਰੇ ਵਾਂਗੂ ਪਸੰਦ ਤੈਨੂੰ ਉਹਨੇ ਟਾਈਮ ਤੇ ਜਨੇਟਰ ਤੇ ਕੋਲੇ ਖੜੇਂਗੇ ਉਹਨੇ ਚਰਚ ਤੇ ਆਪਾਂ ਕੰਮ ਨਾ ਵੇੜ ਕੇ ਵੇਹਲੀਆਂ ਹੋ ਜਾਣੀਆਂ ਗੀਆਂ ਕੱਲਾ ਕਿਹੜੀ ਕਰਦੀਆਂ ਤੂੰ ਇਹ ਚੰਗਾ ਤੇਰੇ ਨਾਲ ਬਰਾਬਰੀ ਹੁਣ ਮੈਂ ਕਿੱਥੋਂ ਕਰ ਲਵਾਂ ਲਾ ਤੂੰ ਕਰ ਲੈਨੀ ਆ ਵਧੀਆ ਏ ਹੁਣ ਤੇਰੀ ਤਾਂ ਭਲਕੇ ਨਾ ਆਜੂਗੀ ਉਹ ਕਰਾ ਲਿਆ ਕਰੂਗੀ ਅੜਾ ਚੰਗਾ ਮੈਂ ਤਾਂ ਚੱਲੀ ਆ ਅੱਛਾ ਹੋ ਗਿਆ ਹੁਣ ਟਿੱਡ ਵਿਹਲਾ ਨਹੀਂ ਟਿੱਡ ਨੂੰ ਮੇਰਾ ਟਿੱਡ ਪਾਰਾ ਕਦੋਂ ਸੀ ਉਹ ਤਾਂ ਜਿਹੜੀ ਕੋਈ ਗੱਲ ਮੈਨੂੰ ਬਾਹਰ ਸੁਣ ਜਾਂਦੇ ਆਪਣੇ ਮੈਂ ਤੇਰੇ ਨਾਲ ਆ ਕੇ ਕਰ ਲੈਣੀ ਆ ਇਹ ਬਾਹਰ ਆ ਗੱਲਾਂ ਹੋਈ ਜਾਂਦੀਆਂ ਮੈਂ ਵੀ ਤਾਂ ਤੈਨੂੰ ਉਹੀ ਕਹਿਨੀ ਆ ਮਜ਼ਾਕ ਚ ਹੁਣ ਵਿਹਲਾ ਹੋ ਗਿਆ ਟਿੱਡਾ ਹੋਰ ਕੀ ਦੱਸ ਉਹ ਤਾਂ ਗੁੱਸਾ ਜਿਹਾ ਹੀ ਕਰਕੇ ਕੋਈ ਨਹੀਂ ਹਾਂ ਤੂੰ ਮੈਨੂੰ ਸਭ ਪਤਾ ਤੂੰ ਮੈਨੂੰ ਕਿੱਥੋਂ ਗੱਲ ਕਹਿਨੀ ਆ ਤੈਨੂੰ ਤਾਂ ਆ ਵੀ ਮੈਂ ਚੁਗਲੀਆਂ ਕਰਦੀ ਮੇਰੀ ਇਹ ਆਦਤ ਹੈ ਨਹੀਂ ਗੁੱਸਾ ਨਹੀਂ ਕਰਦੇ ਹੁੰਦੇ ਮਨਪ੍ਰੀਤ ਤੇ ਚੱਲ ਚੰਗਾ ਚੰਗਾ ਮੈਂ ਇਹ ਕੰਮ ਵਾਲੀ ਨਹੀਂ ਲਾਉਂਦੀ ਮੈਂ ਤਾਂ ਆਪ ਕੰਮ ਕਰਦੀ ਆ ਮੈਨੂੰ ਕਿਸੇ ਦਾ ਕੰਮ ਪਸੰਦ ਨਹੀਂ ਹੁੰਦਾ ਪਸੰਦ ਨਹੀਂ ਹੁੰਦਾ ਕੰਮ ਕੰਜੂਸਪਣਾ ਕਰਦੀ ਆ ਕੰਜੂਸ ਤਾਂ ਹੈਗੀ ਆ ਐਵੇਂ ਹੀ ਬਸ ਆ ਜਦੋਂ ਮੁੰਡੇ ਜਿਹਦਾ ਸਗਣ ਕੀਤਾ ਸੀ ਉਦੋਂ ਮੋਸਾ ਹੀ ਘਿਰ 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 ਘਰ ਕਰ ਕਰਕੇ ਸਗਣ ਪਾ ਕੇ ਆਈ ਹਣ ਵਿਆਹ ਨਹੀਂ ਕਰਦੀ ਛੇਤੀ ਮਾਂ ਵੀ ਲੜਦੀ ਉਹ ਦੁਪਹਿਰਾ ਹੋ ਗਿਆ ਆ ਬੈਠੀ ਮure ਮਾਂ ਆਇਆ ਆ ਮੈਂ ਤੈਨੂੰ ਢਿੱਕੀ ਆਂਦੀ ਸੀ ਘਰੇ ਮਿੱਟੀ ਚ ਜਾ ਕਰੋ ਕੀ ਕੰਮ ਹੈ ਲੈ ਕਹਿੰਦਾ ਕੀ ਕੰਮ ਹੈ ਅਚਾ ਕਰੇ ਮਾਂ ਨੂੰ ਕੰਮ ਨਹੀਂ ਹੋ ਸਕਦੇਗੇ ਹੁਣ ਤੁਸੀਂ ਕਰ ਲਿਆ ਘਰ ਕੰਮ ਮੈਥੋਂ ਕੀ ਕਰਵਾਉਣਾ ਹੁੰਦਾ ਵੇ ਮੈਂ ਤਾਂ ਐਂ ਕਹਿੰਦੀ ਸੀ ਤੈਨੂੰ ਤੇਰਾ ਵਿਆਹ ਕਰਦੀਏ ਹੁਣ ਅਸੀਂ ਵਿਆਹ ਹਾਂ ਵਿਆਹ ਹੁਣ ਤੈਨੂੰ ਪਹਿਲਾਂ ਕਹਿ ਜੀ ਰਿਸ਼ਤਾ ਕਰਾਂ ਮੈਂ 2 ਸਾਲ ਨਹੀਂ ਵਿਆਹ ਕਰਾਉਂਦਾ ਐ ਸਾਲ ਹੋਇਆ ਮੈਂ ਵੀ ਤੈਨੂੰ ਸਾਲ ਹੋ ਗਿਆ ਮੁੜ ਕੇ ਆਂਡਣਾ ਗਵਾਂਣਾ ਹੁਣ ਤੈਨੂੰ ਪਤਾ ਕਿਸੇ ਕੋਈ ਕਹੇ ਜੀ ਹੁੱਜ ਮਾਰਦੀ ਐ ਕੋਈ ਕਹੇ ਜੀ ਹੁੱਜ ਐਹ ਜਾ ਵਧੀਆ ਰਿਸ਼ਤਾ ਗਾ ਮੁੜ ਕੇ ਬਾਰ ਬਾਰ ਫਿਰ ਤੈਨੂੰ ਨਹੀਂ ਪਤਾ ਹੁਜਾ ਮਹਾਬਾਲੀ ਲੋਕ ਵਾਲੇ ਨੇ ਮਾਰੀ ਜਾਂਦੇ ਹੁਜਾ ਅੱਛਾ ਤੈਨੂੰ ਲੋੜ ਨਹੀਂ ਕਿ ਸਾਨੂੰ ਨਹੀਂ ਲੋੜ ਮੈਨੂੰ ਨਹੀਂ ਲੋੜ ਬੇ ਮੈਂ ਇਥੇ ਛੇਤਰ ਖਾਏਗਾ ਤੂੰ ਮਾਂ ਗੱਲ ਸੁਣ ਲੈ 2 ਸਾਲ ਪੂਰੇ ਹੋ ਗਏ ਉਦੋਂ ਕਰਾਉਂਗਾ ਉਸ ਮਰਜ਼ੀ ਕਰੀ ਜਾਂ ਨਗਵੰਡਣਾ ਤੇਰਾ ਤੇ ਪੁੱਤ ਹੀਰੇ ਵਰਗਾ ਤੇਰਾ ਪੁੱਤ ਇਹ ਸਦਾ ਜਾਂਦਾ ਜਾਂਦਾ ਹੋ ਜਾਊਗਾ ਬੇ ਤੇਰਾ ਸੋਣਾ ਮੇਰਾ ਪੁੱਤ ਨਾ ਜਰਵੀ ਨਾ ਲੱਗ ਜੇ ਮੇਰੇ ਸੋਹਣੇ ਪੁੱਤ ਨੂੰ ਪੁੱਤ ਇੰਨਾ ਇੰਨਾ ਟਾਈਮ ਨਹੀਂ ਗਾਇਬ ਨਹੀਂ ਪਾਈਦਾ ਹੁੰਦਾ ਮੈਂ ਤੈਨੂੰ ਦੱਸਾਂ ਨਿਯਾਰੇ ਲੈਣ ਦੇ ਫਿਰ ਮੇਰੇ ਆ ਘਰੋਂ ਬਾਹਰ ਨਿਕਲਾ ਬੰਦ ਹੋ ਜਾਊਗਾ ਘਰ ਵਾਲੀ ਸੰਗਲੀ ਭਾਗੇ ਵੇਜੂਗੀ ਮੈਨੂੰ ਤੇ ਕੋਈ ਨਹੀਂ ਸੰਗਲੀ ਪਾਉਂਦੀਗੀ ਤੇ ਤੇਰਾ ਪਿਆਰ ਕੋਈ ਜਾਂਦਾ ਨਹੀਂ ਹੈਗਾ ਕਿਤੇ ਬਾਹਰ ਅੰਦਰ ਹਾਂ ਸੁਰਾਤਨ ਤਾਂ ਸੱਥਾਂ ਸਵੇਰੇ ਲੜਦੀ ਰਹਿੰਦੀ 24 ਘੰਟੇ ਕਿੱਧਰ ਗਿਆ ਸੀ ਕਿੱਧਰ ਮਰਿਆ ਸੀ ਐਂ ਹੀ ਕਰੀ ਜਾਈ ਰਹੀ ਨੇ 24 ਘੰਟੇ ਮੈਂ ਤਾਂ ਘਰ ਦੇ ਕੰਮ ਨਾਲ ਤਾਂ ਕਹਿਣਾ ਹੀ ਹੁੰਦਾਗਾ ਅੱਛਾ ਹੋਰ ਕੰਮ ਲੈ ਦੱਸ ਮੈਨੂੰ ਕਦੋਂ ਸੁਖ ਹੋਇਆ ਮੈਂ ਐਂ ਹੀ ਕੱਢਦਾ ਆ ਆਪਣੀ ਉਮਰ ਮੈਨੂੰ ਵੀ ਆਇਆਗਾ ਚਾਹ ਸ਼ੌਂਕ ਆ ਮੇਰੇ ਨੂੰ ਆਵੇ ਘਰੇ ਕੋਈ ਨਾ ਕੰਮ ਵਾਲੀ ਰੱਖ ਲੈ ਨਾ ਮੈਂ ਤਾਂ ਰੱਖਦੀ ਨਹੀਂ ਕੰਮ ਵਾਲੀ ਮੈਨੂੰ ਤਾਂ ਮੇਰੀ ਨੋ ਚਾਹੀ ਮੈਂ ਨਹੀਂ ਰੱਖਦੀ ਕੰਮ ਕੋ ਮਾਲੀ ਤੈਨ ਨਾਲ ਤੈਨੂੰ ਤੇਰੀ ਮਾਂ ਦੇ ਸੁਆਹ ਦਾ ਪਤਾ ਕੰਮ ਵਾਲੀ ਇਹਦੇ ਕੰਮ ਮੈਂ ਪਸੰਦ ਨਹੀਂ ਕਰਦੀਗੀ ਅੱਗੇ ਮੇਰੀ ਮਨਪ੍ਰੀਤ ਨਾਲ ਗਵੰਡ ਨਾਲ ਜਦੋਂ ਜਿਦਾਈ ਹੋਈ ਉਹ ਤੇ ਰੱਖੀ ਬੇਟੇ ਸੁਆਹ ਦਾ ਨਾ ਰਹਿੰਦੀ ਉਹਦੇ ਫਿਰ ਕੋਈ ਨਹੀਂ ਕਿੱਥੋਂ ਵੀ ਸੁੱਖ ਲੈ ਨਹੀਂ ਜਾਂਦਾ ਮੈਂ ਜਿਹੜੀ ਗੱਲ ਕਹਿੰਦੀ ਆ ਨਾ ਬਸ ਉਹ ਪੂਰੀ ਹੋ ਜਾਂਦੇ ਸੁਖੀ ਸੁਖ ਹੈ ਮੇਰੇ ਕਰਮਾਂ 'ਚ ਮੈਂ ਤਾਂ ਕਰਾਉਂਗਾ ਨਹੀਂ ਵੇ ਤੂੰ ਹੋਰ ਨਾ ਮੈਥੋਂ ਡੰਡਾ ਖਾ ਲਿਆ ਪਿਆ ਡੰਡਾ ਮੈਥੋਂ ਕੁਸ ਮਰਜ਼ੀ ਕਰ ਡੰਡੇ ਮਾਰ ਕੁਸ ਮਰਜ਼ੀ ਮੈਂ ਤੇ ਵਿਆਹ ਕਰਾਉਣਾ ਨਹੀਂ ਕਰਾਉਣਾ ਨਹੀਂ ਮੈਂ ਤਾਂ ਤੇਰੇ ਪਿਓ ਨੂੰ ਕਹੀ ਜਾਂਦੀ ਸਾਲ ਹੋ ਗਿਆ ਚੱਲ ਉਹਨਾਂ ਨੂੰ ਖੋਲ-ਫਾਲ ਕਰ ਬਚਾ ਜਾਣ ਤੂੰ ਚੰਗਾ ਜਵਾਬ ਦਿੰਨਾਗਾ ਬਈ ਸਾਲ ਇੱਕ ਹੋ ਰੋਕ ਜਤ ਤਨੂੰ ਪਹਿਲਾਂ ਕਹਿ ਰਿਸ਼ਤਾ ਕੋਈ ਤੇਰੇ ਦਿਮਾਗ ਵਿੱਚ ਹੋਰ ਗੱਲ ਚੱਲੀਆਂ ਜਾਂਦੀਆਂ ਮੈਨੂੰ ਉਹ ਦੱਸ ਦੇ ਮੈਂ ਕੋਈ ਨਹੀਂ ਗੱਲ ਚੱਲਦੀ ਮਾਦਰ ਨੂੰ ਕਹਾਂ ਸਾਲ ਤੇ ਲਾਉ ਨਜ਼ਾਰੇ ਤੇ ਮੈਂ ਘੁੰਮ ਕਿਉਂ ਉਹਨਾਂ ਨਾਲ ਕਿੱਥੇ ਘੁੰਮ ਕੇ ਆਣਾਗਾ ਦਬਈ ਜਾਣਾ ਮੈਂ ਤੇ ਜਾਣਾ ਦਬਈਏ ਨੇ ਇੱਥੇ ਤੇਨੂੰ ਕੰਮ ਨਹੀਂ ਹੈਗਾ ਉਹ ਫੇਰ ਘੁੰਮਣ ਜਾਣੇ ਨਹੀਂ ਦੇਣਾ ਕਿਸੇ ਨੇ ਵੇ ਤੇਰੇ ਕੋਈ ਨਹੀਂ ਆਏ ਕੋਈ ਰੱਸਾ ਪਾਉਂਦਾ ਐਵੇਂ ਲੱਗਿਆ ਪਿਆਗਾ ਬੋਲਣਾ ਮਾ ਜਰ ਦੋਸਤਾਂ ਨਾਲ ਟੂਰ ਬਣਾਇਆ ਨਾਲੇ ਮੋਬਾਈਲ ਲੈ ਕੇ ਆਉਂਗਾ ਮਾ ਉਥੋਂ ਤੇ ਜਿਹੜਾ ਹੈਗਾ ਮੋਬਾਈਲ ਇਹਨੂੰ ਕੀ ਗੋਲੀ ਵੱਜੀ ਐ ਉਹਨੇ ਪੈਸੇ ਨਾਲ ਘੁੰਮੇ ਆਉਂਗਾ ਨਾਲੇ ਉਹਨੇ ਦਾ ਮੋਬਾਈਲ ਆ ਜਾਊਗਾ ਉਹ 1.5 ਲੱਖ ਰੁਪਏ ਦਾ ਇੱਥੇ ਆਉਂਦਾ ਤੇ 1.5 ਲੱਖ ਚ ਨਾਲ ਹੀ ਮੋਬਾਈਲ ਆਜੂ ਨਾਲ ਹੀ ਘੁੰਮੇ ਆਉਂਗਾ ਮੈਂ ਸਾਡੀ ਨਹੀਂ ਤੈਨੂੰ ਕੋਈ ਸੋਚ ਵੀ ਕੀ ਕਹਿੰਦੀ ਆ ਮਾਂ ਮਾਂ ਤੂੰ ਤਾਂ ਕਹੀ ਜਾਂਦੀ ਜੇ ਕੱਲ ਸੁਣੋ ਸਾਲ ਵਰ ਦਾ ਕਿ ਹੈਗਾ ਤੂੰ 2 ਸਾਲ ਕਹੀਨੇ ਜਿਆ ਗਾਂਹਾਲਾ ਮੁੱਕਰ ਕੇ ਫੇਰ ਤੂੰ ਮੁੱਕਰ ਜਾਂਦੇ ਅੱਛਾ ਤੂੰ ਇਹੀ ਚਾਹਣਾ ਹੈਗਾ ਤੇ ਹੋਰ ਮੈਂ ਤਾਂ ਚਾਹਣਾ ਇਹ ਹੈ ਤੇ ਫਿਰ ਉਹਦੇ ਧੱਕੇ ਖਾਣ ਨੂੰ ਰਿਸ਼ਤਾ ਕਰਵਾਇਆ ਛਗਣ ਕਰਵਾਇਆ ਮੈਂ ਤੈਨੂੰ ਕਿਹਾ ਤਾਂ ਹੈਗਾ ਸੀ ਵੀ 2 ਸਾਲ ਰੁਕ ਜਾ ਤੇ ਉਹਦੀ ਜਵਾਬ ਦੇਈਦਾ ਹੁੰਦਾ ਨਾ ਮੈਂ ਜਵਾਬ ਦਿੱਤਾ ਸੀ ਮੈਂ ਤੁਹਾਨੂੰ ਬਸ ਮੈਨੂੰ ਨਹੀਂ ਪਤਾ ਮੈਂ ਵਿਆਹ ਕਰੂੰਗੀ ਚੁੱਪ ਕਰਕੇ ਬਹਿ ਜਾ ਮੈਂ ਤਾਂ ਜਾਂਦਾ ਨਹੀਂ ਬਰਾਤ ਨੂੰ ਨਹੀਂ ਮੈਂ ਮਰ ਜਾ ਨਹੀਂ ਇਹਦਾ ਕੀ ਕਰਾਂ ਨਹੀਂ ਮੈਂ ਦਾ ਦੱਸ ਕਹਿੰਦਾ ਮੈਂ ਤਾਂ ਜਾਂਦਾ ਨਹੀਂ ਬਰਾਤ ਨੂੰ ਦੱਸ ਤੇ ਤੇਰੇ ਪਿਓ ਨੂੰ ਵੀ ਆ ਕੇ ਲਿਆਵਾਂ ਹੁਣ ਕੀ ਹਾਲ ਕਰਦਾ ਹੈਗਾ ਕੋਪਾਲਾ ਕਿੱਥੇ ਐ ਅੰਦਰੀ ਆਜੋ ਅੰਦਰੀ ਬੈਠੀ ਆ ਅੰਦਰੀ ਐ ਆ ਬੈਠੀ ਆ ਤੂੰ ਕਿੰਨਾ ਚੰਦਾ ਦੇ ਬੈਗੀ ਤੂੰ ਤਾਂ ਬਹਿੰਦੀ ਨਹੀਂ ਹੁੰਦੀ ਕੀ ਕਰਾਂ ਬੱਸ ਦੁਆ ਖਰਾਬ ਕਰ ਗਿਆ ਚੰਨੀ ਮੇਰਾ ਉਹ ਗੱਲ ਤਾਂ ਸਾਡਾ ਮੇਰੀ ਗੱਲ ਸੁਣ ਖੁਸ਼ੀ ਦੀ ਗੱਲ ਐ ਨਾ ਤੇ ਆਪਣੇ ਪੈਸੇ ਹੀ ਮਿਲ ਗਏ ਅੱਛਾ ਠੀਕ ਐ ਹਾਂ ਤੇ ਰੋਜ਼ ਵਿਆਹ ਵਿਆਹ ਕਰਦੀ ਹੁੰਦੀ ਸੀ ਕਾਲਾ ਕਾਲਾ ਤਿਆਰੀ ਠੀਕ ਐ ਪੈਸੇ ਮਿਲ ਗਏ ਪੈਸੇ ਲੈ ਜਾ ਜਿਹੜਾ ਸਮਾਨ ਲਿਆਉਣਾ ਅੱਜ ਲਿਆ ਉਹਨਾਂ ਨੇ 2 ਦਿਨ ਦਿੱਤੇ ਆ ਤੇ 2 ਦਿਨਾਂ ਨੂੰ ਕਹਿੰਦੇ ਆਵਾਂਗੇ ਤੇ ਚੁੱਪ ਕਰਕੇ ਵਿਆਹ ਹੋ ਜੋ ਆਪਣਾ ਕੰਮ ਚਲ ਤੂੰ ਤਾਂ ਮੈਨੂੰ ਚੰਗੀ ਖਬਰ ਸੁਣਾਈ ਮੇਰਾ ਮਨ ਹਲਕਾ ਹੋ ਗਿਆ ਉਹ ਮੈਨੂੰ ਕਹਿੰਦੇ ਸੀ ਪਹਿਲਾਂ ਕਹਿੰਦੇ 2 ਦਿਨਾਂ ਨੂੰ ਆਵਾਂਗੇ ਫਿਰ ਮੈਨੂੰ ਉਹਨਾਂ ਨੂੰ ਮਤਲਬ ਕੀ ਕਹਤਾ ਕਾਚਾ ਰਹਿਣ ਹੀ ਦੇ ਉਹ ਕੋਸੇ ਨਹੀਂ ਹੁੰਦੇ ਤੁਸੀਂ ਦੋ ਦਿਨਾਂ ਨੂੰ ਤੁਸੀਂ ਆ ਜਿਓ ਤੇ ਆ ਚੁੰਨੀ ਜੜਾ ਕੇ ਲੈ ਜੀ। ਹੁਣ ਆਪਾਂ ਦੋ ਦਿਨਾਂ ਨੂੰ ਜਾਣਾਗਾ ਜੇ ਕੋਈ ਚੀਜ਼ ਰਹਿੰਦੀ ਹੈ ਆਪਣੀ ਉਹ ਕਰ ਲਾ ਸਿਆਣ ਹੁਣ ਆਪਣਾ ਸਾਰਾ ਬਣਿਆ ਹੈਗਾ। ਤੇ ਆਪਣਾ ਜਿਹੜਾ ਫਿਕਰਾ ਉਹ ਦੂਰ ਹੋ ਜਾਊਗਾ। ਚਲ। ਨਾ ਤੂੰ ਖੁਸ ਨਾਲੇ ਮੈਂ ਖੁਸ। ਹੁਣ ਤੂੰ ਗੱਲ ਸੁਣਾਤੀ ਆਂ ਆਪਦੀ? ਮੈਂ ਸੁਣਾਤੀ। ਹੁਣ ਮੈਂ ਸੁਣਾਵਾਂ। ਲੈ। ਤੂੰ ਆ ਜਿਵੇਂ ਮੂੰਹ ਕਿਉਂ ਘਰ ਲੈ ਤੈਨੂੰ ਖੁਸ਼ੀ ਹੋਣੀ ਚਾਹੀਦੀ। ਮੈਨੂੰ ਖੁਸ਼ੀ ਤਾਂ ਅੰਦਰੋਂ ਬਥੇਰੀ ਐ। ਚੰਨੀ ਬੈਠਾ ਸੀਗਾ ਬਾਹਰ ਮੂਰੇ ਭਾਂਡੇ 'ਚ ਬੈਠੇ ਸੀਗੇ ਅਸੀਂ। ਆ ਕੱਪੜਾ ਤਾਂ ਐਹਾਂ ਹੀ ਲਾ ਕੇ ਏਡੀ ਸੋਤੀ ਪਹਿਲਾਂ ਮਨਪਰੀ ਤਾਂ ਕੇ ਏਡੀ ਸੀਗੀ। ਕੱਫੜੀ ਚ ਕੋਹ ਆਉਣ ਵਾਲੀ ਕੀ ਗੱਲ? ਕੋਹ ਆਉਣ ਵਾਲੀ ਕੀ ਗੱਲ? ਮੈਂ ਵਿਆਹ ਬਾਰੇ ਤੇਰੇ ਵਾਲੀ ਗੱਲ ਮੈਂ ਕਹ ਦਿੱਤੀ ਮੈਂ ਵਿਆਹ ਭਾਈ ਵਿਆਹ ਕਰਾਂਗੇ ਹੁਣ ਤੇਰਾ। ਮੈਂ ਤਾਂ 2 ਸਾਲ ਨਹੀਂ ਕਰਾਉਂਦਾ ਲੈ। ਹੁਣ ਕਹਿੰਦਾ ਆਪਣੇ ਵਾਲਾ ਚੰਨੀ ਹੋਰ ਕਿਹਨੇ ਕਹਿਣਾ? 2 ਸਾਲ ਨਹੀਂ ਕਰਾਉਂਦਾ। ਮੈਂ ਤਾਂ ਐਸ਼ ਕਰਨੀ ਆ ਹਾਂ 2 ਸਾਲ ਨਹੀਂ ਕਰਾਉਂਦੇ ਕਹਿੰਦਾ ਆਪਾਂ ਤਾਂ। ਇਹ ਕਹਦੇ ਟੱਟੂ ਦੀ ਐਸਾ ਹੈ। ਮੈਨੂੰ ਕੀ ਪਤਾ ਪੁੱਛ ਲਈ ਉਹਨੂੰ। ਮੋਜਲ ਜਵਾਬ ਦੇਤਾ ਬਥੇਰਾ ਮੈਂ ਤਾਂ ਬੋਲੀ ਆ ਉਹਨੂੰ ਲੜੀ ਆ ਨਾ ਜੇ ਵਿਆਹ ਕਰਾ ਲ ਫਿਰ ਕਿਵੇਂ ਖਤਮ ਹੋ ਜਾਊਗੀ ਆਹੋ ਆਈ ਬੋਲਦਾ ਮੇਰੀ ਆਇਸ਼ਾ ਇਹ ਮੈਨੂੰ ਅੱਗੇ ਕਾਂ ਤੂਪਿਆ ਉਹਨੂੰ ਉਹ ਕਰਦੀ ਰਹਿਣੀ ਆ ਤਾੜੀ ਜਾਂਦੀ ਰਹਿਣੀ ਆ ਲੜੀ ਜਾਂਦੀ ਰਹਿਣੀ ਫਿਰ ਉਹ ਲੈ ਇਹ ਕੀ ਗੱਲ ਹੋਈ ਮਗਾ ਓਹੋ ਇੰਨਾ ਇੰਨਾ ਟਾਈਮ ਪਹਿਲਾਂ ਖੜ ਗਏ ਪਹਿਲਾ ਵਿਦੋ ਨਹੀਂ ਹੁੰਦਾ ਸੀ ਮਹੀਨਾ ਨਹੀਂ ਹੁੰਦਾ ਸੀ 6 ਮਹੀਨਾ ਚਲ ਉਹਦੇ ਨੇ ਕਹਤਾ ਜੇ ਹੋ ਨਾਗੇ 6 ਮਹੀਨੇ ਫੇਰ ਨਾਗੇ ਸਾਲ ਹੋ ਗਿਆ ਜੀ ਹੁਣ ਆਪਾਂ ਅਗਲੇ ਉਹਨਾਂ ਕਹਿੰਦੇ ਆ ਕਿ ਤੇ ਗੱਲ ਕੱਲ ਨੂੰ ਕੋਈ ਹੋਵੇ ਤ ਤੁਸੀਂ ਬੰਦੇ ਬੜੇ ਹੋ ਯਾਰ ਜੀ ਦੋ ਅਗਲਾ ਜਾਇ ਕਰਦਾ ਅਗਲਾ ਜਵਾਬ ਦੇ ਕੇ ਫਰੀ ਕੋ ਮੋਕੇ ਦੂਰੀ ਜਵਾਬ ਆਹੀ ਤਾਂ ਗੱਲਾਂ ਉਹਨੂੰ ਕਹੇ ਕਿ ਮੈਂ ਨਹੀਂ ਜਾਣਦਾ ਭਰਾ ਤਾ ਐਂਡ ਤੇ ਮੈਨੂੰ ਉੱਠਣ ਵੇਲੇ ਐਂ ਬੋਲਿਆ ਸਾਰੀਆਂ ਗੱਲਾਂ ਮੇਰੇ ਨਾਲ ਕਿੰਨਾ ਚਿਰ ਲੜ ਕੇ ਐਂਡ ਤੇ ਆ ਬੋਲਿਆ ਕਿਉਂ ਭਾਈ ਕੀ ਗੱਲ ਇਹ ਐਂ ਬੋਲੀ ਜਾਂਦਾ ਕ ਨਹੀਂ ਹੁਣ ਵਿਆਹ ਕੇ ਤੇਰੇ ਨਾਲ ਲਿਆਵਾਂਗੇ ਹੁਣ ਤੇਰਾ ਪਿਓ ਤਾਂ ਹੀ ਤੇ ਹੋ ਵਿਆਹ ਕੇ ਕਦੇ ਮੈਂ ਫੇਰ ਐਂ ਆਏ ਹੁੰਦੀਆਂ ਨੇ ਗੱਲਾਂ ਚਲ ਤੂੰ ਮੰਨ ਤੇ ਨਾ ਗੱਲ ਲਾ ਜਮਨਾ ਲਾਇ ਕਰ ਮੈਨੂੰ ਪਤਾ ਤੂੰ ਮੰਨ ਤੇ ਗੱਲ ਲਾ ਰਣੀ ਆ ਉਹਦਾ ਕੀ ਜਾਊਗਾ ਤੂੰ ਸੋਚੀ ਜਾਏਂਗੀ ਉਹ ਕਿਹਦੇ ਦਵੰਗਾ ਲੈਂਦੀ ਫਿਰੇਗੀ ਦੇਖ ਸੁਖੋਫਾਲ ਤੂੰ ਜਮਨਾ ਮੰਨ ਤੇ ਗੱਲ ਆ ਮਾਪੀ ਗੱਲ ਕਰ ਲੂ ਆਪੀ ਸੈਟਿੰਗ ਹੋ ਜਾ ਤੂੰ ਮੰਨ ਤੂੰ ਗੱਲ ਲਾ ਦੇ ਮੈਨੂੰ ਪਤਾਗਾ ਡਰੈਕਟਰ ਤੇਰੇ ਸਾਹਮਣੇ ਤੂੰ ਕੀ ਕਿਹਾਗਾ ਬਈ ਦਿਰ ਤੇ ਗੱਲ ਲਾਉਂਦੀ ਐ ਐਂ ਕਿਤੇ ਚੱਕਰ ਖਾ ਕੇ ਡਿੱਗ ਪੀਂ ਸਾ ਕੋਈ ਇੱਥੇ ਰਹਿ ਜਾਊਗਾ ਕੋਈ ਨਹੀਂ ਮਾਪੀ ਕਰ ਨੂੰ ਸੈਟਿੰਗ ਆ ਪਰ ਤੂੰ ਦਿਲ ਤੇ ਨਾ ਗੱਲ ਰੱਖ ਗੋਲੀ ਲੈ ਲੈ ਪਹਿਲੇ ਲੈ ਲਈ ਦਵਾਈ ਗੋਲੀ ਲੈ ਕੇ ਬੈਠੀ ਐ ਮੇਰੀ ਗੱਲ ਸੁ ਉਹ ਉਹ ਉੱਡਣੀਆਂ ਖੱਡਾਂ ਚਾ ਥਾ ਮਾਰਦਾ ਇਹ ਨਾ ਤੈਨੂੰ ਡਬਈ ਜਾਂਦੀ ਲੋੜਾ ਨਾ ਇਹਨੂੰ ਕਿਤੇ ਜਾਂਦੀ ਲੋੜਾ ਜੇ ਇਹ ਗੱਲ ਕਰੀ ਜਾਊਗਾ ਤਾਂ ਕਰੀ ਜਾਵੇ ਕੁਝ ਨਹੀਂ ਹੁੰਦਾ ਮਾਫੀ ਛੱਟ ਗਾ ਲੂ ਮੈਂ ਤੈਨੂੰ ਦੱਸਾਂ ਲੈ 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 ਕੇ ਆਮ ਕੰਟਾ ਰਾਮ ਕੱਲ ਮਨ ਸਿੱਧਾ ਤਾੜਦੇ ਮੁੰਡੇ ਜੇ ਇਹਨੂੰ ਬੇੜਾ ਤੋਂ ਨਿਕਲ ਜੂ ਨਾਲੇ ਆਸਗਵਾਨ ਨੇ ਗੱਲ ਸੁਣ ਲੈ ਆਸਗਵਾਨ ਨੇ ਗਵਾਂਢਣਾ ਕਹਿੰਦੇ ਫਿਰ ਭਾਪਾਂ ਬੰਤੇ ਲੈਂਦੀਆਂ ਲੈ ਛੋੜੇ ਮੁੰਡੇ ਦਾ ਅਜੇ ਵਿਆਹ ਨਹੀਂ ਹੋਇਆ ਮੈਨੂੰ ਨਹੀਂ ਲੱਗਦਾ ਪਹਿਲਾਂ ਤੇ 10 ਸਾਲ ਜੋ ਆਕ ਨੂੰ ਹੋਇਆ ਹੁਣ ਉਹ ਵਿਆਹ ਨਹੀਂ ਜਾਣਾ ਫਲਾਣਾ ਠਿਕੜਾ ਸੌ ਗੱਲਾਂ ਸੁਣਦੇ ਆਪਾਂ ਫਿਰ ਲੋਕਾਂ ਦੀ ਇਹ ਤਾਂ ਤਕਰੀਬ ਦੀ ਗੱਲ ਹੁੰਦੀ ਨਹੀਂ ਹੋਇਆ ਜਦੋਂ ਪਰਮਾਤਮਾ ਨੇ ਦੇਣਾ ਹੁੰਦਾ ਉਹ ਦੇਤਾ ਆਪਾਂ ਨੂੰ ਠੀਕ ਹੈ ਗੱਲ ਉਹ ਮਿਲ ਗਿਆ ਆਪਾਂ ਨੂੰ ਤੇ ਹੁਣ ਜੇ ਆਪਣਾ ਇਹਦੀ ਕੀ ਕਸੂਰ ਆ ਚਲ ਕਈ ਵਾਰੀ ਆ ਬੰਦੇ ਨੂੰ ਖੜਨਾ ਵੀ ਪੈਂਦਾ ਹੁੰਦਾ 100 ਕਰਾਂ ਦੇ ਕੁਇਲਦਾਰੀਆਂ ਹੁੰਦੇਗਾ ਮੇਰਾ ਤਾਂ ਦਿਮਾਗ ਨਾਲ ਇੰਨਾ ਪਰੇਸ਼ਾਨ ਹੈ ਮੈਨੂੰ ਤਾਂ ਪੁੱਜ ਮੈਨੂੰ ਤਾਂ ਤਾਂ ਯਕੀਨ ਨਹੀਂ ਹੈਗਾ ਉਹੀ ਗੱਲ ਆਪਾਂ ਤਾਂ ਵਿਆਹ ਰੱਖ ਕੇ ਬਹਿ ਜਾਗੇ ਇਹੋ ਜਿਹੇ ਦਾ ਕੀ ਪਤਾ ਤੁਰ ਜੇ ਬਾਹਰ ਨੂੰ ਦੱਸ ਫਿਰ ਕਿੱਧਰ ਉਹੀ ਗੱਲ ਲੋਕਾਂ ਤੋਂ ਗੱਲਾਂ ਫੇਰ ਕਰਾਉਣੀਆਂ ਹੋਣਗੀਆਂ ਉਹਨੂੰ ਨੇ ਬਿਠਾ ਕੇ ਸਮਝਾ ਦੇ ਮੈਂ ਤੰਗ ਦਸ ਮੇਰਾ ਤਾਂ ਦਿਲ ਜਾ ਘਬਰਾ ਹੀ ਜਾਂਦਾ ਉਹ ਤਾਂ। ਓਹੋ। ਜਿਵੇਂ ਤੇਰਾ ਮੂੰਹ ਤਾਂ ਸੀ ਜਾਂਦਾ ਤੂੰ ਮੈਨੂੰ ਕਿਹਾ ਐ ਗੋਲੀ ਬਰੇਟਾ ਲੈ ਲਈ ਸੀ ਹੁਣ। ਆਹੋ ਲੈ ਜੀ ਮੈਂ ਤਾਂ ਗੋਲੀ ਬਰੇਟਾ ਲੈ। ਮੈਂ ਤੂੰ ਐਂ ਕਹਾਂ 10 ਮਿੰਟ ਆਰਾਮ ਕਰ ਲੈ ਮੈਂ ਕਰ ਤਾਂ ਕਰ ਲੈ ਉਹਦੇ ਨਾਲ ਕਿਵੇਂ ਕਰੀ ਜਾਨੀ ਮੈਨੂੰ ਤਾਂ ਐਂ ਲੱਗਦਾ ਚੱਕਰ ਆਉਂਦਾ ਹੁੰਦਾ ਕੋ। ਚੱਲ ਮੈਨੂੰ ਤਾਂ ਕਿਧਰੇ ਗੋਲਾ ਨਹੀਂ ਵਾਈਦਾ। ਜਿਹੜੀ ਗੱਲ ਜਿਹੜੀ ਗੱਲ ਹੈ ਨਾ ਉਹ ਸੁਣ ਲੈ ਬਸ। ਉਹ ਮੈਂ ਸਮਝ ਲਊਗਾ। ਚੱਲ ਚੰਗਾ ਮੈਂ ਤਾਂ ਪੈ ਇੰਨੀ ਅੰਦਰ ਜਾ ਕੇ। ਹਾਂ ਬਸ ਤੂੰ ਆਰਾਮ ਕਰ ਲੈ 10 ਮਿੰਟ। ਇਹ ਬੜਾ ਜਵਾਬ ਜਿੰਨੀ ਤੰਗ ਕਰੇ। ਆ ਨਵੇਂ ਕੰਮ ਕੱਢ ਕੇ ਮਾਰੇ। ਅਕੇ ਮੈਂ ਤਾਂ ਵੈਈ ਨਹੀਂ ਕਰਾਉਂ ਦੋ ਸਾਲ ਉਹ ਵੀ ਲੈ ਚਲ ਇੱਕ ਬੰਦਾ ਐ ਕਹਿੰਦਾ ਮਹੀਨਾ ਦੋ ਮਹੀਨਾ ਉਲ ਖੜਜੋ ਦੋ ਸਾਲ ਇਹ ਆਪ ਦੀ ਮਰਜ਼ੀ ਚੱਲੂਗੇ ਤੇ ਦੋ ਸਾਲ ਜੋ ਅਗਲਾ ਆਪਦੇ ਉੱਥੇ ਕੁੜੀ ਨੂੰ ਭਾਈ ਬੈਠੇ ਰਹੂਗਾ ਦੋ ਸਾਲ ਘਰ ਤਾਂ ਗੱਲ ਜਵਾਕ ਜੇ ਨਾਲ ਮੈਂ ਐ ਤਾਂ ਨਹੀਂ ਕੰਮ ਲੋਟ ਆਉਣਾ ਇਹ ਕਹਾ ਉਹਦੇ ਨੇ ਟਾਈਥਨ ਲੀ ਜਾਂਦੀ ਰਹਿੰਦੀ ਗਿਰ ਤੇ ਗੱਲ ਲਾ ਲੈਂਦੀ ਮੁਰਕ ਬਿਮਾਰ ਹੋ ਜਾਂਦੀ ਰੋਜ਼ਾ ਤਾਂ ਹੁਣ ਤਾਂ ਕਿਤੇ ਬਲੱਡ ਕਿਤੇ ਨਹੀਂ ਹੋਇਆ ਘਟ ਗਿਆ ਘਟ ਗਿਆ ਘਟ ਗਿਆ ਦਸ ਰੋਜ਼ ਡਾਕਟਰ ਵੀ ਕੀ ਕਰੂ ਡਾਕਟਰ ਵੀ ਆ ਕੇ ਬਿਆ ਕਰਿਆ ਆ ਕੇ ਆਦਾਂ ਹੱਲ ਕੋਈ ਇਹਦਾ ਇਹ ਤਾਂ ਕੀ ਜਾਊਗਾ ਇਹ ਕਹਿੰਦਾ ਚੱਲੇ ਜੀ ਮਰਦੂ ਇੱਥੇ ਮੁੜ ਕੇ ਮੈਰਿਜ ਨੂੰ ਕਰ ਲੈ ਇੱਥੇ ਤਾਂ ਕਿਹਾਂ ਦਾ ਮੈਤੁਰਾ ਹਰੂਗਾ ਐ ਨਹੀਂ ਮੈਂ ਹੋਣ ਦਿੰਦਾ ਕਿਸੇ ਹਿਸਾਬ ਨਾਲ ਉਹਨੂੰ ਮਨਾਉਣੇ ਤੇ ਵਿਆਹ ਕਰਦੇ ਉਹਨੂੰ ਪੁੱਛਦਾ ਤੈਨੂੰ ਮਾਂ ਦੀ ਲੋੜ ਹੈ ਕਿ ਨਹੀਂ ਲੋੜ ਜੇ ਲੋੜ ਆ ਤਾਂ ਵਿਆਹ ਕਰਾ ਲੈ ਜੇ ਨਹੀਂ ਲੋੜ ਤੇ ਤੇਰੀ ਮਰਜ਼ੀ ਹੈ ਬਸ ਸਿੱਧੀ ਗੱਲ ਹੈ ਇੱਧਰ ਦਾ ਕੋਈ ਖਤਮ ਨਹੀਂ ਐ ਕੰਮ ਲੋਟ ਆਊਗਾ ਮਾਂ ਰੋਟੀ ਲੈ ਮੈਂ ਰੋਟੀਆਂ ਨੂੰ ਮਾਰ ਗੋਲਾ ਤੂੰ ਗੱਲ ਸੁਣ ਮੇਰੀ ਛੋਰਾ ਆ ਤੂੰ ਵੀ ਚੰਗਾ ਠਾਗਾ ਠਾਗਾ ਭੜੇਗਾ ਮੈਂ ਕੀ ਕਰਤਾ ਨਾ ਤੂੰ ਕਹੇ ਨਹੀਂ ਆਜੇ ਮੇਰੀ ਗੱਲ ਸੁਣ ਮੈਂ ਕਦੋਂ ਜੁਬਾਨ ਫੜਾਇਆ ਠੀਕ ਆ ਦੋ ਦਿਨਾਂ ਨੂੰ ਜਾਣਾ ਤੇ ਆ ਜਿਹੜਾ ਨੀੜਾ ਕੱਪੜਾ ਲੈਣਾ ਬੰਦਾ ਬਣ ਕੇ ਲਿਆ ਹੁਣ ਤੂੰ ਪਹਿਲਾਂ ਤਾਂ ਮੈਨੂੰ ਆ ਦੱਸ ਤੈਨੂੰ ਤੇਰੀ ਮਾਦੀ ਲੋੜਾ ਕੋ ਲੋੜ ਨਹੀਂ ਹੁਣ ਤਾਂ ਪਹਿਲਾਂ ਤਾਂ ਮੈਨੂੰ ਆ ਦੱਸ ਗੱਲ ਤੂੰ ਲੋੜਾ ਲੋੜਾ ਨਾ ਫਿਰ ਤਾਂ ਵਿਆਹ ਕਰਾ ਲੈ ਮੈਂ ਉਹਦੇ ਕੋਲ ਗੱਲ ਨਹੀਂ ਕਰੀ ਡਾਕਟਰੋਂ ਦਾ ਡਾਕਟਰ ਜਿਸ ਹੈ ਬੋਲੀ ਤਕਰੀਬ ਮਰੀ ਹੈ ਜੇ ਮਾਰਾ ਜਿਵੇਂ ਕੀ ਅਟੈਕ ਆ ਗਿਆ ਨਾ ਤੇ ਲੋਕਾਂ ਨੂੰ ਤਾਂ ਇਹ 1 2 ਮਿੰਟ ਲੱਗਦੇ 1 2 ਮਿੰਟ ਵੀ ਨਹੀਂ ਲੱਗਣਾ ਦੂਜਾ ਟੈਕ ਆ ਇਹਨੂੰ ਦੱਸ ਆ ਕਦਾ ਪੂਰਾ ਵੀ ਇਹਦੇ ਦਿਮਾਗ ਤੇ ਸੱਣੀ ਪਾਉਣਾ। ਦੱਸਾਂ ਗੱਲ ਤੇ ਬੱਪੂ ਡਰ ਹੀ ਜਾਣਾ ਜਾਣ ਕੇ ਕਰੀਏ ਨਾ ਤੂੰ ਯਾਰਾ। ਨਹੀਂ ਕਰਦਾ ਰਿਪੋਰਟਾਂ ਪੜ੍ਹਦਾ ਮੈਂ ਇਹ ਕੋ ਪੜਦਾ ਰੱਖ ਗਿਆ ਮੈਂ ਹੱਸਦਾ ਇਹ ਹੋਟੇਸ਼ਨ ਲੈ ਜੂ ਇਹ। ਮੈਂ ਤੈਨੂੰ ਆਇਆ ਕਿਹਾ ਵਾ ਜਾ ਮੈਂ ਤੋ ਠੀਕਾ ਕੁਝ ਨਹੀਂ ਹੋਏ ਤੈਨੂੰ। ਆ ਜਿਹੜੇ ਚੱਕਰਾਂ ਤੇ ਜਾ ਜੇ ਤੇ ਇੰਨੇ ਲੱਗਦਾ ਭਿੰਦੀ ਡਾਕਟਰ ਕੋਲੇ ਜਾ ਕੇ ਪਾਗ ਜੀ ਪੁੱਛੇਂ ਜਾ ਕੇ। ਕਾਲ ਸੱਚੀ ਹੈ ਕਿ ਝੂਠੀ ਹੈ। ਘੁੰਮਣੇ ਜਾਣਾ ਹੈ। ਉਹ ਬਾਪੂ ਨਹੀਂ ਘੁੰਮਣ ਲੈ ਲੈਂਦੇ ਐ ਕਿਉਂ ਕਰਾਉਣਾ? ਐਸ ਲੈਣੀ ਤੂੰ ਘੁੰਮਣ ਜਾਣਾ ਤੂੰ ਨਾ ਦੋਣ ਲਈ। ਪੈਸੇ ਚਾਹੀਦੇ ਜਿੰਨੇ ਕਹੀ ਹੋਣੇ ਤੇ ਮੈਂ ਦੇ ਦੂ। ਅਰੇ ਬਈ ਆ ਗੱਲ ਮਰ ਲਾਦੀ ਮਾਦਾ ਮਰਾ ਮੰਨ ਲਾ ਦੇ ਤੂੰ ਪਹਿਲਾਂ ਕਿਹਾ ਸੀ ਜੀ ਮੈਂ ਤੇ ਆਪਾਂ ਖੜ ਗਏ ਹੁਣ ਕੀ ਅਗਲੇ ਦੁਬਾਰੇ ਕਹਨੇ ਆ ਆਪਦੀ ਮਰਜ਼ੀ ਥੋੜੀ ਚੱਲੂਗੀ ਇੱਕ ਤੇ ਮਰਜ਼ੀ ਖੜਾ ਲਾ ਕ ਤੇ ਮਰਜ਼ੀ ਨਾ ਖੜਾ ਲਾ ਦੇਖ ਮੈਂ ਦੇ ਤੈਨੂੰ ਜਵਾਬ ਪਾਈ ਇਹ ਸਾਨੂੰ ਲੋੜ ਆ ਸਾਡੀ ਲੋੜ ਆ ਵੀ ਫੇ ਤਾਂ ਵਿਆਹ ਕਿ ਲਿਆ ਜੇ ਭਾਈ ਤੂੰ ਆਦਮੀ ਮਰਜ਼ੀ ਕਰਦੇ ਹੋ ਨੀ ਫੇ ਤੂੰ ਵੀ ਜਿਵੇਂ ਮਰਜ਼ੀ ਕਰ ਫੇਰ ਤੈਨੂੰ ਦੱਸਦੇ ਤੇਰੀ ਮਾਂ ਨਹੀਂ ਕਰਦੀ ਜੇ ਤੂੰ ਲੋ ਜਵਾਬ ਦਿੱਤਾ ਉਹ ਤੋਂ ਨਹੀਂ ਹੁੰਦਾ ਹੁੰਦਾ ਕੰਮ ਸਾਰਾ ਦਿਨ ਕੰਮ ਕਰੀਂ ਨਾ ਨਹੀਂ ਤੈਨੂੰ ਪਤਾ ਉਹ ਕੰਮ ਮੈਨੂੰ ਰੱਖਦੀ ਨਹੀਂ ਕਈ ਵਾਰ ਤੈਨੂੰ ਖਾਤੂ ਕਹਤੋ ਕੰਮ ਮ ਪਤਾ ਨਹੀਂ ਢੰਗ ਨਾਲ ਕਹਿੰਦੇ ਕੰਮੇ ਰੱਖ ਲਿਓ ਕੰਮ ਕਰਨਾ ਨਹੀਂ ਆਹ ਗੱਲ ਮੈਨੂੰ ਕਿੱਥੇ ਦੱਸੀ ਨਹੀਂ ਡਾਕਟਰ ਨੇ ਆਏ ਕਿਹਾ ਇਹੰਦਰ ਆਉਂ ਗਿਆ ਡਾਕਟਰ ਨੇ ਜੇ ਤੂੰ ਵਿਆਹ ਕਰਾ ਲਈ ਉਹ ਆਜੂ ਉਹ ਕੰਮ ਕਰਨ ਲੱਗੂ ਉਹਨੂੰ ਆਪਾਂ ਸੰਜਾ ਦੇਈਏ ਵਿਆਹ ਕਰ ਲੈ ਗੱਲ ਮੰਨੀ ਦੀ ਹੁੰਦੀ ਐ ਤੈਨੂੰ ਵੀ ਦੱਸੀ ਜਮਾ ਮੈਂ ਮਟੈਸ਼ਨ ਲੱਗੂ ਮੈਂ ਤਾਂ ਪੜਦਾ ਰੱਖੀ ਬੈਠਾਂਗਾ ਪਰ ਕਰਦੇ ਬਾਪੂ ਵਿਆਹ ਉਹ ਵਿਆਹ ਤਾਂ ਫੇਰ ਕਰੂੰਗੀ ਪਾਈ ਜੀ ਉਹ ਤਾਂ ਇੱਥੇ ਕੱਲ੍ਹ ਆ ਉਮੀਦ ਮਾਂ ਹੋਊਗੀ ਤਾਂ ਗੱਲ ਕਰਦੇ ਸੀ ਨਾ ਚੱਕਰ ਖਾ ਕੇ ਡੀਪੀ ਤੇ ਨਾਲ ਕੱਲ੍ਹ ਵੀ ਅਥਨੇ ਨੂੰ ਗੇੜਾ ਜਾ ਗਿਆ ਸੀਗਾ ਮੈਂ ਹੁਣ ਬਾਰੀ ਬਾਰੀ ਕੀ ਦੱਸਾਂ ਅੱਜ ਫੇਰ ਚੱਕਰ ਆ ਗਿਆ ਦੋ ਗੱਲ ਕਰਿਓ ਮਾੜੀ ਗੱਲ ਦੀ ਟੈਨਸ਼ਨ ਲੈ ਜਾਂਦੀ ਐ ਤੇ ਸ਼ੋਕਰ ਤੂੰ ਕਹਿਤਾ ਮਾਨੂੰ ਬੁਲਾ ਕੇ ਉਹਨੂੰ ਕਹਿਣਾਗਾ ਤੇ ਇਹਨੇ ਨਾ ਹੋਜੂ ਸੁਖ ਭਾਲੋ ਤਲ ਕਹਦੇ ਫੇਰ ਨਾ ਰੋਟੀ ਪੇ ਦੂ ਮਾਮਨ ਨੂੰ ਆ ਪੇਜਨ ਪੇਜ ਦੋ ਗੋਲੀ ਮਾਨੂੰ ਕਰਨਾ ਕੋਈ ਰੋਪ ਟਿਕਾ ਸੁਖ ਭਾਲੋ ਆਉ ਨੀਆ ਤਾ ਬੋਲੋ ਲੈ ਹੁਣ ਖੁਸ਼ ਹੋ ਜਾ ਕਹਤਾ ਉਹਨੂੰ ਮੈਂ ਕਾ ਕਰਾਵਾਂ ਗਿਆ ਉਹ ਦੋ ਦਿਨਾਂ ਨੂੰ ਕਹਣਾ ਮੇਰੇ ਮਿੰਦ ਭਾਵੇਂ ਕੱਲ ਨੂੰ ਕਰਦੇ ਰਹਿੰਦਾ ਚਲ ਸ਼ੁਕਰ ਹੈ ਵਾਹਿਗੁਰੂ ਦਾ ਕਿ ਤੇਰੇ ਆਖੇ ਲੱਗ ਗਿਆ ਲੱਗਣਾ ਹੁਣ ਸਾਰੀ ਗੱਲ ਸਮਝ ਆਤੀ ਮੈਂ ਮਾਂ ਮੰਨ ਲੂ ਜਿਵੇਂ ਤੁਸੀਂ ਕਹੋਗੇ ਮੈਂ ਉਹ ਵੀ ਕਰ ਲੂ ਮੈਂ ਤੇਰੀ ਮਾਂ ਤੋਂ ਕੰਮ ਨਹੀਂ ਹੁੰਦਾ ਠੀਕ ਹੈ ਨਾ ਹਾਂ ਹੁਣ ਚੱਕਰ ਚੁੱਕਰੇ ਆਉਂਦੇ ਐਵੇਂ ਕਿਤੇ ਮਹਾਜਾਨ ਆਂਦੀ ਹੋ ਜੂ ਜੇ ਭਾਈ ਸਾਡੀ ਨਹੀਂ ਲੋੜ ਤੇ ਜਿਵੇਂ ਮਰਜ਼ੀ ਕਰ ਲਾ ਕਹਿੰਦਾ ਮੇਰੀ ਲੋੜ ਹੈ ਲੋੜ ਦਾ ਫਿਰ ਵਿਆਹ ਕਰਾ ਲਾ ਕਹਿੰਦਾ ਜਿਵੇਂ ਤੁਸੀਂ ਕਹੋਗੇ ਉਹ ਮੈਂ ਕਰ ਲੂ ਠੀਕ ਹੈ ਗੱਲ ਮੈਂ ਹਾਂ ਗਈ ਤੇ ਹੁਣ ਤੂੰ ਵਾਹਿਗੁਰੂ ਜੇ ਕੇਸ਼ ਨੂੰ ਬੁਲਾਉਣਾ ਰਿਸ਼ਤੇਦਾਰ ਨੂੰ ਉਹਨੂੰ ਬੁਲਾ ਲਾ ਜੇ ਆ ਜਿਹੜੀ ਚੀਜ਼ ਰਹਿੰਦੀ ਆ ਦੀ ਲੈ ਠੀਕ ਆ ਆਸਮਾਨ ਤੋਂ ਜੋ ਫਰਕਾਰ ਨੇ ਜਿਹੜੀ ਚੀਜ਼ ਨੂੰ ਵੱਧ ਪਤਾਗਾ ਆਹੀ ਬਰੀ ਹੁੰਦੀ ਆ ਹੋਰ ਕੀ ਬਾਹਲਾ ਆਪਾਂ ਕੀ ਉਹ ਕਰਾਂ ਬਾਹਲਾ ਨੂੰ ਕੁਝ ਨਹੀਂ ਕਰਨਾ ਬਾਕੀ ਧੀਆ ਬਣ ਆਪਦਾ ਆ ਕੇ ਆਪੇ ਪਸੰਦ ਦਾ ਖਰੀਦ ਲੈਂਦੀਆਂ ਨੇ ਆਪਾਂ ਨੂੰ ਬਾਹਲਾਂ ਦੀ ਲੋੜ ਹੀ ਨਹੀਂ ਹਾਂ ਜਾਣੀ ਨੂੰ ਕਹਿੰਦਾ ਵੀ ਅਸੀਂ ਜਾਣੀ ਦੋ ਤਿੰਨ ਨਾਮਾਂ ਦੇ ਬਸ ਆਪਾਂ ਬਾਹਲੇ ਨਹੀਂ ਜਾਂਦੇ ਹਾਂ ਬਸ ਠੀਕ ਆ ਛੋਟਾ ਰੁਪਿਆ ਨਹੀਂ ਖਰਚਾ ਹੋਣਾ ਹਾਂ ਇਹ ਤਾਂ ਮੈਂ ਤਾਂ ਆਪੇ ਹਜੇ ਕੰਮ ਤੇ ਖੋਸ਼ਾਂਗੀ ਅਸੀਂ ਆਦੇ ਕਦੇ ਕੁਝ ਮਰਜ਼ੀ ਕਰੀ ਜਾ ਕੇ ਮੈਂ ਆਪਣ ਨੂੰ ਦਾਦੀ ਘਰ ਪਰਸੋਂ ਆਪਾਂ ਜਾਮਣ ਦਿਨ ਕੱਲ ਦਾ ਲਾਗਾ ਅੱਜ ਲੈ ਕੇ ਕਿਸ ਨੂੰ ਆ ਤਾਂ ਜਿਹੜੀ ਚੀਜ਼ ਲੈਉਣ ਨਹੀਂ ਲ ਵਧੀਆ ਖੁਸ਼ੀ ਨਾਲ ਕਹਿਆ ਤੇ ਤਾਂ ਮੈਂ ਰਾਜ਼ੀ ਆ ਨਹੀਂ ਨਹੀਂ ਵਧੀਆ ਤਾਂ ਮੈਂ ਨੌ ਬਰ ਮਰਨ ਉਹ ਮੈਂ ਤਾਂ ਸਪੋਰ ਕਰਦੀ ਆ ਮਾਲਕ ਦਾ ਵੀ ਤੇਰੇ ਮੂਰੇ ਹਾਂ ਕਰ ਗਿਆ ਮੇਰੇ ਨਾਲ ਤਾਂ ਬਲਾਈ ਦੂਰੋਂ ਦੂਰੀ ਹੁੰਦਾ ਸੀ ਕੋਈ ਨਹੀਂ ਹਾਂ ਤੈਨੂੰ ਮੈਂ ਕਿਹਾ ਸੀ ਕਿ ਤੂੰ ਵੀ ਮਣੀ ਮਰੀ ਗੱਲ ਤੇ ਨਾ ਕਰੀਦਾ ਉਹ ਇਲਾਨੀ ਮਣੀ ਮਿਟੂ ਹੋ ਲੈ ਜਾ ਜਾਂ ਹੁਣ ਤੁਸੀਂ ਬਿਜਾਰ ਹੁਣ ਨਹੀਂ ਮੈਨੂੰ ਦਵਾਈ ਦੀ ਲੋੜ ਲੋੜ ਨਹੀਂ ਨਾ ਆ ਸ਼ੁਕਰ ਹੈ ਹੁਣ ਤਾਂ ਮੈਂ ਖੁਸ਼ ਆਂਗੀ ਸ਼ੁਕਰ ਹੈ ਮੇਰੇ ਪੁੱਤ ਨੇ ਹਾਂ ਕਰੀ ਨਹੀਂ ਨਹੀਂ ਹਾਂ ਉਹਨੇ ਕਰਤੀ ਤੇ ਬਸ ਤੂੰ ਆਹ ਜਿਹੜੀ ਚੀਜ਼ ਲੈਣੀ ਲਿਆ ਜੋ ਕੋਈ ਇਹਨੂੰ ਵੀ ਪੈਸੇ ਦੇ ਦੇ ਦਾਂਗੇ ਤੇ ਇਹਨੂੰ ਪੈਸੇ ਦੇ ਦੇਣਗੇ ਨਾਲ ਹੀ ਇਹਦੇ ਉਹ ਡਿਰੇ ਕਪੜੇ ਹੋਰ ਹੁਣ ਕਿਹਨਾਂ ਰੋਟੀ ਕਹਿੰਦਾ ਸੀ ਜਾਂ ਉਹਨੂੰ ਰੋਟੀ ਟੁੱਟੀ ਫੜਾ ਦੇ ਚੰਗਾ ਠੀਕ ਹੈ ਤੈਨੂੰ ਲਿਆ ਕੇ ਦੇਮਾ ਰੋਟੀ ਕਿ ਨਾ ਨਾ ਮੇਰੇ ਤਾਂ ਸਾਜੂ ਉਸਨੂੰ ਫੜਾ ਦੀ ਰੋਟੀ ਚੰਗਾ ਠੀਕ ਲਿਆ ਦੇਣੀ ਆ ਮੈਂ ਤਾਂ ਜਿਹਦਾ ਲੋਡ ਹੋਈ ਆਪੀ ਖਾ ਲਉ ਕਰਦੀ ਚਲ ਪ੍ਰਮਾਤਮਾ ਤੂੰ ਹੀ ਆ ਉਹਨਾਂ ਪੁੱਤ ਖਾ ਰੋਟੀ ਮਾਂ ਤੈਨੂੰ ਐਡੀ ਵੱਡੀ ਬਿਮਾਰੀ ਆ ਤੂੰ ਮੈਨੂੰ ਦੱਸਿਆ ਕਿਹਨੇ ਤੂੰ ਐਡੀ ਵੱਡੀ ਬਿਮਾਰੀ ਤੈਨੂੰ ਕਿਹਨੇ ਕਹਿਤਾ ਮੈਨੂੰ ਬਾਪੂ ਨੇ ਦੱਸਿਆ ਵੀ ਤੈਨੂੰ ਟੈਗ ਦੀ ਬਿਮਾਰੀ ਆ ਓਹੋ ਮੈਨੂੰ ਕਿਧਰੇ ਨਹੀਂ ਗੋਲਾ ਵੱਜਿਆ ਨਾਲੇ ਮੈਂ ਤੈਨੂੰ ਦੱਸਾਂ ਆ ਚੁੱਪ ਕਰਕੇ ਰੋਟੀ ਖਾ ਲੈ ਤੂੰ ਹਾਂ ਰੋਟੀ ਖਾ ਲੈ ਹਾਂ ਤੇ ਮੈਨੂੰ ਦੱਸ ਦਿਆ ਅਗਰ ਮਾਰ ਬਈ ਪੁੱਤ ਜਦੋਂ ਤੈਨੂੰ ਕਿਹਾ ਨਾ ਮੈਨੂੰ ਕੁਛ ਨਹੀਂ ਮਾੜਾ ਮੋਟਾ ਬਲੱਡ ਬਲੱਡ ਵੱਜ ਜਾਂਦਾ ਵੱਜ ਜਾਂਦਾ ਜਾਂ ਘਟ ਜਾਂਦਾਗਾ ਹੋਰ ਮੈਨੂੰ ਕੀ ਹੋਇਆ ਚੰਗੀ ਭਲੀਆਂ ਮੈਂ ਤਾਂ ਚੰਗੀ ਭਲੀਆਂ ਹਾਂ ਹਾਂ ਤੇ ਪਾਪੂ ਮੈਨੂੰ ਕਹੀ ਜਾਂਦਾ ਫਿਰ ਤੂੰ ਟੈਗ ਦੀ ਬਿਮਾਰੀ ਆ ਕੋਈ ਨਾ ਆ ਕਰਦੀਆਂ ਗੱਲਾਂ ਤੂੰ ਰੋਟੀ ਖਾ ਚੰਗਾ ਬਸ ਛੱਡ ਪਰ ਰੋਟੀ ਖਾ ਲੈ ਮਾ ਕਹਿੰਦੀ ਮੈਨੂੰ ਬਿਮਾਰੀ ਨੇ ਉਹ ਮਾਂ ਨੂੰ ਦੱਸਿਆ ਨਹੀਂ ਬਾਪੂ ਨੂੰ ਸੱਚ ਮੈਨੂੰ ਹੁਣ ਪਤਾ ਲੱਗਾ ਉਹ ਪੁੱਛ ਰਿਹਾ ਮੈਂ ਤੇਨੇ ਤੇਰਾ ਦਿਮਾਗ ਹੈ ਲੈ ਪੁੱਛ ਨਹੀਂ ਇਸ ਗੱਲ ਦਾ ਰੋਟੀ ਖਾਲਾ ਜੀ ਬਾਜ ਜੈਸਟ ਬਣਉਂਦੀ ਤਾ ਮਾਂ ਕਦੂਆਂ ਦੀ ਦੁੱਧ ਪਾਇਆ ਹੋਇਆ ਨਜ਼ਾਰਾ ਵਈਂਦਾ ਚੱਲ ਵਧੀਆ ਐਨੇ ਨਾ ਮਾਨਾ ਤਾ ਗਿਆ ਹੋ ਇਹਦੀ ਗੱਲ ਬਣਦੀ ਹੁੰਦੀ ਆ ਚਲ ਆਹ ਖਾਏ ਰੋਟੀ ਖੜਾ ਆਈ ਰੋਟੀ ਆ ਬੈਠਾ ਬਾਹਰ ਵਧੀਆ ਤੇ ਨਾਲੇ ਉਹਨੂੰ ਕੀ ਗੱਲ ਕਹੇਤੀ ਤਾ ਮੈਂ ਤਾਂ ਕੁਝ ਨਹੀਂ ਕਿਹਾ ਨਾ ਮੈਨੂੰ ਕੀ ਗੋਲਾ ਵੱਜਿਆ ਕੀ ਕਿਹਾਗਾ ਜਵਾਕ ਨੂੰ ਓਹ ਹੋ ਪਤਾ ਹੀ ਨਹੀਂ ਚਾਹਤਾ ਲਾਉਣਾ ਚਾਹੀਦਾ ਉਹ ਮੰਨਦਾ ਨਹੀਂ ਸੀ ਮਾਂ ਤੇਰੀ ਮਾਂ ਨੂੰ ਪੈਕ ਹੋਣ ਵਾਲਾ ਡਾਕਟਰ ਨੇ ਕਿਹਾ ਅੱਛਾ ਮੈਨੂੰ ਤਾਂ ਉਹ ਚਾਹੀਦੀ ਏ ਕਿ ਲੋਨ ਨਹੀਂ ਉਹ ਤਾਂ ਕੰਮ ਨਹੀਂ ਹੁੰਦਾ ਡਾਕਟਰ ਨੇ ਕੰਮ ਉਹ ਸਾਰਿਆਂ ਕੰਮ ਕਰੀ ਜਾਂਦੀ ਰਹਿੰਦੀ ਆ ਨਾ ਤੋ ਕੰਮ ਨਹੀਂ ਰਖਦੀ ਆ ਤੈਨੂੰ ਪਤਾ ਤਾਂ ਹੈਗਾ ਕੰਮ ਕਿਸੇ ਪਸੰਦ ਨਹੀਂ ਕਰਦੀ ਉਹ ਤੇ ਫਿਰ ਹਰ ਕੇ ਮਾਹ ਤੂੰ ਵਿਆਹ ਕਰਾ ਲਾ ਆਈ ਮੈਂ ਤੈਨੂੰ ਕੋਈ ਸੌਖਾ ਕਰਨਾ ਪੈਂਦਾ ਠੀਕ ਹੈ ਮੈਂ ਵੀ ਆਖਿਆ ਮਾਹਲ ਹੈ ਮੇਰਾ ਮਾੜਾ ਮੋਟਾ ਬਲੱਡ ਡਬਲ ਘਟਦਾ ਮੈਂ ਤਾਂ ਨਹੀਂ ਕਿਹਾ ਮੇਰਾ ਤਾਂ ਮਾੜਾ ਮੋਟਾ ਬਲੱਡ ਡਬਲ ਘਟਦਾ ਵੀ ਆ ਤੈਨੂੰ ਕੀ ਕਹਦਾ ਉਹ ਕਹਿੰਦਾ ਪਿਓ ਨਹੀਂ ਕਿਹਾ ਲੈ ਦੱਸ ਆਹ ਫਿਰ ਪਿਓ ਨੇ ਫਿਰ ਮੈਂ ਕੀ ਕਹਿੰਦਾ ਮਾਂ ਤੈਨੂੰ ਤੇਰੀ ਮਾਂ ਦੀ ਲੋੜ ਨਹੀਂ ਕਹਿੰਦਾ ਲੋੜ ਮੰਨਵਾਸ ਫੇਰ ਦਾ ਵਿਆਹ ਕਰਾਵਾਸ ਫੇ ਸਿੱਧੀ ਗੱਲ ਲੱਗਦਾ ਫੇ ਮੈਂ ਕਰਾ ਲਾਂ ਨਾ ਫੇਰੀ ਮਨੇ ਜਿਵੇਂ ਉਹਨੂੰ ਐ ਕਹਿੰਦੇ ਤੇ ਠੀਕ ਆ ਕਿ ਫੇਰ ਕਹਿੰਦਾ ਮਾਤ ਆਏਗੇ ਰੋਟੀਆਂ ਲਾਹਿੰਦੇ ਆਪਣਾ ਟਾਈਮ ਪਾਸ ਹੋ ਜਾਂਦਾ ਸਾਲ ਹੋਰ ਲੰਘ ਜਾਂਦੇ ਉਹ ਫੇਰ ਮੰਨ ਜਾਂਦਾ ਆ ਵੀ ਤੇਰੀ ਗੱਲ ਸਹੀ ਆ ਦਿਮਾਗ ਲਾਇਆ ਮੈਂ ਨਹੀਂ ਵਧੀਆ ਸਕੀਮ ਐ ਤਾਂ ਬਸ ਫੇਰ ਐਨੇ ਨਾਲ ਵਿਆਹ ਕਰਾ ਲਊਗਾ ਉਹ ਤੇਰੇ ਬਾਅਦ ਉਹ ਨਹੀਂ ਕਰਾਉਂਦਾ ਕੋਣੋਂ ਦਾ ਸੀ ਫੇਰ ਕਹਿੰਦਾ ਮਾਂ ਹੈਗੇ ਵਜੋਂ ਆਪਣਾ ਕੰਮ ਚੱਲਿੰਦਾ ਆਪਣੀ ਗੀ ਲੋੜ ਕੰਮ ਤੇ ਕਰੀ ਜਾਂਦੀ ਆ ਹੈ ਤਾਂ ਉਹ ਐਂ ਹਾਂ ਮੂਜੀ ਤੇ ਉਹਨੂੰ ਆ ਗੱਲ ਦੱਸੀ ਐ ਫੇਰ ਉਹ ਪੋਲਾ ਤੇ ਬੈ ਗਿਆ ਉਹ ਸਹੀ ਗੱਲ ਐ ਹਾਂ ਪਰ ਇਹਦਾ ਮੈਨੂੰ ਵੀ ਨਹੀਂ ਕਹਿੰਦਾ ਸੀ ਉਹ ਜਿਵੇਂ ਤੈਨੂੰ ਕਹਿੰਦਾ ਸੀ ਮੈਨੂੰ ਕਹਿੰਦਾ ਐਸਾ ਲੈ ਰਹਿੰਦੇ ਹਾਂ ਜੀ ਮੈਨੂੰ। ਬਸ ਇਹ ਐਸਾ ਕਾਦੀ ਹੁੰਦੀ ਐ ਅੱਜ ਤਾਂ ਫੇਰ ਵੀ ਆ ਜਾਊਗੀ। ਐ ਗੱਲ ਜੀ ਕਹਿ ਕੇ ਗੋਲ ਮੋਲ ਜੀ ਕਰਕੇ ਫੇਰ ਉਹ ਕਰਿਆ। ਟਾਲ ਮਟੋਲੇ ਤਾਂ ਬਥੇਰੀ ਕਰਿਆ ਨੇ। ਹਾਂ। ਐ ਗੱਲ ਨਾ ਹੋਰ ਕੁਦਰਲੀ। ਚੱਲ ਇਹਨੂੰ ਹੁਣ ਮੰਨ ਜੂਗਾ। ਹਾਂ। ਚੱਲ ਆਪਾਂ ਤਾਂ ਤਿਆਰੀ ਵੈਰੀ ਕਰੀਏ। ਮੈਂ ਆਖਿਆ ਪੁੱਛ ਗਿਆ ਮੈਂ ਰੋਟੀ ਫੜਾਉਣ ਗਈ। ਉਹ ਇਹ ਹੁਣ ਕਰ। ਇਹ ਤਾਂ ਜਿਹੜਾ ਕੁਝ ਹੋ ਗਿਆ ਹੋ ਗਿਆ ਤੈਨੂੰ ਵੀ ਪਤਾ ਲੱਗ ਗੱਲ ਦੱਸਦੀ ਨਾ। ਤੂੰ ਪਾਣੀ ਪੂਣੀ ਦੇਤਾ ਸੀ ਪਾਣੀ ਪੂਣੀ ਫੜਾ ਕੇ ਨਾ ਭੰਗਵਾਂਡ ਯਾਰਾ ਕੱਪੜੇ ਤਿਆਰੀ ਕਰ ਲਓ ਚਲ ਚੰਗਾ ਠੀਕ ਆ ਠੀਕ ਆ ਪੈਸੇ ਇੱਥੇ ਪਏ ਆ ਉਹਦੇ ਚਾ ਬੈਗ ਚਾ ਤੇ ਬੈਗ ਚਾ ਲੈ ਜਿੰਨਾਂ ਟੁਕੀ ਕਿੰਨੇ ਲੋੜ ਨਾ ਨਾ ਕੋਈ ਨਾ ਉਧਰ ਮੜਾ ਰਸੋਈ ਦਾ ਸਾਹਮਣਾ ਮੈਂ ਰੋਟੀ ਪਕਾ ਕੇ ਹਟੀਆਂ ਮੈਂ ਆਹੋ ਜੇ ਮੈਨੂੰ ਲੋੜ ਹੋਈ ਮੈਂ ਵੀ ਚੱਲ ਬੜੂਗਾ ਚੰਗਾ ਠੀਕ ਆ ਹਾਂ ਇੰਨੇ ਤਾਂ ਕਰਨੀ ਪੈਂਦਾ ਥੇਰੀ ਲੋਟ ਆਉਂਦੀ ਜਵਾਕ ਜੱਜ ਕੱਲ ਦੇ ਨਹੀਂ ਲੋਟ ਹੀ ਨਹੀਂ ਆਉਂਦੀ ਨਹੀਂ ਭੈਣੇ ਭੈਣੇ ਪਤਾ ਨਹੀਂ ਕਿੱਧਰ ਬੜੀਆਂ ਓਹੋ ਕੀ ਹੋ ਗਿਆ ਕਿਵੇਂ ਆ ਵਧੀਆ ਹੋਰ ਦੱਸ ਠੀਕ ਹੈ ਲਾ ਕੁੜੇ ਤੇਰੀ ਨੂਕ ਹੀ ਆਈ ਤੂੰ ਤਾਂ ਨਾ ਸਾਡੀ ਖਬਰ ਸਾਰ ਲੈਣੀ ਆ ਨਾ ਤੂੰ ਬਾਹਰ ਨਿਕਲਦੀ ਆ ਲੈ ਅਰੇ ਕਿੰਨਾ ਕੁ ਟਾਈਮ ਹੋ ਗਿਆ ਫਿਰ ਹੁਣ ਘਰ ਹੀ ਰਹਿਣੀ ਆ ਅੱਗੇ ਮੈਂ ਕਿੰਨਾ ਕੁ ਬਾਹਰ ਨਿਕਲਦੀ ਹੁੰਦੀ ਸੀਗੀ ਇਹਨੂੰ ਵੀ ਤਾਂ ਪਤਾ ਹੀ ਹੈਗਾ ਨਾ ਨਹੀਂ ਅਸੀਂ ਤਾਂ ਕਹਿ ਕੇ ਕਿ ਚੰਨੀ ਦਾ ਵਿਆਹ ਕਰਾਇਆ ਸਾਡੇ ਅਰ ਕੰਦੇ ਅੱਖਾਂ ਪੱਕੀਆਂ ਪਈਆਂ ਸੀ ਵੀ ਸਾਡੇ ਗਵੰਡਾ ਦੇ ਮੁੰਡੇ ਦਾ ਵਿਆਹ ਨਹੀਂ ਹੁੰਦਾ ਵਿਆਹ ਨਹੀਂ ਹੁੰਦਾ ਤੇ ਤੂੰ ਜਦੋਂ ਆਪਦਾ ਮੁੰਡਾ ਵਹਿ ਚੁੱਪਚੀ ਪੀਤੀ ਵਿਆਹ ਲਈ ਸਾਨੂੰ ਸੱਦਿਆ ਵੀ ਨਹੀਂ ਨਹੀਂ ਭੈਣੇ ਬਾਲੇ ਉਹ ਹੀ ਗੱਲ 2-4 ਦਿਨਾਂ ਦਾ ਟਾਈਮ ਨਿਕਲਿਆ ਸੀਗਾ ਨਾਲੇ ਗਰਮੀ ਸੀ ਬਾਹਲੀ ਲੈ ਗਰਮੀ ਨੂੰ ਕੀ ਆ ਏਸ਼ੀਆ ਵਾਲੇ ਕਿਸੇ ਕੀਤਾ ਹੋਣਾ ਹੋਟਲ ਹੋਟਲ ਚ ਅਸੀਂ ਸਾਡੇ ਅਰਗ ਜਾਵੜ ਦੇ 4 ਜਣੇ ਅਸੀਂ ਤਾਂ ਸਾਡੇ ਤਾਂ ਹੁਣ ਆਏ ਰਹਿ ਆ ਵੀ ਬਾਅਦ ਚ ਪਾਰਟੀ ਪੁਲਟੀ ਕਰਦਾਂਗੇ ਧੰਨਵਾਦ ਅਸਾਂ ਮੈਨੂੰ ਥੋੜਾ ਸ਼ੁਰੂ ਤੇ ਪਤਾ ਤੂੰ ਤਾਂ ਕੰਜੂਸ ਪੁਣਾ ਵਾਲਾ ਕਰਦੇ ਆ ਸ਼ੁਰੂ ਤੇ ਲੈ ਦੱਸ ਕਿੰਦਾ ਇਹ ਹੋਊਗਾ ਵੀ ਕੋਈ ਦੋ ਗਲਾਬ ਜਮਣਾ ਵੱਧਣਾ ਲੱਗ ਜਾਣਾ ਨਹੀਂ ਹੁਣ ਖਾ ਲਈ ਜਿਹੜਾ ਡੱਬਾ ਖਾਣਾਗਾ ਗਲਾਬ ਜਮਣਾ ਬਥੇਰੀਆਂ ਨਹੀਂ ਬਸ ਮੈਨੂੰ ਪਤਾ ਹਾਂ ਤੂੰ ਕੋਈ ਵਰਫੀ ਖਵਾਉਣੀ ਨੋ ਆਗੀ ਤੇਰੀ ਘਰੇ ਬਸ ਬਸ ਵਿਆਹ ਪ੍ਰਾਣਾ ਕਰਤਾ ਹੁਣ ਕਹੇਂਗੇ ਵਿਆਹ ਪ੍ਰਾਣਾ ਹੋ ਗਿਆ ਐਡੀ ਛੇਦੀ ਵਿਆਹ ਪ੍ਰਾਣਾ ਹੋ ਗਿਆ ਚਲ ਕਿਵੇਂ ਆ ਤੇਰੀ ਨੂੰ ਮੇਰੀ ਨੂੰ ਤਾਂ ਬੜੀ ਵਧੀਆ ਹਾਂ 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 ਸੋਹਣੀ ਸੁਨੱਖੀ ਆ ਹੈ ਸੋਹਣੀ ਸੁਨੱਖੀ ਵੀ ਤੇਰੀ ਸੋਹਣੀ ਤਾਂ ਹੀ ਨਹੀਂ ਤੂੰ ਸੱਦੇ ਆ ਵੀ ਨਜ਼ਰ ਲਾ ਲਈ ਮੈਂ ਕਿਤੇ ਤੈਨੂੰ ਦੱਸੋ ਤਾਂ ਦਿੱਤਾ ਹੋਰ ਦੱਸ ਕੀ ਦੱਸਾਂ ਮੈਂ ਤਾਂ ਬਹੁਤ ਗੁੱਸਾ ਪੈਣ ਤੇ ਹੁੰਦਾਗਾ ਉਹ ਤਾਂ ਤੇਰੀ ਗੱਲ ਠੀਕ ਆ ਹੁਣ ਸੇਵਾ ਕਰ ਲਾਂਗੇ ਜਿਹੜੀ ਕਰਨੀ ਹੈ ਤੇਰੀ ਕੋਈ ਨਾ ਫੇਰ ਤੂੰ ਕਾਦਨੀ ਪਿੰਡ ਵਾਲੇ ਗੱਲਾਂ ਬਣਾਉਂਦੇ ਆ ਫੇਰ ਪਿੰਡ ਵਾਲੇ ਹੋਰ ਕੀ ਕਰਨ ਨਹੀਂ ਪਿੰਡ ਵਾਲਾ ਪਹਿਲਾਂ ਤਾਂ ਤੂੰ ਉਹਦਾ ਜਦੋਂ ਸਾਲ ਤੂੰ ਸਗਣ ਪਾ ਕੇ ਛੱਡੀ ਰੱਖਿਆ ਉਦੋਂ ਐਂ ਲੱਗਦਾ ਸੀ ਵੀ ਜਵਾਬ ਦੇਤਾ ਹੁਣ ਕੀ ਪਤਾ ਪਿੰਡ ਵਾਲੇ ਸੋਚਣ ਲੱਗ ਪੈਣ ਵੀ ਕੋਈ ਹੋਰ ਕੁੜੀ ਵਿਆਹ ਕੇ ਲੈਂਦੀ ਹੋਣੀ ਆ ਤਾਂ ਨਹੀਂ ਸੱਦਿਆ ਵਿਆਹ ਹਾਏ ਹਾਏ ਨਹੀਂ ਦੁਨੀਆ ਤਾਂ ਸੋਚਦੀ ਰਹਿੰਦੀ ਆ ਤੂੰ ਚੀ ਜਾਨਦੇ ਐਨੀਆਂ ਗੱਲਾਂ ਦਾ ਮੈਂ ਪ੍ਰਵਾਹ ਨਹੀਂ ਕਰਦੀ ਹੁੰਦੀ ਨਾਲੇ ਹਾਂ ਪ੍ਰਵਾਹ ਨਹੀਂ ਕਰਦੀ ਕਰਨੀ ਪੈਂਦੀ ਆ ਭਣੇ ਆਂਡ ਗਵਾਂਡ ਦੀ ਤਾਂ ਪ੍ਰਵਾਹ ਆ ਐਨਾ ਫਿਰ ਫਿਰ ਤਾਂ ਸੋਚੀ ਜਾਓ ਲੋਕਾਂ ਵਾਸਤੇ ਕੋਈ ਨਹੀਂ ਫਿਰ ਭੜ ਭਲਾ ਨੂੰ ਸਾਡੇ ਜਵਾਕਾਂ ਦੇ ਵਿਆਹ ਹੋਣਗੇ ਸਤਾਪ ਨਹੀਂ ਸਾਦੇ ਜੇ ਉਹ ਜਾ ਕੇ ਸੱਦ ਲਿਆ ਚੰਗਾ ਤੂੰ ਐ ਕਰ ਮੂਹਰਾ ਨਹੀਂ ਦੇ ਕੇ ਲੈ ਤੂੰ ਚਾਚੂ ਤਾਂ ਲਿਆ ਅੱਜ ਬਰਫੀ ਨਾਲ ਮੈਂ ਪੀ ਕੇ ਜਾਊਂਗਾ ਚਾਹ ਦੀ ਪਿਆਰ ਨੂੰ ਚਾਹ ਚੋ ਦੀ ਕੀ ਗੱਲ ਐ ਮੈਂ ਤੈਨੂੰ ਕਹੀ ਤਾਂ ਜਾਨੀ ਆ ਚਲ ਨੜੇ ਤੂੰ ਆਵਦੀ ਨੋ ਭਾਰੀ ਨਹੀਂ ਕੱਢੀ ਕੋੜੇ ਮੈਂ ਕਿਹਾ ਗੁਰਦੁਆਰੇ ਲੈ ਕੇ ਆਉਗੀ ਸਵੇਰ ਚੱਲ ਉੱਥੇ ਦੇਖ ਲਾਵੇਂ ਅੱਛਾ ਅੱਜ ਇੱਥੇ ਇਕੱਠੀਆਂ ਹੋਵਾਂਗੇ ਹੋਰ ਇਹ ਤਾਂ ਲਾਈਕ ਹੀ ਨਹੀਂ ਆਉਂਦੀ ਉਹਨੂੰ ਕਿਤੇ ਕੋਈ ਨਹੀਂ ਹਜੇ ਮੇਰੇ ਬਾਹਰ ਮੈਂ ਬਾਲਾ ਕੱਢੀ ਨਹੀਂ ਹੈਗੀ ਤੈਨੂੰ ਮੇਰੇ ਸਵਾਲ ਦਾ ਪਤਾ ਹੀ ਐ ਆਹੋ ਕਹਿੰਦੀ ਹੋਏਗੀ ਕੋਈ ਮੱਥੇ ਲੱਗ ਜੂ ਐਵੇਂ ਲੈ ਕੇ ਆ ਮੈਂ ਤਾਂ ਕੋਈ ਐ ਬਈ ਇਹ ਜੇ ਮੈਂ ਮਾਂ ਚ ਨਹੀਂ ਹੈਗੀ ਮੈਂ ਕੋਈ ਕੋਈ ਮੱਥੇ ਲੱਗ ਜੂ ਕੋਈ ਨਹੀਂ ਚੱਲਿਆ ਕਿੱਥੇ ਤੇਰੀ ਨੂੰ ਅੰਦਰ ਹੀ ਆਪਾਂ ਵੀ ਕਿਸੇ ਦਿਨ ਨੂੰ ਹਾਂ ਧੀਆਂ ਸੀ ਸਾਨੂੰ ਨਹੀਂ ਕਿਸੇ ਗੱਲ ਦਾ ਵਹਿਮ ਹੈਗਾ ਨਾਲੇ ਮੈਂ ਤੈਨੂੰ ਦੱਸਾਂ ਚੱਲ ਅੰਦਰ ਮੈਂ ਕਿਹਾ ਵਹਿਮ ਤਾਂ ਹੋ ਹੀ ਜਾਂਦਾ ਪਹਿਲਾਂ ਮਨ ਜਿਵੇਂ ਚੰਨੀ ਵੇਖ ਲੱਗ ਦੋ ਸਾਲਾਂ ਬਾਅਦ ਹੋਇਆ ਤੇਰੇ ਹੁਣ ਫਿਰ ਮੈਂ ਕਿਹਾ ਚੱਲ ਨੂੰ ਨਵੀਂ ਨਵੇਲੀ ਆਈ ਆ ਵਿਆਹ ਕਰਾ ਕੇ ਹੋ ਹੀ ਜਾਂਦਾ ਮਾੜਾ ਮੋਟਾ ਤੜੀਏ ਚੱਲ ਆ ਜਾ ਕੋਈ ਨਾ ਚੱਲ ਅੰਦਰ ਚੱਲ ਆਇਆ ਕੁੜੇ ਮਾਨਪਰੀ ਤਾਂ ਆਵੇ ਕੇ ਮੈਨੂੰ ਦੇਖ ਲਾ ਨੀਵਾ ਤੇਰੀ ਨੂੰ ਤਕੋਂ ਟੱਕੰਡ ਕੱਢੀ ਬੈਠੀ ਐ ਤੇਰੇ ਤੋਂ ਵੀ ਜ਼ਿਆਦਾ ਚੰਟਾ ਮੈਨੂੰ ਕੋਈ ਜਲਦੀ ਦੇਖਣਾ ਲਵੇ ਹੋਰ ਹੁਣ ਛੰਗ ਹੁੰਦੀ ਐ ਨਾ ਨਹੀਂ ਕੁੜਕੇ ਇਹ ਕੰਤਰਾ ਨੂੰ ਨੀਵਾ ਨਹੀਂ ਪੜੀ ਸੋਹਣੀ ਐ ਤੇਰੀ ਨੂੰ ਨਜ਼ਰ ਨਾ ਲੱਗ ਜਾ ਕਿਤੇ ਬਚਾ ਕੇ ਰੱਖੀ ਬਾਹਰ ਘੱਟ ਵੱਧੀ ਕੱਢੀ ਤੂੰ ਤਾਂ ਇਹਨੂੰ ਕੱਢੀ ਨਾ ਚੱਲ ਬਣਾ ਕੇ ਲਿਆ ਤੂੰ ਹੁਣ ਮੇਰੇ ਵਾਸਤੇ ਚਾਹ ਚੂ ਬੈਠੇ ਰਹਾਂਗੇ ਕੋਈ ਨਹੀਂ ਮੈਂ ਤੇਰੇ ਨੂਨ ਨੂੰ ਲੂਤਾਂ ਲਾ ਕੇ ਜਾਂਦੀ ਕਿਧਰੇ ਲੈ ਦੱਸ ਮੈਂ ਆ ਗੱਲ ਕਹੀ ਐ ਤੈਨੂੰ ਕੁੜੀ ਮਾਂ ਪ੍ਰੀਤ ਤੇ ਤੁਸੀਂ ਗੱਲਾਂ ਕਰੋ ਮੈਂ ਚਾਹ ਪਾਣੀ ਲਿਆਉਣੀ ਐ ਚਲ ਠੀਕ ਐ ਪੁੱਤ ਮੈਂ ਤਾਂ ਛੇੜ ਹੀ ਜਾਨੀ ਗੁੱਸਾ ਨਾ ਕਰ ਲਈ ਮੇਰਾ ਲੈ ਕੁੜਾ ਫਿਰ ਕਿੰਨੀਆਂ ਪੜ੍ਹੀਆਂ ਤੂੰ ਮੈਂ ਤਾਂ ਜੈਮੇ ਕੀਤੀ ਆ ਵਾਹ ਇੰਨੀ ਪੜ੍ਹਾਈ ਕੀਤੀ ਹੈ ਨਾ ਜੇ ਤੂੰ ਪਿੰਡ ਪੁੰਡਤ ਕਿ ਸ਼ਹਿਰ ਨਹੀਂ ਆ ਸ਼ਹਿਰ ਤੋਂ ਅੱਛਾ ਪਰਿਵਾਰ ਚ ਕਿੰਨੇ ਕ ਜੀ ਆ ਤੁਹਾਡੇ ਅਸੀਂ 4 ਜਨ ਪੈਣ ਪਰਾ ਹਾਂਜੀ ਦੋ ਪੈਣਾ ਨੇ ਅੱਛਾ ਧੀ ਦਾ ਚਲ ਫਿਰ ਤੂੰ ਪਿੰਡ ਚ ਵਿਆਹ ਕਾ ਤੋ ਕਰਾਇਆ ਬਸ ਜਿੱਤੇ ਸੰਜੋਗ ਹੁੰਦੇ ਨੇ ਹੁਣ ਤਾਂ ਉੱਥੀ ਹੈ ਇਹ ਗੱਲ ਤਾਂ ਤੇਰੀ ਸਿਆਣੀਆਂ ਤੇ ਮੇਰੀ ਗੱਲ ਸੁਣ ਆਪਣੀ ਸੱਸ ਕੋਲੇ ਤਾਂ ਗੱਲ ਕਿਤੇ ਕਰਨਾ ਨਹੀਂ ਉਹ ਤੇ ਤੇਰੇ ਭੈਦੀ ਦੀ ਗੱਲ ਕਰਦੀਆਂ ਇੰਨੀ ਪੜ੍ਹੀ ਲਿਖੀ ਐ ਤੂੰ ਇਹ ਤਾਂ ਨਾ ਬਾਲਾ ਕੰਜੂਸਪੁਣਾ ਕਰਦੀ ਆ ਸ਼ੁਰੂ ਤੋਂ ਹੀ ਕੰਜੂਸਣ ਵਾਲੀ ਆ ਹੁਣ ਮੈਂ ਤਾਂ ਸ਼ੁਰੂ ਤੋਂ ਕੰਮ ਤਾਂ ਦੇਲ ਮਲਾਂਗਾ ਕਰੇ ਵੀ ਕੰਮ ਤਾਂ ਦੇਲ ਲਾ ਲਈ ਕੋਈ ਕਹਿ ਕੇ ਐਵੇਂ ਨਾ ਝਾੜੂ ਪੋਚਾ ਕਰਦੀ ਰਹਿ ਜੀ ਲੋ ਜੀ ਫਿਰ ਮੈਨੂੰ ਵਿਆਹ ਕੇ ਕਾਦ ਲੈ ਲਿਆਈ ਨਾ ਜੇ ਮੈਂ ਨਹੀਂ ਕੰਮ ਕਰ ਕਰੂੰਗੀ ਘਰ ਦਾ ਨਹੀਂ ਦੱਸ ਵਿਆਹ ਕੇ ਤੈਨੂੰ ਕਾਦ ਲੈ ਲਿਆ ਤੂੰ ਐਵੇਂ ਕਾਦ ਲਈ ਕਰਕੇ ਆਈਆਂ ਆਪਦੀ ਨੌਕਰੀ ਨੌਕਰੀ ਕਰੀ ਕੋਈ ਹੂੰ ਹਾਂ ਝਾੜੂ ਪੋਚੇ ਥੋੜੀ ਕਰੇਗੀ ਇਹ ਤਾਂ ਨਗੋਚਨ ਵਾਲੇ ਬਾਲੀ ਆ ਕੋਈ ਵੀ ਢਾਲ ਪਾਣੀ ਬਣਾਏਗੀ ਝਾੜੂ ਪੋਚਾ ਲਾਏਗੀ ਇਹ ਤਾਂ ਨਗੋਚਾ ਹੀ ਕਰੀ ਚੱਲੂਗੀ ਫੇਰ ਵੀ ਤਾਂ ਥੋੜੀ ਖੜਕੂਗੀ ਫੇਰ ਤੈਨੂੰ ਗੁੱਸਾ ਤਾਂ ਆਟੋਮੈਟਿਕ ਹੀ ਆਊਗਾ ਤੇ ਤੂੰ ਬਸ ਕੰਮ ਲਈ ਲਾਲ ਕਹਿ ਕੇ ਆਉਦੀ ਨੌਕਰੀ ਕਰੀ ਤੂੰ ਤਾਂ ਸੋਣੀ ਜਨਖੀ ਹੈਗੀ ਆ ਐਵੇਂ ਕੰਮ ਚ ਰਲ ਜੇਂਗੇ ਇੱਥੇ ਕੋਈ ਗੱਲ ਨਹੀਂ ਜੀ ਪੈਸਾ ਤੇ ਲਵਾ ਦੂ ਤੇਰੀ ਸਸਸ ਕੋਲੇ ਚੜਦੇ ਤੂੰ ਚੜਦੇ ਸੂਟ ਮੰਗਾਇਆ ਕਰੀਏ ਤੋ ਹੋਰ ਚੰਗਾ ਪੂਰਾ ਉਹਦਾ ਬੰਠਣ ਕੇ ਰਿਆ ਤਰੀ ਤੈਨੂੰ ਤਾਂ ਲੋੜ ਨਹੀਂ ਕੰਮ ਕੁੰਮ ਦੀ ਮੰਮੀ ਜੀ ਆਈ ਲੈ ਆਪਣੇ ਉਹ ਮਿੱਠਾ ਘਰ ਲਾ ਹਾਂ ਸੁ ਵੀ ਪੀਦਾ ਚ ਨਹੀਂ ਬਾਤਾਂ ਸਿਆਣੀਆਂ ਤੇਰੀ ਨੂੰ ਤਾਂ ਪੈਣੇ ਅੱਛਾ ਕਰ ਲਈਆਂ ਗੱਲਾਂ ਹਾਂ ਮੈਂ ਤਾਂ ਇਹ ਤੋਂ ਘਰ ਪਰਿਵਾਰ ਪੁੱਛਦੀ ਸੀ ਮੰਮੀ ਜੀ ਤੁਸੀਂ ਇਹ ਡੱਬਾ ਦੇ ਲਾ ਡੱਬਾ ਇਨਾ ਸੋਹਣਾ ਦੇ ਤਾਂ ਵਿੱਚ ਫਿਰ ਵੀ ਲੱਡੂ ਹੀ ਪਾਏ ਤੂੰ ਓਹੋ ਨੀ ਗਲਾਵਾਂ ਜਮਣ ਵਾਲਾ ਡੱਬਾ ਤੇ ਨੂੰ ਅੱਡ ਭੇਜ ਦੋ ਐ ਕਿਉਂ ਕਰਦੀ ਆ ਚਲ ਕੋਈ ਨਹੀਂ ਲੈ ਪੱਤ ਖਾਏਂਗੀ ਤਾ ਲੱਡੂ ਲੈ ਆਦਾ ਲੱਡੂ ਨਹੀਂ ਕੋਈ ਨਹੀਂ ਤੂੰ ਵੀ ਕਰ ਮੂੰਹ ਮਿੱਠਾ ਲੈ ਮੈਂ ਤੇ ਰਖਵਾਉਣੀ ਆ ਆਪਣੇ ਹੱਥਾਂ ਨਾਲ ਵਿਆਹ ਚ ਤਾਂ ਇਹਨੇ ਮੈਨੂੰ ਨਹੀਂ ਛੱਡਿਆ ਦੱਸ ਕੋਈ ਤਾਂ ਨਹੀਂ ਤਸੇ ਖਾ ਲੋ ਜੀ ਲੈ ਖੜ ਸੰਗ ਦੀ ਆ ਵਿਚਾਰੀ ਹਾਂ ਸੰਗ ਦੀ ਆ ਭਾਈ ਹੋਰ ਹੋਣਾ ਲੈ ਬਣ ਤੂੰ ਵੀ ਖਾ ਲੈ ਅੱਧਾ ਲੱਡੂ ਨੀ ਤੂੰ ਖਾ ਲਾ ਲੈ ਦੱਸ ਹੁਣ ਇਹੀ ਉਹ ਕਰੀ ਜਾਣੀ ਹੈਗੀ ਨਹੀਂ ਮੈਂ ਤੈਨੂੰ ਡੂੜਾ ਦੇਵਾਂ ਸੇਰੇ ਖੱਤੇ ਆ ਲੈ ਫੜ ਖਾ ਲਾ ਤੂੰ ਡਾ ਸਾਹਮਣਾ ਮੈਨੂੰ ਹਾਂ ਨੂੰ ਤੇਰੀ ਬਹੁਤ ਸੋਹਣੀ ਆ ਸ਼ੁਕਰ ਹੈ ਨਾਲ ਫਿਰ ਨਵੋਚਾ ਨਾ ਗੱਡੀ ਚਾਹੀਏ ਤੇ ਮਗਰ ਨਹੀਂ ਤੇਰੇ ਵਰਗੀ ਨਹੀਂ ਹੈਗੀ ਮੈਂ ਬਿੰਨ ਕੋਚਾ ਕੱਢੂਗੀ ਤੂੰ ਕੱਢਦੀ ਐਂ ਨ ਕੋਚਾ ਤਾਂ ਇਹ ਤੇ ਤੇਰੀ ਆਦਤ ਆ ਨੋ ਕਰੇ ਪਰ ਹੜਵਾਈ ਉਠਾਇਆ ਸੀ ਜਦੋਂ ਤੈਨੂੰ ਮੈਂ ਕਹਤਾ ਵੀ ਅਸੀਂ ਇਕੱਠ ਵੱਟ ਕਰੇ ਨਹੀਂ ਨਹੀਂ ਕਈ ਵਾਰੀ ਬਾਹਰ ਲਈ ਮਠਾਈ ਦੀ ਸੀ ਨਿੱਖਦੇ ਲੋਕੀ ਮਿੰਟੋ ਮਿੰਟ ਜਿੰਨੀ ਮਰਜ਼ੀ ਮਠਾਈ ਖਰੀਦ ਲਾ ਪੈਸਾ ਚਾਹੀਦਾ ਓਹੋ ਮੈਂ ਕਿਹਾ ਬਾਈ ਦਾ ਸੁਭਾਏ ਹੋ ਜੀਆ ਨਹੀਂ ਹੁਣ ਤਾਂ ਮਲਾਵਟਾਂ ਗੀਜੇ ਪਸਾਂਗੀਆਂ ਯਾ ਮੈਂ ਨੋ ਦੇ ਕਰਨਾਲੇ ਸੋਹਣੇ ਨੇ ਕਿ ਤੈਨੂੰ ਡਿਜ਼ਾਈਨ ਸੋਹਣ ਵਾਹ ਕੁੜਾ ਇੰਨਾ ਹਲਾ ਤਮ ਤਾਂ ਨਹੀਂ ਮਰੇ ਇਸ ਨੂੰ ਨਹੀਂ ਲਪਾਇ ਤੂੰ ਭਾਈ ਲੈ ਹੋਰ ਹੁਣ ਨੂ ਦੇ ਪੈੱਕ ਜਾਣ ਪਾਇ ਹੁਣੇ ਆ ਨਾ ਕਰੀ ਜਾਨੀ ਆਪਦਾ ਤੇ ਤੇ ਮਾਰੇ ਮੋٹے ਸੰਗ ਕਰ ਲ ਨਵੀਂ ਨੂ ਦੀ ਤਾਂ ਸੰਗ ਕਰ ਲੈ ਮੇਰੀ ਨਹੀਂ ਮੇਰਾ ਤਾਂ ਪਹਿਲ ਸੁਹਾਈ ਇਹ ਹੋ ਜਾ ਮੈਂ ਤਾਂ ਹਸਣ ਖੇਡਣ ਵਾਲੀ ਆ ਗੁੱਸਾ ਨਾ ਕਰੀ ਮੇਰਾ ਬਥੇਰੇ ਸੋਹਣੇ ਲੱਗਦੇ ਲੈ ਬਾਹਰੇ ਬਾਹਰੇ ਆ ਕਿੰਨੇ ਕਦੇ ਬਣੇ ਸੀ ਨਹੀਂ ਉੱਚਾ ਕਾਹੀ ਪੈਸਾ ਲਾਤਾ ਫਿਰ ਤਾਂ ਤੂੰ ਹੈ ਨਹੀਂ ਤਾਂ ਲੱਗਦਾ ਨਹੀਂ ਸੀ ਨਲਾਂਗੇ ਚਲ ਪੁੱਤ ਕੋਈ ਚਾਹ ਪੀ ਲਾ ਮੈਂ ਤਾਂ ਬਾਹਰ ਜਾ ਕੇ ਪੀ ਲਵਾਂ ਆਪੇ ਆ ਲੈ ਫੜ ਦੋ ਗੱਲਾਂ ਹੋਰ ਕਰ ਲਈ ਚੰਗਾ ਮਨਪ੍ਰੀਤ ਚੱਲ ਬਸ ਆ ਗਈ ਮੈਂ ਵੀ ਚਾਹ ਪੀ ਕੇ ਕੋਈ ਨਹੀਂ ਠੀਕ ਹੈ ਕਰ ਲੋ ਗੱਲਾਂ ਹੋਰ ਬੁੱਤ ਤੂੰ ਉਦਸ ਤਰੇ ਪੀਕ ਕਰਨ ਦੇ ਲਈ ਪਾਇਆ ਹਕਾਂਟੇ ਜੀ ਤੁਸੀਂ ਦੱਸੋ ਤੁਸੀਂ ਠੀਕ ਹੋ ਜੀ ਮੈਂ ਤਾਂ ਠੀਕ ਆ ਚਲੋ ਵਧੀਆ वैसे मेनू ਘਰ ਦੇ ਵੇਲੇ ਦੱਸਿਆ ਨਹੀਂ ਗਾ ਤੁਸੀਂ ਕੀ ਲੱਗਦੇ ਹੋ ਸਾਡੇ ਮੈਂ ਤਾਂ ਤੁਹਾਡੇ ਗਵੰਡਨ ਆ اچھا ਜਿਹੜੀ ਮੇਰੀ ਸੱਸ ਸੀਗੀ ਨਾ ਉਹ ਭੈਣ ਦੀ ਉਹ ਲੱਗਦੀ ਸੀਗੀ ਤਾਇ ਦੇ ਕੁੜੀ ਸੀਗੀ ਮੈਂ ਤਾਂ ਉਹਨਾਂ ਦੇ ਨੂੰ ਆ ਠੀਕ ਹੈ ਜੀ ਹੂੰ ਚਲੋ ਵਧੀਆ ਕੀ ਤਾਂ ਤੁਸੀਂ ਆਗੇ ਮਾਰਜੇ ਕਰੋ ਗੇੜਾ ਮੈਂ ਤਾਂ ਤੇਰਾ ਜੀਲ ਵੱਖ ਰੱਖਿਆ ਕਰੂੰ ਵਧੀਆ ਠੀਕ ਹੈ ਰੋਟੀ ਖਾਓਗੇ ਤੁਸੀਂ ਨਾ ਮੈਂ ਤਾਂ ਲੱਡੂ ਹੱਕ ਦਿਖਾਨੀਆਂ ਬਸ ਬਾਹਰ ਜਾ ਚੱਲ ਕਰ ਲੈ ਤੂੰ RAM ਤੂੰ ਵੀ ਕਹਿੰਦੀ ਹੋਏਂਗੀ ਲੋਹੀ ਪੀ ਲਿਆ ਇਹਨਾਂ ਨੇ ਹੈਨਾ ਨਾ ਜੀ ਨਾ ਐਵੇਂ ਕੀ ਤਾਂ ਕੋਈ ਕਰਨੀ ਚੱਲ ਚੰਗਾ ਪਤਾ ਕਾਲਾ ਟਿੱਕਾ ਬਾਹਰ ਲਾ ਕੇ ਨਿਕਲੇ ਕਰੀ ਹੋਰ ਨਜ਼ਰ ਨਾਲ ਵਾਲੀ ਬਤਿਹਰੀ ਸੋਹਣੀ ਆ ਤੂੰ ਪੰਡੇ ਮਾਂ ਜੀ ਰ ਮਮੀ ਜੀ ਹਾਂ ਪੁੱਤ ਮੈਂ ਮਾਂਜਦੀ ਨਹੀਂ ਤੁਸੀਂ ਨਹੀਂ ਨਹੀਂ ਪੁੱਤ ਮੈਂ ਤਾਂ ਆਪੇ ਕਰ ਲਉ ਹਜੇ ਨਾਲੇ ਮੇਰੀ ਗੱਲ ਸੁਣ ਸਵਾ ਮਹੀਨਾ ਤੱਕ ਨਹੀਂ ਹਜੇ ਦਿਨ ਮੈਂ ਕੰਮ ਕਰ ਲਉਂਦੀ ਠੀਕ ਹੈ ਨਾ ਜਿੰਨਾ ਚਿਰ ਤੇਰਾ ਚੂੜਾ ਨਹੀਂ ਵਧਾਉਂਦੇ ਫੇਰ ਕੀ ਹੋ ਗਿਆ ਮਾਂ ਨਾ ਨਾ ਪੁੱਤ ਆਪਣੇ ਤੁਸੀਂ ਸਾਈਡ ਤੋਂ ਜੀ ਨਹੀਂ ਪੁੱਤ ਸਾਰੀ ਉਮਰ ਹੀ ਕੰਮ ਹੀ ਕਰਨੀ ਹੈ ਜੀ ਜਾ ਤੂੰ ਆਪ ਦਾ ਅੰਦਰ ਮੇਕਅਪ ਕਰ ਲਾ ਤੇ ਤਿਆਰ ਹੋ ਕੇ ਆ ਬਹਿ ਜਾ ਨਾਲੇ ਆਸ ਪੜੋਸ ਚ ਬੁੜੀਆਂ ਆ ਜਾਂਦੀਆਂ ਨੇ ਠੀਕ ਹੈ ਹਾਂ ਠੀਕ ਹੈ ਮਮੀ ਜੀ ਹਾਂ ਠੀਕ ਹੈ ਤਰਾ ਨਾਮ ਕੋਈ ਨਹੀਂ ਤੁਹਾਡਾ ਨਾਮ ਕੀ ਹੈ ਤੁਹਾਨੂੰ ਪਤਾ ਤਾਂ ਹੈਗਾ ਮੇਰਾ ਨਾਮ ਕੀ ਹੈ ਉਹ ਤਾਂ ਮੈਨੂੰ ਪਤਾ ਹੈ ਕਈ ਵਾਰ ਕੱਚਾ ਨਾਮ ਵੀ ਹੁੰਦਾ ਉਹ ਤੇਰਾ ਨਾਮ ਪੱਕਾ ਤੇ ਕੱਚਾ ਨਾਮ ਕੀ ਹੈ ਤੇਰਾ ਪ੍ਰਵੀਨ ਪ੍ਰਵੀਨ ਇਹ ਕਾਹਦਾ ਨਾਮ ਹੋਇਆ ਮੈਂ ਤਾਂ ਨਾ ਗਲਾਬੋ ਕਿਆ ਕਰੂੰਗਾ ਗਲਾਬੋ ਨਹੀਂ ਜੀ ਮੈਨੂੰ ਨਹੀਂ ਗਲਾਬ ਹੋਣਾ ਪਸੰਦ ਹੈਗਾ ਤੁਸੀਂ ਮੈਨੂੰ ਪ੍ਰਵੀਨ ਹੀ ਕਿਹਾ ਕਰੋ ਚਲ ਠੀਕ ਹੈ ਫੇਰ ਪ੍ਰਵੀਨ ਕਰਿਆਗਾ ਹਾਂ ਤੇ ਆਦਾ ਮੁਖੜਾ ਦਿਖਾ ਦੇ ਹੁਣ ਮੈਨੂੰ ਅੱਛਾ ਮੂੰਹ ਦੇਖ ਰਹੇ ਤੁਸੀਂ ਮੇਰਾ ਹੂੰ ਲੈ ਸ਼ਗਨ ਦੋ ਸ਼ਗਨ ਭਾਬੀ ਤੂੰ ਕੁਛ ਲੈਤਾ ਨਹੀਂ ਉਹ ਫ੍ਰੀਜ ਦਿਖਾਇਆ ਨਾ ਘਰ ਆਜ ਤੂੰ ਕਦ ਸ਼ਗਨ ਹੁੰਦਾ ਕਮਾਲ ਕਰੀ ਇੰਨੇ ਤੂੰ ਤੇ ਤੇ ਫਿਰ ਮੈਂ ਭਾਬੀ ਨੂੰ ਥੋੜੀ ਨਾ ਕਹਿੰਦੀ ਚੰਗੀ ਲੱਗਦੀ ਹੈ ਮੈਨੂੰ ਸ਼ਗਨ ਦੋ ਤੁਹਾਡੇ ਤੇ ਤਾਂ ਹੱਕ ਮੇਰਾ ਹੈ ਗਈ ਆ ਲੈ ਸ਼ਗਨ ਦੋ ਪਹਿਲਾਂ ਨਾਲੇ ਪਹਿਲੀ ਵਾਰ ਤੁਸੀਂ ਮੇਰਾ ਫੇਸ ਦੇਖਣਾ ਤਾਂ ਸ਼ਗਨ ਤਾਂ ਬੰਦ ਹੀ ਆ ਉਹ ਐ ਤੇ ਮੈਂ ਤੇਰਾ ਫੋਟੋ ਤਾਂ ਦੇਖਿਆ ਹੋਇਆ ਚਲੋ ਕੋਈ ਗੱਲ ਨਹੀਂ ਫਿਰ ਤੁਸੀਂ ਦੁਬਾਰਾ ਫੋਟੋ ਹੀ ਦੇਖ ਲਓ ਮੇਰੀ ਮੈਨੂੰ ਰਾਂਦੋਂ ਦੇਖਣ ਵਾਲਾ ਜੇ ਪੈਸਿਆਂ ਦੀ ਗੱਲ ਲੈ ਲੈ ਪੈਸੇ ਲੈ ਲੈ ਰਾਂਦੋਂ ਤੁਸੀਂ ਨਾ ਕਰੋ ਨਹੀਂ ਮੈਂ ਤੇ ਗੁੱਸਾ ਕਰਗੀ ਲੈ 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 ਹਾਂ ਹੁਣ ਤੂੰ ਦਿਖਾ ਦੇ ਵਾਹ ਗੋਸ ਤੇ ਮਿੱਠੀ ਹੋਣੀ ਐਂਕਸਰ ਮੈਨੂੰ ਨੁਕਸਾਨ ਨਾ ਹਾਂਜੀ ਝੂਠਕ ਨਹੀਂ ਮਾਰਦੀ ਨਹੀਂ ਅੰਨੇ ਵੀ ਗੱਲ ਹੋ ਗਈ ਤੇ ਮੇਰੀ ਮਾਂ ਉਹ ਵੀ ਬਹੁਤ ਵਧੀਆ ਸੁਭਾਅ ਦੇ ਨੇ। ਉਹ ਸਾਰੀਆਂ ਕਹਿੰਦੀਆਂ ਤੂੰ ਦੱਸ। ਨਹੀਂ ਜੀ, ਸਾਰੀਆਂ ਨਹੀਂ ਕਹਿੰਦੀਆਂ ਉਹਨਾਂ ਨੂੰ। ਹੂੰ। ਤੇ ਮੈਂ ਹੀ ਕਹਿ ਬਿਉਂਦਾ ਸੁਭਾਅ ਵਧੀਆ। ਗਵੰਡਨ ਆਈ ਸੀ ਆਪਣੀ। ਹੂੰ। ਉਹ ਕਹਿ ਕੇ ਗਈ ਸੀ ਮੈਨੂੰ ਕਿਸ ਬਾਤ ਜਮਾਈ ਨਹੀਂ ਵਧੀਆ ਹੈਗਾ। ਤੁਸੀਂ ਕਹਿੰਦੇ ਵੀ ਸਾਰੇ ਕਹਿੰਦੇ ਨੇ ਉਹਨਾਂ ਦਾ ਸੁਭਾਅ ਵਧੀਆ। ਮੈਂ ਤਾਂ ਸਾਰੇ ਕਹਿੰਦੇ ਤੇ ਬਾਪੂ ਬਾਪੂ ਜੀ ਨੂੰ ਤਾਂ ਅਜੇ ਮਿਲੀ ਹੋਈ ਨਹੀਂ। ਮਿਲੀ ਨਹੀਂ। ਚਾਹ ਠੀਕ ਆ ਕੋਈ ਨਹੀਂ ਮਿਲਣੀ ਉਹਨੂੰ ਵੀ। ਤੇ ਹੁਣ ਆਪਾਂ ਬਾਹਰ ਘੁੰਮਣ ਚੱਲੀ ਬਾਹਰ ਜਾਣਾ ਕੋ ਮੰਲੀ ਪਰ ਆਪ ਘਰ ਕੀ ਕਵਾਂਗੇ ਘਰ ਕੀ ਕਹਿੰਦੇ ਹੁੰਦੇ ਆਪਾਂ ਇਹ ਕਮਣ ਜਾਣਾ ਨਾਲ ਬਾਪੂ ਨਾਲ ਗੱਲ ਹੋਈ ਹੋਈ ਐ ਆਪਾਂ ਦੋਨਾਂ ਨੇ ਜਾਣਾ ਦਵਾਈ ਘੁਮ ਕੇ ਆਵਾਂਗੇ 10 15 ਦਿਨ ਹਾਏ ਮੈਂ ਮਰ ਜਾ ਸੱਚੀ ਤੇ ਹੋਰ ਤੇ ਮੰਮੀ ਜੀ ਤਾਂ ਨਹੀਂ ਕੁਝ ਕਹਿਣਗੇ ਮੰਮੀ ਨੇ ਕੁਝ ਨਹੀਂ ਕਿਹਾ ਉਹ ਤੇ ਆਪ ਕਹਿੰਦੀ ਐ ਵੀ ਤੁਸੀਂ ਜਾਓ ਠੀਕ ਐ ਜੀ ਮੈਂ ਤਿਆਰ ਹਾਂ ਤੇਰਾ ਪ੍ਰਾਇ ਕਰ ਦਮ ਮੈਂ ਟਿਕਟਾਂ ਬੁੱਕ ਕਰਾ ਕੇ ਆਉਣਾ ਠੀਕ ਹੈ ਜੀ ਤੇ ਤੇਰਾ ਪਾਸਪੋਰਟ ਮੈਂ ਹੁਣੇ ਜਾਉਂ ਤੇ ਤੇਰਾ ਪਾਸਪੋਰਟ ਬਣਿਆ ਹੋਇਆ ਤੇ ਮੈਂ ਤਾਂ ਬਹੁਤ ਟਾਈਮ ਦਾ ਬਣਵਾਇਆ ਹੋਇਆ ਚਲ ਆ ਤੇ ਵਧੀਆ ਗੱਲ ਹੈ ਤੇਰਾ ਪਾਸਪੋਰਟ ਬਣਿਆ ਹੋਇਆ ਨਹੀਂ ਅਪਲਾਈ ਕਰਨਾ ਪੈਂਦਾ ਤਿੰਨ ਚਾਰ ਮਹੀਨੇ ਲੱਗ ਜਾਂਦੇ ਚਲ ਆ ਤੇ ਵਧੀਆ ਗੱਲ ਹੈ ਜਦੋਂ ਮੈਂ ਪੜਦੀ ਸੀ ਨਾ ਉਹਦੀ ਬਣਵਾਤਾ ਸੀ ਮੰਮੀ ਹੋਰੇ ਨੇ ਮੇਰਾ ਪਾਸਪੋਰਟ ਦਾ ਚਲ ਆ ਤੇ ਵਧੀਆ ਕੀਤਾ ਤੇਰੀ ਮੰਮੀ ਨੇ ਸਿਆਣੀ ਆ ਤੇਰੀ ਮੰਮੀ ਚਲ ਮੈਂ ਹੁਣ ਜਾਣਾ ਤੇ ਮੈਂ ਟਿਕਟਾਂ ਬੁੱਕ ਕਰਾ ਕੇ ਆਉਣਾ ਤੇ ਬਾਪੂ ਨੂੰ ਕਹਣਾ ਕੱਢ ਪੈਸੇ ਜਿਵਕਾਰ ਹਲਕੀ ਚੰਗਾ ਠੀਕ ਹੈ ਜੀ ਸੱਚੀ ਇਹਨਾਂ ਦਾ ਸੁਭਾਅ ਕਿੰਨਾ ਵਧੀਆ ਛਲ ਕੋਈ ਗੱਲ ਨਹੀਂ ਐਨੇ ਟਿਕਟ ਬੁੱਕ ਕਰਵਾ ਕੇ ਆਂਦੇ ਨੇ ਐਨੇ ਮੈਂ ਤਿਆਰੀ ਕਰ ਲੈਣੀ ਆ ਕੱਪੜੇ-ਕੁਪੜੇ ਸਾਮ ਦਿਨੀ ਆ ਨਹੀਂ ਭੈਣੇ ਭੈਣੇ ਪਤਾ ਨਹੀਂ ਕਿੱਧਰ ਬੜੀਆਂ ਓਹੋ ਕੀ ਹੋ ਗਿਆ ਕਿਵੇਂ ਆ ਵਧੀਆ ਹੋਰ ਦੱਸ ਠੀਕ ਹੈ ਲਾ ਕੁੜੇ ਤੇਰੀ ਨੂਕ ਹੀ ਆਈ ਤੂੰ ਤਾਂ ਨਾ ਸਾਡੀ ਖਬਰ ਸਾਰ ਲੈਣੀ ਆ ਨਾ ਤੂੰ ਬਾਹਰ ਨਿਕਲਦੀ ਆ ਲੈ ਅਰੇ ਕਿੰਨਾ ਕੁ ਟਾਈਮ ਹੋ ਗਿਆ ਫਿਰ ਹੁਣ ਘਰ ਹੀ ਰਹਿਣੀ ਆ ਅੱਗੇ ਮੈਂ ਕਿੰਨਾ ਕੁ ਬਾਹਰ ਨਿਕਲਦੀ ਹੁੰਦੀ ਸੀਗੀ ਇਹਨੂੰ ਵੀ ਤਾਂ ਪਤਾ ਹੀ ਹੈਗਾ ਨਾ ਨਹੀਂ ਅਸੀਂ ਤਾਂ ਕਹਿ ਕੇ ਕਿ ਚੰਨੀ ਦਾ ਵਿਆਹ ਕਰਾਇਆ ਸਾਡੇ ਅਰ ਕੰਦੇ ਅੱਖਾਂ ਪੱਕੀਆਂ ਪਈਆਂ ਸੀ ਵੀ ਸਾਡੇ ਗਵੰਡਾ ਦੇ ਮੁੰਡੇ ਦਾ ਵਿਆਹ ਨਹੀਂ ਹੁੰਦਾ ਵਿਆਹ ਨਹੀਂ ਹੁੰਦਾ ਤੇ ਤੂੰ ਜਦੋਂ ਆਪਦਾ ਮੁੰਡਾ ਵਹਿ ਚੁੱਪਚੀ ਪੀਤੀ ਵਿਆਹ ਲਈ ਸਾਨੂੰ ਸੱਦਿਆ ਵੀ ਨਹੀਂ ਨਹੀਂ ਭੈਣੇ ਬਾਲੇ ਉਹ ਹੀ ਗੱਲ ਦੋ ਚਾਰ ਦਿਨਾਂ ਦਾ ਟਾਈਮ ਨਿਕਲਿਆ ਸੀਗਾ ਨਾਲੇ ਗਰਮੀ ਸੀ ਬਾਹਲੀ ਲੈ ਗਰਮੀ ਨੂੰ ਕੀ ਆ ਏਸ਼ੀਆ ਵਾਲੇ ਕਿਸੇ ਕੀਤਾ ਹੋਣਾ ਹੋਟਲ ਹੋਟਲ ਚ ਅਸੀਂ ਸਾਡੇ ਅਰਗਜਾਵੜ ਦੇ ਚਾਰ ਜਣੇ ਅਸੀਂ ਤਾਂ ਸਾਡੇ ਤਾਂ ਹੁਣ ਐ ਰਹਿ ਆ ਵੀ ਬਾਅਦ ਚ ਪਾਲਟੀਪੁਲਟੀ ਕਰ ਦਾਂਗੇ ਧੰਨਵਾਦ ਸਾਰਾ ਉਹ ਤਾਂ ਮੈਂ ਤੁਹਾਡਾ ਸ਼ੁਰੂ ਤੋਂ ਹੀ ਪਤਾ ਤੁਸੀਂ ਤਾਂ ਕੰਜੂਸਪੁਣਾ ਵਾਲਾ ਕਰਦੇ ਆ ਸ਼ੁਰੂ ਤੋਂ ਹੀ ਲੈ ਦੱਸ ਤਾਂ ਤਾਂ ਇਹ ਹੋਊਗਾ ਵੀ ਕੋਈ ਦੋ ਗਲਾਬ ਜਮਣਾ ਵੱਧਣਾ ਲੱਗ ਜਾਂਦਾ ਨਹੀਂ ਹੁਣ ਖਾ ਲਈ ਜਿਹੜਾ ਡੱਬਾ ਖਾਣਾ ਹੈਗਾ ਗਲਾਬ ਜਮਣਾ ਬਥੇਰੀਆਂ ਨਹੀਂ ਬਸ ਮੈਨੂੰ ਪਤਾ ਹਾਂ ਤੂੰ ਕੋਈ ਵਰਫੀ ਖਵਾਉਣੀ ਆ ਨੋ ਆ ਗਈ ਤੇਰੀ ਘਰੇ ਬਸ ਬਸ ਵਿਆਹ ਪ੍ਰਾਣਾ ਕਰਤਾ ਹੁਣ ਕਹਿੰਗੇ ਕਿਹੜਾ ਪ੍ਰਾਣਾ ਹੋ ਗਿਆ ਐਡੀ ਚੇਦੀ ਵਿਆਹ ਪ੍ਰਾਣਾ ਹੋ ਗਿਆ ਚਲ ਕਿਵੇਂ ਆ ਤੇਰੀ ਨੂੰ ਮੇਰੀ ਨੂੰ ਤਾਂ ਬੜੀ ਵਧੀਆ ਹਾਂ 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 ਸੋਹਣੀ ਸੁਨੱਖੀ ਆ ਹੈ ਸੋਹਣੀ ਸੁਨੱਖੀ ਤੇਰੀ ਸੋਹਣੀ ਤਾਂ ਹੀ ਨਹੀਂ ਤੂੰ ਸੱਦੇ ਆ ਵੀ ਨਜ਼ਰ ਲਾ ਲਾ ਨਹੀਂ ਮਰ ਕੋਈ ਤੇ ਤੈਨੂੰ ਦੱਸੋ ਤਾਂ ਦਿੱਤਾ ਹੋਰ ਦੱਸ ਕੀ ਦੱਸਾਂ ਮੈਂ ਤਾਂ ਬਹੁਤ ਗੁੱਸਾ ਪੈਣ ਜਿਹਰੇ ਤੇ ਹੁੰਦਾਗਾ ਉਹ ਤਾਂ ਤੇਰੀ ਗੱਲ ਠੀਕ ਆ ਕੋਣ ਸੇ ਇਹ ਵਾ ਕਰ ਲਾਂਗੇ ਜਿਹੜੀ ਕਰਨੀ ਹੈ ਤੇਰੀ ਕੋਈ ਨਹੀਂ ਫੇਰ ਤੂੰ ਕਾਦਨੀ ਪਿੰਡ ਵਾਲੇ ਗੱਲਾਂ ਬਣਾਉਂਦੇ ਆ ਫੇਰ ਪਿੰਡ ਵਾਲੇ ਹੋਰ ਕੀ ਕਰਨ ਨਹੀਂ ਪਿੰਡ ਵਾਲਾ ਪਹਿਲਾਂ ਤਾਂ ਤੂੰ ਉਹ ਨਹੀਂ ਕਰਦਾ ਜਦੋਂ ਸਾਲ ਤੂੰ ਸਵਣ ਪਾ ਕੇ ਛੱਡੀ ਰੱਖਿਆ ਉਦੋਂ ਐਂ ਲੱਗਦਾ ਸੀ ਵੀ ਜਵਾਬ ਦੇਤਾ ਹੁਣ ਕੀ ਪਤਾ ਪਿੰਡ ਵਾਲੇ ਸੋਚਣ ਲੱਗ ਪੈਣ ਵੀ ਕੋਈ ਹੋਰ ਕੁੜੀ ਵਿਆਹ ਕੇ ਲੈਂਦੀ ਹੋਣੀ ਆ ਤਾਂ ਨਹੀਂ ਸੱਦਿਆ ਵਿਆਹ ਹਾਏ ਹਾਏ ਨਹੀਂ ਦੁਨੀਆ ਤਾਂ ਸੋਚਦੀ ਰਹਿੰਦੀ ਆ ਸੋਚੀ ਜਾਣਦੇ ਐਨੀਆਂ ਗੱਲਾਂ ਦਾ ਮੈਂ ਪ੍ਰਵਾਹ ਨਹੀਂ ਕਰਦੀ ਹੁੰਦੀ ਨਾਲੇ ਹਾਂ ਪ੍ਰਵਾਹ ਨਹੀਂ ਕਰਦੀ ਕਰਨੀ ਪੈਂਦੀ ਆ ਭਣੇ ਆਂਡ ਗਵਾਂਡ ਦੀ ਤਾਂ ਪ੍ਰਵਾਹ ਆ ਐਨਾ ਫਿਰ ਫਿਰ ਤਾਂ ਸੋਚੀ ਜਾਓ ਲੋਕਾਂ ਵਾਸਤੇ ਕੋਈ ਨਹੀਂ ਫਿਰ ਭੜ ਭਲਾ ਨੂੰ ਸਾਡੇ ਜਵਾਕਾਂ ਦੇ ਵਿਆਹ ਹੋਣਗੇ ਸਤਾਪ ਨਹੀਂ ਸਾਡੇ ਜੇ ਇਹੋ ਜਿਹਾ ਕਿਸ ਨੇ ਸੱਦ ਲਿਆ ਚੰਗਾ ਤੂੰ ਐ ਕਰ ਨੂਰਾਨੀ ਦੇ ਕੇ ਲੈ ਤੂੰ ਚਾਹ ਚੂਤਾ ਲਿਆ ਅੱਜ ਬਰਫੀ ਨਾਲ ਮੈਂ ਪੀ ਕੇ ਜਾਊਂਗਾ ਆਫੀ ਪਿਆ ਨੂੰ ਚਾਹ ਚੂਤੇ ਦੀ ਕੀ ਗੱਲ ਐ ਮੈਂ ਤੈਨੂੰ ਕਹੀ ਤਾਂ ਜਾਨੀ ਆ ਚਲ ਨੜੇ ਤੂੰ ਆਵਦੀ ਨੋ ਭਾਰੀ ਨਹੀਂ ਕੱਢੀ ਕੋੜੇ ਮੈਂ ਕਿਹਾ ਗੁਰਦੁਆਰੇ ਲੈ ਕੇ ਆਉਗੀ ਸੁਬਾ ਚੱਲ ਉੱਥੇ ਦੇਖ ਲਾਵਾਂਗੇ ਅੱਜ ਇੱਥੇ ਇਕੱਠੀਆਂ ਹੋਵਾਂਗੇ ਹੋਰ ਵਿਵਹਾ ਦਾ ਲਾਇਕ ਹੀ ਨਹੀਂ ਆਉਂਦੀ ਉਹਨੂੰ ਕਿਤੇ ਕੋਈ ਨਹੀਂ ਹਜੇ ਮੇਰੇ ਬਾਹਰ ਮੈਂ ਬਾੜਾ ਕੱਢੀ ਨਹੀਂ ਹੈਗੀ ਤੈਨੂੰ ਮੇਰੇ ਸਹਬਾ ਦਾ ਪਤਾ ਹੀ ਐ ਓਹੋ ਕਹਿੰਦੀ ਹੋਏਗੀ ਕੋਈ ਮੱਥੇ ਲੱਗ ਜੂ ਐਵੇਂ ਲੈ ਕੇ ਆ ਮੈਂ ਤਾਂ ਕੋਈ ਐ ਐ ਜੇ ਮੈਂ ਮਾਂਚ ਨਹੀਂ ਹੈਗੀ ਮੈਂ ਕੋਈ ਮੱਥੇ ਲੱਗ ਜੂ ਕੋਈ ਨਹੀਂ ਚੱਲ ਕਿੱਥੇ ਤੇਰੀ ਨੂੰ ਅੰਦਰ ਹੀ ਆਪਾਂ ਵੀ ਕਿਸੇ ਦਿਨ ਨੂੰ ਹਾਂ ਧੀਆਂ ਸੀ ਸਾਨੂੰ ਨਹੀਂ ਕਿਸੇ ਗੱਲ ਦਾ ਵਹਿਮ ਹੈਗਾ ਨਾਲੇ ਮੈਂ ਤੈਨੂੰ ਦੱਸਾਂ ਚੱਲ ਅੰਦਰ ਮੈਂ ਕਿਹਾ ਵਹਿਮ ਤਾਂ ਹੋ ਹੀ ਜਾਂਦਾ ਪਹਿਲਾਂ ਮਨ ਜਿਵੇਂ ਚੰਨੀ ਵੇਖ ਲੱਗ ਦਸ ਸਾਲਾਂ ਬਾਅਦ ਹੋਇਆ ਤੇਰੇ ਹੁਣ ਫਿਰ ਮੈਂ ਕਿਹਾ ਚੱਲ ਨੂੰ ਨਵੀਂ ਨਵੇਲੀ ਆਈ ਆ ਵਿਆਹ ਕਰਾ ਕੇ ਹੋ ਹੀ ਜਾਂਦਾ ਮੜਾ ਮੋਟਾ ਤੜੀਏ ਚੱਲ ਆ ਜਾ ਕੋਈ ਨਾ ਚੱਲ ਅੰਦਰ ਚੱਲ ਕੁੜੇ ਮਾਨਪਰੀ ਤਾਂ ਆ ਰਕੇ ਮੈਨੂੰ ਦੇਖ ਲਾ 니ਵਾ ਤੇਰੀ ਨੂੰ ਤਕੋਂ ਡੱਡੀ ਬੈਠੀ ਐ ਤੇਰੇ ਤੋਂ ਵੀ ਜ਼ਿਆਦਾ ਚੰਟਾ ਮੈਨੂੰ ਕੋਈ ਜਲਦੀ ਦੇਖਣਾ ਲਵੇ ਹੋਰ ਹੁਣ ਸੰਗ ਹੁੰਦੀ ਐ ਨਿਆਣੀ ਕੁੜਕੀ ਇਕ ਖੰਦਰਾ 니ਵਾ ਨਹੀਂ ਬੜੀ ਸੋਹਣੀ ਐ ਤੇਰੀ ਨੂੰ ਨਜ਼ਰ ਨਾ ਲੱਗ ਜਾ ਕਿਤੇ ਬਚਾ ਕੇ ਰੱਖੀ ਬਾਹਰ ਘਟ ਵੱਦੀ ਕੱਢੀ ਤੂੰ ਤਾਂ ਇਹਨੂੰ ਕੱਢੀ ਨਾ ਚੱਲ ਬਣਾ ਕੇ ਲਿਆ ਤੂੰ ਹੁਣ ਮੇਰੇ ਵਾਸਤੇ ਚਾਹ ਚੂ ਬੈਠੇ ਰਹਿਣਗੇ ਕੋਈ ਨਹੀਂ ਮੈਂ ਤੇਰੀ ਨੂੰ ਨੂੰ ਲੂਤਾਂ ਲਾ ਕੇ ਜਾਂਦੀ ਕਿਧਰੇ ਲੈ ਦੱਸ ਮੈਂ ਆ ਗੱਲ ਕਹੀ ਏ ਤੈਨੂੰ ਕੁੜੇ ਮਾਂ ਪ੍ਰਿਤੇ ਤੁਸੀਂ ਗੱਲਾਂ ਕਰੋ ਮੈਂ ਚਾਹ ਪਾਣੀ ਲਿਆਉਣੀ ਐ ਚਲ ਠੀਕ ਐ ਪੁੱਤ ਮੈਂ ਤਾਂ ਛੇੜ ਹੀ ਜਾਨੀ ਗੁੱਸਾ ਨਾ ਕਰ ਲਈ ਮੇਰਾ ਲੈ ਕੁੜੇ ਫਿਰ ਕਿੰਨੀਆਂ ਪੜ੍ਹੀਆਂ ਤੂੰ ਮੈਂ ਤਾਂ ਜੈਮੇ ਕੀਤੀ ਆ ਵਾਹ ਇੰਨੀ ਪੜ੍ਹਾਈ ਕੀਤੀ ਹੈ ਨਾ ਜੇ ਤੂੰ ਪਿੰਡ ਪੁੰਡਤ ਕਿ ਸ਼ਹਿਰ ਨਹੀਂ ਆ ਸ਼ਹਿਰ ਤੋਂ ਅੱਛਾ ਪਰਿਵਾਰ ਚ ਕਿੰਨੇ ਕ ਜੀ ਆ ਤੁਹਾਡੇ ਅਸੀਂ 4 ਜਨ ਪੈਣ ਪਰਾ ਹਾਂਜੀ ਦੋ ਪੈਣਾ ਨੇ ਅੱਛਾ ਧੀ ਦਾ ਚਲ ਫੇਰ ਤੂੰ ਪਿੰਡ ਚ ਵਿਆਹ ਕਾ ਤੋ ਕਰਾਇਆ ਬਸ ਜਿੱਤੇ ਸੰਜੋਗ ਹੁੰਦੇ ਨੇ ਹੁਣ ਤਾਂ ਉੱਥੀ ਹੈ ਇਹ ਗੱਲ ਤਾਂ ਤੇਰੀ ਸਿਆਣੀਆਂ ਤੇ ਮੇਰੀ ਗੱਲ ਸੁਣ ਆਪਣੀ ਸੱਸ ਕੋਲੇ ਤਾਂ ਗੱਲ ਕਿਤੇ ਕਰਨ ਨਹੀਂ ਤ ਤੇਰੇ ਫੈਦੇ ਦੀ ਗੱਲ ਕਰਦੀਆਂ ਇੰਨੀ ਪੜੀ ਲਿਖਿਆ ਤੂੰ ਇਹ ਤਾਂ ਨਾ ਬਾਲਾ ਕੰਜੂਸ ਬੁਣਾ ਕਰਦੀ ਆ ਸ਼ੁਰੂ ਤੋਂ ਹੀ ਕੰਜੂਸਣ ਵਾਲੀ ਆ ਹੁਣ ਮੈਂ ਤਾਂ ਸ਼ੁਰੂ ਤੋਂ ਕੰਮ ਤਨ ਦੇਣ ਮਲਾਈਆਂ ਕਰੇ ਵੀ ਕੰਮ ਤਨ ਦੇਣ ਲਈ ਲਾ ਲਈ ਕੋਈ ਕਹਿ ਕੇ ਐਵੇਂ ਨਾ ਝਾੜੂ ਪੋਚਾ ਕਰਦੀ ਰਹੀ ਜੀ ਲੋ ਜੀ ਫਿਰ ਮੈਨੂੰ ਵਿਆਹ ਕਿ ਕਦ ਲਈ ਲਿਆਈ ਨਹੀਂ ਜੇ ਮੈਂ ਨਹੀਂ ਕੰਮ ਕਰਾਂਗੂਗੀ ਘਰ ਦਾ ਹਮ ਇਹ ਦੱਸ ਵਿਆਹ ਕਿ ਤੈਨੂੰ ਕਦ ਲਈ ਲਿਆ ਤੂੰ ਐਵੇਂ ਕਦ ਲਈ ਕਰਕੇ ਆਈਆਂ ਆਪਦੀ ਨੌਕਰੀ ਨੌਕਰੀ ਕਰੀ ਕੋਈ ਹਮ ਘੰਟਾ ਢੋਪ ਚੋੜੀ ਕਰੇਗੀ ਇਹ ਤਾਂ ਨਗੋਚਨ ਵਾਲੇ ਬਾਲੀ ਆ ਕੋਈ ਵੀ ਢਾਲ ਪਾਣੀ ਬਣਾਏਗੀ ਝਾੜੂ ਪੋਚਾ ਲਾਏਗੀ ਇਹ ਤਾਂ ਨਗੋਚਾ ਹੀ ਘਰੀ ਚੱਲੂਗੀ ਫੇਰ ਵੀ ਤਾਂ ਥੋੜੀ ਖੜਕੂਗੀ ਫੇਰ ਤੇਨ ਗੁੱਸਾ ਤਾਂ ਆਟੋਮੈਟਿਕ ਹੀ ਆਊਗਾ ਤੇ ਤੂੰ ਬਸ ਕੰਮ ਵਾਲੀ ਲਾਲ ਕਹੀ ਕਿ ਆਵਦੀ ਨੌਕਰੀ ਕਰੀ ਤੂੰ ਤਾਂ ਸੋਣੀ ਜਨਖੀ ਹੈਗੀ ਆ ਐਵੇਂ ਕੰਮ ਚ ਰਲ ਜੇਂਗੇ ਇੱਥੇ ਕੋਈ ਗੱਲ ਨਹੀਂ ਜੀ ਪੈਸਾ ਤੇ ਲਗਾ ਦੂ ਤੇਰੀ ਸੱਸ ਕੋਲੇ ਚੜਦੇ ਤੂੰ ਚੜਦੇ ਸੂਟ ਮੰਗਾਇਆ ਕਰੀਏ ਤੋ ਹੋਰ ਚੰਗਾ ਪੂਰਾ ਆਪ ਦਾ ਵੰਠਣ ਕੇ ਰਿਆ ਪਰ ਤੈਨੂੰ ਤਾਂ ਲੋੜ ਨਹੀਂ ਕੰਮ ਕੁੰਮ ਦੀ ਮੰਮੀ ਜੀ ਆਈ ਚੱਲ ਵਧੀਆ ਦੋਵੇਂ ਨੌ ਸੱਸ ਖੁਸ਼ ਖੁਸ਼ ਰਿਹਾ ਕਰਿਓ ਚੰਗਾ ਕਦੇ ਲੜੇ ਲੁੜਿਆ ਨਾ ਐਵੇਂ ਲੜਾਈ ਦਾ ਤਾਂ ਬਸ ਹੁਈ ਕਾਲਾ ਹਾਂਜੀ ਹਾਂ ਆਂਡ ਗਵਾੜ ਨੂੰ ਜਲੂਸ ਨਹੀਂ ਦਿਖਾਈਦਾ ਹੁੰਦਾ ਮੇਰਾ ਗੱਤ ਸਿਆਣਾ ਬਣ ਕੇ ਰਹੀ ਵਧੀਆ ਤੂੰ ਤਾਂ ਮੈਨੂੰ ਤਾਂ ਸਿਆਣੀ ਲੱਗਦੀ ਆ ਵੈਸੇ ਤੂੰ ਵਧੀਆ ਇੰਨੀ ਪੜਾਈ ਲਿਖਾਈ ਕੀਤੀ ਆ ਹਾਂਜੀ ਇਹ ਤੇ ਆਪਣੇ ਮਨਪ੍ਰੀਤ ਲਿਆ ਨੂੰ ਮਿਠਾ ਕਰ ਲਾ ਹਾਂ ਵੀ ਵੀ ਦਾ ਚ ਨੀ ਬਾਤਾਂ ਸਿਆਣੀਆਂ ਤੇਰੀ ਨੂੰ ਤਾਂ ਪੈਣੇ ਅੱਛਾ ਕਰ ਲਈਆਂ ਗੱਲਾਂ ਹਾਂ ਮੈਂ ਤਾਂ ਇਹ ਤਾਂ ਘਰ ਪਰਿਵਾਰ ਪੁੱਛਦੀ ਸੀ ਮम्मी ਜੀ ਤੁਸੀਂ ਨੀ ਡੱਬਾ ਦੇ ਲਾ ਡੱਬਾ ਇਨਾ ਸੋਹਣਾ ਦੇ ਤਾਂ ਵਿੱਚ ਫਿਰ ਵੀ ਲੱਡੂ ਹੀ ਪਾਏ ਤੂੰ ਓਹੋ ਨੀ ਗਲਾਵ ਜਮਣ ਵਾਲਾ ਡੱਬਾ ਤੇ ਨੂੰ ਅੱਡ ਭੇਜ ਦੋ ਐ ਕਿਉਂ ਕਰਦੀ ਆ ਚਲ ਕੋਈ ਨਹੀਂ ਲੈ ਪਤ ਖਾਏਂਗੀ ਤੋ ਲੱਡੂ ਲੈ ਆਦਾ ਲੱਡੂ ਨਹੀਂ ਕੋਈ ਨਹੀਂ ਤੂੰ ਵੀ ਖਾ ਰ ਮੂੰ ਮਿੱਠਾ ਲੈ ਮੈਂ ਤੇਰੇ ਖਵਾਉਣੀ ਆਂ ਆਪਣੇ ਹੱਥਾਂ ਨਾਲ ਵਿਆਹ ਚ ਤਾਂ ਇਹਨੇ ਮੈਨੂੰ ਨਹੀਂ ਸੱਦਿਆ ਦੱਸ ਕੋਈ ਗਣੀ ਤੋ ਸਿੱਖਾ ਲੋ ਜੀ ਲੈ ਖੜ ਸੰਗ ਦੀ ਆ ਵਿਚਾਰੀ ਹੈ ਸੰਗ ਦੀ ਆ ਭਾਈ ਹੋਰ ਹੋਣਾ ਲੈ ਬਣ ਤੂੰ ਵੀ ਖਾ ਲ ਅੱਧਾ ਲੱਡੂ ਨਹੀਂ ਤੂੰ ਖਾ ਲਾ ਲੈ ਦੱਸ ਹੁਣ ਇਹ ਹੀ ਉਹ ਕਰੀ ਜਾਨੀ ਹੈਗੀ ਨੀ ਮੈਂ ਤਾਂ ਲੁੱਡੂੜਾ ਪਾਛੇ ਰੇ ਖੱਤੇ ਆ ਲੈ ਫੜ ਖਾਲਾ ਤੂੰੜਾ ਆ ਸਾਹਮਣੇ ਮੈਨੂੰ ਹਾਂ ਨੂੰ ਤੇਰੀ ਬਹੁਤ ਸੋਹਣੀ ਆ ਸ਼ੁਕਰ ਹੈ ਨਾਲ ਫਿਰ ਨਵੋ ਚਾਣਾ ਨਾ ਗੱਡੀ ਚਾਹੀਦੀ ਤੇ ਮਗਰ ਨੀ ਤੇਰੇ ਵਰਗੀ ਨਹੀਂ ਹੈਗੀ ਮੈਂ ਬਿਨ ਕੋਚਾ ਕੱਢੂਗੀ ਤੂੰ ਕੱਢਦੀ ਐਂ ਕੋਚਾ ਤਾਂ ਇਹ ਤਾਂ ਤੇਰੀ ਆਤ ਆ ਨੁਕਰੇ ਪਰ ਹਲਵਾਈ ਉਠਾਇਆ ਸੀ ਜੇ ਦੋਤੇ ਨਮਕਾ ਹੈ ਤਾਂ ਵੀ ਸਿੱਖ ਅਠ ਵੱਟ ਕਰੇ ਨਹੀਂ ਨਹੀਂ ਕਈ ਵਾਰੀ ਬਾਹਰ ਲਈ ਮਠਾਈ ਦੇ ਸਟਾਲ ਨਿਕਦੇ ਲੋਕੇ ਮਠਾਉਂਦਾ ਕੁੜੇ ਮਾਨ ਪ੍ਰੀਤੇ ਮਿੰਟੋ ਮਿੰਟ ਜਿੰਨੀ ਮਰਜ਼ੀ ਮਠਾਈ ਖਰੀਦ ਲਾ ਪੈਸਾ ਚਾਹੀਦਾ ਓਹੋ ਮੈਂ ਕਿਹਾ ਬਾਈ ਦਾ ਸਭਾ ਇਹੋ ਜੀ ਆ ਨਹੀਂ ਹੁਣ ਤਾਂ ਮਲਾਵਟਾਂ ਗੀਜੇ ਪਸੰਦਿਆ ਮੈਂ ਨੂ ਦੇ ਕਰਨਾਲੇ ਸੋਨੇ ਲੱਗੇ ਤੈਨੂੰ ਡਿਜ਼ਾਈਨ ਸੋਣ ਵਾ ਕੁੜੇ ਇੰਨਾ ਲ ਤਾਂ ਮੈਂ ਤਾਂ ਨਹੀਂ ਮਾਰਿਆ ਇਸ ਨੂੰ ਨਹੀਂ ਦੇ ਪਾਏ ਤੂੰ ਭਾਈ ਲੈ ਹੋਰ ਹੁਣ ਨੂ ਦੇ ਪੇਕੇ ਨੇ ਪਾਏ ਹੁਣੇ ਆ ਨਾ ਕਰੀ ਜਾਨੀ ਆਪਦਾ ਕਿ ਤੂੰ ਮਾੜੀ ਮੋਟੀ ਸੰਗ ਕਰ ਲ ਨਵੀਂ ਨੂੜੀ ਦਾ ਸੰਗ ਕਰ ਲੈ ਮੇਰੀ ਨਹੀਂ ਮੇਰਾ ਤਾਂ ਪਹਿਲ ਸੁਹਾਈ ਇਹ ਹੋ ਜਾ ਮੈਂ ਤਾਂ ਹਸਣ ਖੇਡਣ ਆਲੀ ਆ ਗੁੱਸਾ ਨਾ ਕਰੀ ਮੇਰਾ ਬਥੇਰੇ ਸੋਹਣੇ ਲੱਗਦੇ ਲੈ ਪਾਰੇ ਪਾਰੇ ਆ ਕਿੰਨੇ ਕਦੇ ਬਣੇ ਸੀ ਨਹੀਂ ਅੱਛਾ ਕਾਫੀ ਪੈਸਾ ਲਾਤਾ ਫਿਰ ਤਾਂ ਤੂੰ ਹੈ ਨਹੀਂ ਤਾਂ ਲੱਗਦਾ ਨਹੀਂ ਚੀਨ ਲਾएंगे ਚਲ ਤੂੰ ਤੂੰ ਕਰ ਤਾ ਜਾ ਪੀ ਲੈ ਮੈਂ ਤਾਂ ਬਾਹਰ ਜਾ ਕੇ ਪੀ ਲਉ ਆਪੇ ਲੈ ਫੜ ਦੋ ਗੱਲਾਂ ਹੋਰ ਕਰ ਲਈ ਚੰਗਾ ਮਾਨਪ੍ਰੀਤ ਚਲ ਬਸ ਆ ਗਈ ਮੈਂ ਵੀ ਚਾਹ ਪੀ ਕੇ ਕੋਈ ਨਹੀਂ ਠੀਕ ਹੈ ਕਰ ਲੋ ਗੱਲਾਂ ਹੋਰ ਬੱਤ ਤੁਹ ਨੂੰ ਦੱਸ ਤਰੇਪੇ ਕਰਨ ਤੇ ਨਹੀਂ ਪਾਇਆ ਹਕਾਂਟੇ ਜੀ ਤੁਸੀਂ ਦੱਸੋ ਤੁਸੀਂ ਠੀਕ ਹੋ ਜੀ ਮੈਂ ਤਾਂ ਠੀਕ ਆ ਚਲੋ ਵਧੀਆ ਵੈਸੇ ਮੈਨੂੰ ਘਾੜੇ ਵਾਲੇ ਦੱਸਿਆ ਨਹੀਂਗਾ ਤੁਸੀਂ ਕੀ ਲੱਗਦੇ ਹੋ ਸਾਡੇ ਮੈਂ ਤਾਂ ਤੁਹਾਡੇ ਗਵੰਡਨ ਆ ਅੱਛਾ ਜਿਹੜੀ ਮੇਰੀ ਸੱਸ ਸੀਗੀ ਨਾ ਉਹ ਭੈਣ ਦੀ ਉਹ ਲੱਗਦੀ ਸੀਗੀ ਤਾਇ ਦੇ ਕੁੜੀ ਸੀਗੀ ਮੈਂ ਤਾਂ ਉਹਨਾਂ ਦੇ ਨੂੰ ਆ ਠੀਕ ਹੈ ਜੀ ਹੂੰ ਚਲੋ ਵਧੀਆ ਕੀ ਤਾਂ ਤੁਸੀਂ ਆਗੇ ਮਾਰਜੇ ਕਰੋ ਗੇੜਾ ਮੈਂ ਤਾਂ ਤੇਰਾ ਜੀਰ ਵੱਖ ਰੱਖਿਆ ਕਰੂੰ ਵਧੀਆ ਠੀਕ ਹੈ ਰੋਟੀ ਖਾਓਗੇ ਤੁਸੀਂ ਨਾ ਮੈਂ ਤਾਂ ਲੱਡੂ ਹੱਕ ਦੇਖਣੀਆਂ ਬਸ ਬਾਹਰ ਜਾ ਚੱਲ ਕਰ ਲੈ ਤੂੰ ਰਾਮ ਤੂੰ ਵੀ ਕਹਿੰਦੀ ਹੋਏਂਗੀ ਲੋਹੀ ਪੀ ਲਿਆ ਇਹਨਾਂ ਨੇ ਹੈਨਾ ਨਹੀਂ ਜੀ ਨਾ ਐਵੇਂ ਕੀ ਤਾਂ ਕੋਈ ਗੱਲ ਨਹੀਂ ਚੱਲ ਚੰਗਾ ਪਤਾ ਕਾਲਾ ਟਿੱਕਾ ਬਾਹਰ ਲਾ ਕੇ ਨਿਕਲੇ ਕਰੀ ਹੋਰ ਨਜ਼ਰ ਨਾਲ ਵਾਲੀ ਬਤਿਹਰੀ ਸੋਹਣੀ ਆ ਤੂੰ ਭੰਡੇ ਮਾਂਜ ਲਾ ਮਮੀ ਜੀ ਹਾਂ ਪੁੱਤ ਮੈਂ ਮਾਂਜ ਦਿੰਨੀ ਤੈਨੂੰ ਨਹੀਂ ਨਹੀਂ ਪੁੱਤ ਮੈਂ ਤਾਂ ਆਪੇ ਕਰ ਲਉ ਹਜੇ ਨਾਲੇ ਮੇਰੀ ਗੱਲ ਸੁਣ ਸਵਾ ਮਹੀਨਾ ਤੱਕ ਨਹੀਂ ਹਜੇ ਦਿਨ ਮੈਂ ਕੰਮ ਕਰ ਲਉਂਦੀ ਠੀਕ ਆ ਨਾ ਜਿੰਨਾ ਚਿਰ ਤੇਰਾ ਚੂੜਾ ਨਹੀਂ ਵਧਾਉਂਦੇ ਫੇਰ ਕੀ ਹੋ ਗਿਆ ਮੋਨ ਨਾ ਨਾ ਪੁੱਤ ਆਪਣੇ ਤੁਸੀਂ ਸਾਈਡ ਤੋਂ ਜੀ ਨਹੀਂ ਪੁੱਤ ਸਾਰੀ ਉਮਰ ਹੀ ਕੰਮ ਹੀ ਕਰਨੀ ਹੈ ਜੀ ਜਾ ਤੂੰ ਆਪ ਦਾ ਅੰਦਰ ਮੇਕਅਪ ਕਰ ਲਾ ਤੇ ਤਿਆਰ ਹੋ ਕੇ ਆ ਬਹਿ ਜਾ ਨਾਲੇ ਆਸ ਪੜੋਸ ਚ ਬੁੜੀਆਂ ਆ ਜਾਂਦੀਆਂ ਨੇ ਠੀਕ ਹੈ ਹਾਂ ਠੀਕ ਹੈ ਮੰਮੀ ਜੀ ਹਾਂ ਠੀਕ ਹੈ ਨਾਮ ਕੋਈ ਨਹੀਂ ਤੁਹਾਡਾ ਨਾਮ ਕੀ ਹੈ ਤੁਹਾਨੂੰ ਪਤਾ ਤਾਂ ਹੈਗਾ ਮੇਰਾ ਨਾਮ ਕੀ ਹੈ ਉਹ ਤਾਂ ਮੈਨੂੰ ਪਤਾ ਹੈ ਕਈ ਵਾਰ ਕੱਚਾ ਨਾਮ ਵੀ ਹੁੰਦਾ ਉਹ ਤੇਰਾ ਨਾਮ ਪੱਕਾ ਤੇ ਕੱਚਾ ਨਾਮ ਕੀ ਹੈ ਤੇਰਾ ਪ੍ਰਵੀਨ ਪ੍ਰਵੀਨ ਇਹ ਕਾਹਦਾ ਨਾਮ ਹੋਇਆ ਮੈਂ ਤਾਂ ਨਾ ਗਲਾਬ ਹੋ ਗਿਆ ਕਰੂੰਗਾ ਗਲਾਬੋ ਨਹੀਂ ਜੀ ਮੈਨੂੰ ਨਹੀਂ ਗਲਾਬ ਹੋਣਾ ਪਸੰਦ ਹੈਗਾ ਤੁਸੀਂ ਮੈਨੂੰ ਪ੍ਰਵੀਨ ਹੀ ਕਿਹਾ ਕਰੋ ਚਲ ਠੀਕ ਹੈ ਫੇਰ ਪ੍ਰਵੀਨ ਕਹੇਗਾ ਹਾਂ ਤੇ ਆਦਾ ਮੁਖੜਾ ਦਿਖਾ ਦੇ ਹੁਣ ਮੈਨੂੰ ਅੱਛਾ ਮੂੰਹ ਦੇਖ ਰਹਾ ਤੁਸੀਂ ਮੇਰਾ ਹੂੰ ਲੈ ਸ਼ਗਨ ਦੋ ਸ਼ਗਨ ਭਾਬੀ ਤੂੰ ਕੁਛ ਲੈਤਾ ਨਹੀਂ ਉਹ ਫਰੀਜ ਦਿਖਾਇਆ ਨਾ ਘਰ ਅਜ ਤੋਂ ਕਦ ਸ਼ਗਨ ਹੁੰਦਾ ਕਮਾਲ ਕਰੀ ਇੰਨੇ ਤੂੰ ਤੇ ਤੇ ਫਿਰ ਮੈਂ ਭਾਬੀ ਨੂੰ ਥੋੜੀ ਨਾ ਕਹਿੰਦੀ ਚੰਗੀ ਲੱਗਦੀ ਹੈ ਮੈਨੂੰ ਸ਼ਗਨ ਦੋ ਤੁਹਾਡੇ ਤੇ ਤਾਂ ਹੱਕ ਮੇਰਾ ਹੈਗਾ ਹੀ ਆ ਲੈ ਸ਼ਗਨ ਦੋ ਪਹਿਲਾਂ ਨਾਲੇ ਪਹਿਲੀ ਵਾਰ ਤੁਸੀਂ ਮੇਰਾ ਫੇਸ ਦੇਖਣਾ ਤਾਂ ਸ਼ਗਨ ਤਾਂ ਬੰਦ ਹੀ ਆ ਉਹ ਐ ਤੇ ਮੈਂ ਤੇਰਾ ਫੋਟੋ ਤਾਂ ਦੇਖਿਆ ਹੋਇਆ ਚਲੋ ਕੋਈ ਗੱਲ ਨਹੀਂ ਫਿਰ ਤੁਸੀਂ ਦੁਬਾਰਾ ਫੋਟੋ ਹੀ ਦੇਖ ਲਓ ਮੇਰੀ ਮੈਨੂੰ ਰਾਂਦੋਂ ਦੇਖਣ ਵਾਲਾ ਜੇ ਪੈਸੇ ਦੀ ਗੱਲ ਲੈ ਲੈ ਪੈਸੇ ਲੈ ਲੈ ਰਾਂਦੋਂ ਤੁਸੀਂ ਨੀ ਨਹੀਂ ਮੈਂ ਤੁਹਾਨੂੰ ਗੁੱਸਾ ਕਰਕੇ ਲੈ ਲੈ ਲਵੋ ਲੈ 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 ਹਾਂ ਹੁਣ ਤੂੰ ਦੱਸ ਆਵੇ ਗਾ ਕਿ ਬੀ ਫੋਨਿਕ ਆਏ ਦੱਸੋ ਮੈਨੂੰ ਨੁਕਸਾਨ ਦਾ ਹਾਂਜੀ ਝੂਠ ਨਹੀਂ ਮਾਰਦੀ ਨਹੀਂ। ਲੈ ਵੀ ਗੱਲ ਹੋ ਗਈ। ਤੇ ਮੇਰੀ ਮਾਂ ਉਹ ਵੀ ਬਹੁਤ ਵਧੀਆ ਸੁਭਾਅ ਦੇ ਨੇ। ਉਹ ਸਾਰੀਆਂ ਕਹਿੰਦੀਆਂ ਤੂੰ ਦੱਸ। ਨਹੀਂ ਜੀ। ਸਾਰੀਆਂ ਨਹੀਂ ਕਹਿੰਦੀਆਂ ਉਹਨਾਂ ਨੂੰ। ਹੂੰ। ਤੇ ਮੈਂ ਹੀ ਕਹਿ ਵੀ ਉਹਨਾਂ ਦਾ ਸੁਭਾਅ ਵਧੀਆ। ਗਵੰਡਣ ਆਈ ਸੀ ਆਪਣੀ। ਹੂੰ। ਉਹ ਕਹਿ ਕੇ ਗਈ ਸੀ ਮੈਨੂੰ ਕਿ ਇਸ ਵਾਰ ਜਮਾਈ ਨਹੀਂ ਵਧੀਆ ਹੈਗਾ। ਤੁਸੀਂ ਕਹਿੰਦੇ ਵੀ ਸਾਰੇ ਕਹਿੰਦੇ ਨੇ ਉਹਨਾਂ ਦਾ ਸੁਭਾਅ ਵਧੀਆ। ਮੈਂ ਤਾਂ ਸਾਰੇ ਕਹਿੰਦੇ ਤੇ ਬਾਪੂ ਬਾਪੂ ਜੀ ਨਾਲ ਤਾਂ ਅੱਜ ਲੈ ਮਿਲੀ ਹੋਈ ਨਹੀਂ ਮਿਲੀ ਨਹੀਂ ਚਾ ਠੀਕ ਹੈ ਕੋਈ ਨਹੀਂ ਮਿਲਨੀ ਉਹਨੂੰ ਵੀ ਤੇ ਹੁਣ ਆਪਾਂ ਬਾਹਰ ਘੁੰਮਣ ਚੱਲੀਏ ਬਾਹਰ ਜਾਣਾ ਕੋ ਮੱਲੀ ਪਰ ਆ ਪੱਕ ਕਰ ਕੀ ਕਵਾਂਗੇ ਕਰ ਕੀ ਕਹਿੰਦੇ ਹੁੰਦੇ ਆਪਾਂ ਇਹ ਘੁੰਮਣ ਜਾਣਾ ਨਾਲ ਬਾਪੂ ਨਾਲ ਗੱਲ ਹੋਈ ਹੋਈ ਹੈ ਆਪਾਂ ਦੋਨਾਂ ਨੇ ਜਾਣਾ ਦਵਾਈ ਘੁੰਮ ਕੇ ਆਵਾਂਗੇ 10 15 ਦਿਨ ਹਾਏ ਮੈਂ ਮਰ ਜਾ ਸੱਚੀ ਤੇ ਹੋਰ ਤੇ ਮੰਮੀ ਜੀ ਤਾਂ ਨਹੀਂ ਕੁਝ ਕਹਿਣਗੇ ਮੰਮੀ ਨੇ ਕੁਝ ਨਹੀਂ ਕਿਹਾ ਉਹ ਤੇ ਆਪ ਕਹਿੰਦੀ ਐ ਕਿ ਤੁਸੀਂ ਜਾਓ ਠੀਕ ਐ ਜੀ ਮੈਂ ਤਿਆਰ ਆ ਤਿਆਰ ਤਿਆਰ ਕਰਦਾ ਮੈਂ ਮੈਂ ਟਿਕਟਾਂ ਬੁੱਕ ਕਰਾ ਕੇ ਆਉਣਾ ਠੀਕ ਐ ਜੀ ਤੇ ਤੇਰਾ ਪਾਸਪੋਰਟ ਮੈਂ ਹੁਣੇ ਜਾਉਂ ਤੈਨੂੰ ਪਾਸਪੋਰਟ ਬਣਿਆ ਹੋਇਆ ਤੇ ਮੈਂ ਤਾਂ ਬਹੁਤ ਟਾਈਮ ਤੋਂ ਬਣਵਾਇਆ ਹੋਇਆ ਚਲ ਆ ਤੇ ਵਧੀਆ ਗੱਲ ਐ ਤੇਰਾ ਪਾਸਪੋਰਟ ਬਣਿਆ ਹੋਇਆ ਨਹੀਂ ਅਪਲਾਈ ਕਰਨਾ ਪੈਂਦਾ ਤਿੰਨ ਚਾਰ ਮਹੀਨੇ ਲੱਗ ਜਾਂਦੇ ਚਲ ਆ ਤੇ ਵਧੀਆ ਗੱਲ ਐ ਜਦੋਂ ਮੈਂ ਪੜਦੀ ਸੀ ਨਾ ਉਹਦੀ ਬਣਵਾਤਾ ਸੀ ਮੰਮੀ ਹੋਰ ਇਹਨੇ ਮੇਰਾ ਪਾਸਪੋਰਟ ਤਾਂ ਚਲਾਤੇ ਵਧੀਆ ਕੀਤਾ ਤੇਰੀ ਮੰਮੀ ਨੇ ਸਿਆਣੀ ਆ ਤੇਰੀ ਮੰਮੀ ਚਲ ਮੈਂ ਹੁਣ ਜਾਣਾ ਤੇ ਮੈਂ ਟਿਕਟਾਂ ਬੁੱਕ ਕਰਾ ਕੇ ਆਉਣਾ ਤੇ ਬਾਪੂ ਨੇ ਕਹਣਾ ਕੱਢ ਪੈਸੇ ਜੇਬ ਕਰ ਹਲਕੀ ਚੰਗਾ ਠੀਕ ਹੈ ਜੀ ਸੱਚੀ ਇਹਨਾਂ ਦਾ ਸੁਭਾਅ ਕਿੰਨਾ ਵਧੀਆ ਛਲ ਕੋਈ ਗੱਲ ਨਹੀਂ ਇਹਨੇ ਟਿਕਟਾਂ ਬੁੱਕ ਕਰਵਾ ਕੇ ਆਂਦੇ ਨੇ ਇਹਨੇ ਮੈਂ ਤਿਆਰੀ ਕਰ ਲੈਣੀ ਆ ਕੱਪੜੇ-ਕੁਪੜੇ ਸਾਮ ਦਿਨੀ ਆ ਜਿਹੜਾ ਵੱਡਾ ਕੰਮ ਸੀ ਉਹ ਮੈਂ ਨਿਭੜ ਗਿਆ ਬਾਪੂ ਤੇਰਾ ਵੱਡਾ ਕੰਮ ਨੇ ਪੜ ਗਿਆ ਨਾ ਹਾਂ ਹੁਣ ਛੋਟਾ ਕੰਮ ਕਰ ਦੇ ਤੂੰ ਹੁਣ ਕੀ ਰਹਿ ਗਿਆ ਹੁਣ ਕੀ ਰਹਿ ਗਿਆ ਤੇਰਾ ਵਾਦਾ ਮੈਂ ਪੂਰਾ ਕਰਤਾ ਤੇ ਹੁਣ ਮੇਰਾ ਵਾਦਾ ਪੂਰਾ ਕਰ ਉਹ ਮੇਰਾ ਵਾਦਾ ਕੀ ਪੂਰਾ ਕਰਤਾ ਤੋਰ ਤੂੰ ਕਹਿੰਦਾ ਵਿਆਹ ਕਰਾ ਲਈ ਤੇ ਘੋਮਿਆ ਤੇ ਹੁਣ ਟਿਕਟਾਂ ਬੁੱਕ ਕਰਾ ਦੇ ਜਾਂ ਮੈਨੂੰ ਦੇ ਪੈਸੇ ਠੀਕ ਆ ਮੈਂ ਜਾਣਾ ਬਾਰਲੇ ਦੇਸ ਕਿਹੜੀਆਂ ਟਿਕਟਾਂ ਕਿਹੜੇ ਵਾਦੇ ਵਿਆਹ ਕਰਾਇਆ ਕੋਲ ਦੁਨੀ ਹੀ ਕਰਾਉਂਦੀ ਐ ਤੂੰ ਕਰਾ ਲੈ ਕੋਈ ਲਾਇਦਾ ਕਰਾ ਰਿਹਾ ਕਮਾਲ ਕਰੀ ਜਾਨਾਗਾ ਲੈ ਬਾਪੂ ਇਹ ਤੇਰੇ ਵਾਸਤੇ ਗਲਤ ਗੱਲ ਐ ਤੂੰ ਮੇਰੇ ਨਾਲ ਮਜ਼ਾਕ ਹੀ ਕਰਦੰਨਾ 24 ਘੰਟੇ ਚੱਲ ਕੋਈ ਗੱਲ ਬਬੂ ਤੂੰ ਮਜ਼ਾਕ ਨਾ ਕਰ ਮੈਨੂੰ ਪੈਸੇ ਦੇ ਹੁਣ ਮੈਂ ਵਿਆਹ ਕਰਾਇਆ ਸੀ ਮਾਦੀ ਲੋਨ ਨੂੰ ਕਰਾਇਆ ਸੀ ਹੁਣ ਤੂੰ ਕਰਾਇਆ ਆਦੀ ਲੋਨ ਨੂੰ ਕਰਾਇਆ ਇਹ ਵਾਦੇ ਖਾਦੇ ਹੁੰਦੇ ਬਾਪੂ ਮੈਨੂੰ ਕੋਈ ਲੋਨ ਨਹੀਂ ਸੀ ਸੋਲੂ ਲੋਨ ਸੀ ਅੱਛਾ ਜੀ ਹਾਂ ਤੇ ਮੈਨੂੰ ਪੈਸੇ ਦੇ ਚੁੱਪ ਕਰਕੇ ਹੁਣ ਜਾਣਾ ਕਿੱਥੇ ਆ ਮੈਂ ਤੇਰਾ ਚਾਟ ਕਰੀ ਜਾਨਾ ਜਾਣਾ ਕਿਤੇ ਬਾਪੂ ਕੈਨੇਡਾ ਤਾਂ ਨੂੰ ਜਾਣਾ ਨਹੀਂ ਬਾਲੇ ਪੈਸੇ ਲੱਗ ਜਾਣਗੇ ਚਲ ਮੈਂ ਦਵਾਈ ਜਾਈ ਇੱਕ ਵਾਰੀ ਸਰਦਾ ਨਹੀਂ ਬਾਪੂ ਸਰਦਾ ਹੁੰਦਾ ਨਾ ਮਦਰ ਕੋਲ ਆਉਂਦਾ ਹੀ ਨਹੀਂ ਸੀ ਚਲੋ ਠੀਕ ਹੈ ਲੈ ਜਾਏਗਾ ਦੋਨੇ ਜਾਵੂਗੇ ਲੈ ਬਾਪੂ ਕਮਾਲ ਕਰੀ ਇਹਨਾਂ ਕਹਿੰਦਾ ਕੱਲਾ ਜਾਇ ਉਹ ਵਿਆਹ ਹੋਇਆ ਮੇਰਾ ਹੁਣ ਨਾ ਮੈਂ ਤਾਂ ਮਾਈਸੀ ਪੁੱਛਦਾ ਕਰ ਲਾ ਵੀ ਕਈ ਕਿਤੇ ਉਹਨੂੰ ਛੱਡ ਕੇ ਨਾ ਵਾਜ ਜੀ ਮੈਂ ਪੁੱਛਣ ਦਾ ਕਾਕਾ ਕਤ ਕੱਲੇ ਕਰਾਏਵੇਂ ਨਹੀਂ ਨਹੀਂ ਬਾਪੂ ਅਸੀਂ ਦੋਨੇ ਜੀ ਜਾਵਾਂਗੇ ਕਿਹੜਾ ਕੀ ਪਤਾ ਨਹੀਂ ਨਾ ਕੋਈ ਕਹੇਗਾ ਕੱਲੇ ਵਾਜ ਉਹਨੇ ਕੀ ਕਰਨਾ ਨਾਲ ਮੈਂ ਤਾਂ ਤਾਂ ਕਹਿਣਾਗਾ ਨਹੀਂ ਬਾਪੂ ਮੈਂ ਹਾਂ ਕਾ ਪਸੰਦਾ ਵਿਕਤ ਕਰਦਾ ਨਾ ਕਰਾਂ ਟਿਕਟ ਕਰਾਉਣੀ ਦੋਨਾਂ ਦੀ ਕਰਾ ਕੇ ਆਈ ਨਾਣਾ ਬਾਪੂ ਦੋਨਾਂ ਦੀ ਕਰਾ ਕੇ ਆਉਂਗਾ ਲੈ ਪੈਸੇ ਦੇ ਹੁਣ ਪੈਸੇ ਲੈ ਜਾ ਉਹ ਚੋਂ ਆਪਣੇ ਚਵਾਰੀ ਚ ਲੈ ਜਾ ਹੁਣ ਕਿਹੜਾ ਤੂੰ ਆ ਕਬੀਦਾਰੀ ਆ ਤੇ ਹੱਥ ਸੰਭਲ ਮੈਂ ਹੁਣ ਕਬੀਦਾਰੀ ਦਾ ਕੀ ਕਰਾਂ ਜਿੰਨੇ ਲੋੜਾ ਲੈ ਜਾ ਚਾਹ ਠੀਕ ਆ ਬਾਪੂ ਚਲੋ ਸੋ ਠੀਕ ਆ ਲੋਕਾਂ ਨੂੰ ਘੁੰਮਣ ਦੇ ਫਿਰਨ ਦੇ ਆਪਾਂ ਵੀ ਸਹੀ ਗੱਲ ਆ ਬਧੀ ਤੁਰ ਫੇਰ ਆਉਣਗੇ ਆਪ ਤੱਕ ਤੇ ਨਹੀਂ ਜਾਂਦੇ ਇਹਨਾਂ ਨੂੰ ਤਾਂ ਵਗ ਜਾਂਦੇ ਜੇ ਕਦੇ ਬਾਹਰ ਜਾਣਗੇ ਫੇਰ ਹੀ ਮਾੜੀ ਮੋਟੀ ਇਕਲਾਊਗੀ ਇਹ ਗੱਲ ਆ ਜਿਵੇਂ ਕਰਦਾ ਹਾਂ ਕੱਲ ਲੈਣ ਦੇ ਨਾਲੇ ਵਿਚਾਰੀ ਉਹ ਜਾਏ ਆਊਗੀ ਇਹ ਆ ਕੀ ਦਾ ਆ ਗਿਆ ਹਣਾ ਹੈਲੋ ਹਾਂਜੀ ਬਾਈ ਜੀ ਐਮ ਸੀ ਰੰਟਾ ਕਿਰਿਆ ਹਸਪਤਾਲ ਜੀ ਠੀਕ ਆ ਜੀ ਠੀਕ ਆ ਜੀ ਠੀਕ ਆ ਉਹਨੇ

ਮੇਰਾ ਨਿਕਰੇ ਜੀ ਲੱਗਣਾ ਮੈਂ ਵੀ ਤੁਹਾਡੇ ਨਾਲ ਹੀ ਜਾਵਾਂਗੇ ਅਸੀਂ ਸੇਪੀ ਆ ਜਾਾਂਗੇ ਕੋਈ ਨਹੀਂ ਕੋਈ ਹਸਪਤਾਲ ਦਾਖਲ ਕਰਤਾ ਕਬਰਾਂ ਵਾਲੀ ਉਹ ਕਹਿੰਦੇ ਕੋਈ ਗੱਲ ਨਹੀਂ ਅਸੀਂ ਸੇਪੀ ਆ ਜਾਾਂਗੇ ਕੋਈ ਗੱਲ ਨਹੀਂ ਚੱਲ ਤੂੰ ਬਹਿ ਜਾ ਪੁੱਤ ਹੰਦਾ ਕੋਈ ਨਹੀਂ ਤੈਨੂੰ ਫੋਨ ਕਰਕੇ ਦੱਸ ਦਾਂ ਕੋਈ ਨਹੀਂ ਕਬਰਾਂ ਨਾ ਤੂੰ ਚੱਲ ਆਉਨੇ ਹੁਣ ਆ ਜਾਾਂਗੇ ਅਸੀਂ ਹਾਏ ਰੱਬਾ ਹੁਣ ਮੈਂ ਕੀ ਕਰਾਂ ਹਾਏ ਰੱਬ ਸੁੱਖ ਰੱਖੇ ਠੀਕ ਠਾਕ ਹੋਣ ਉਹ ਮੈਂ ਕਰਦੀ ਆਂ ਵੀਰੇ ਨੂੰ ਫੋਨ ਕਰਦੀ ਆਂ ਵੀਰੇ ਨੂੰ ਬੁਲਾਉਣੀ ਹੈਗੀ ਓਰੇ ਨਹੀਂ ਮੰਮੀ ਡੈਡੀ ਇਕੱਲੇ ਜਾਣ ਕਿੱਧਰ ਕਿੱਧਰ ਜਾਣਗੇ ਮੈਂ ਤਾਂ ਪਿੰਡ ਦੀ ਕਿਸੇ ਨੂੰ ਜਾਣਦੀ ਵੀ ਨਹੀਂ ਹੈਗੀ ਹਾਂ ਇਹ ਸਹੀ ਰੋਗਾ ਕਰਦੀਆਂ ਫੋਨ ਵੀਰੇ ਨੂੰ ਕੀ ਕਰਾਂ ਮੈਂ ਮੈਨੂੰ ਤਾਂ ਕੁਝ ਸਮਝ ਨਹੀਂ ਆ ਰਿਹਾ ਹਾਂ ਕੇ ਵੀਰੇ ਹਾਂ ਸੱਚੀ ਗੱਲ ਵੀਰੇ ਸੱਚੀ ਗੱਲ ਕੋਈ ਗੱਲ ਨਹੀਂ ਟੈਨਸ਼ਨ ਨਾ ਲੈ ਮੇਰੀ ਮਾਸੜ ਨਾਲ ਗੱਲ ਹੋ ਗਈ ਸੀ ਹੁਣ ਠੀਕ ਨੇ ਹਾਂ ਕੋਈ ਗੱਲ ਨਹੀਂ ਹੌਸਲਾ ਰੱਖ ਉਹ ਤਾਂ ਠੀਕ ਐ ਵੀਰੇ ਮੈਨੂੰ ਤੇ ਸਮਝ ਨਹੀਂ ਆਉਂਦੀ ਘਰੇ ਤਾਂ ਚੰਗੇ ਕੰਮ ਲਈ ਸੀ ਤੇ ਆ ਕੀ ਬਾਣਾ ਵਰਤ ਗਿਆ ਬਸ ਜੋ ਰੱਬ ਨੂੰ ਮਨਜ਼ੂਰ ਹੋਵੇ ਕੀ ਆਰ ਟਾਈਮ ਪੈ ਡ ਜਾਂਦਾ ਵਾਰਦਾ ਅੱਜ ਕੀ ਜਾਣਨੀ ਟੈਨਸ਼ਨ ਨਾ ਲੈ ਲਾਇਆ ਸੀ ਵੀਰੇ ਮੈਂ ਵੀ ਫੋਨ ਪਰ ਡੈਡੀ ਨੇ ਮੇਰਾ ਫੋਨ ਨਹੀਂ ਚੱਕਿਆ ਕੋਈ ਗੱਲ ਨਹੀਂ ਪੈਣੇ ਮੇਰੀ ਗੱਲ ਹੋ ਗਈ ਸੀ ਉਹਨਾਂ ਨਾਲ ਮਾਸਟਰ ਜੀ ਨੇ ਦੱਸਿਆ ਸੀ ਕਿ ਉਹਨਾਂ ਦੀ ਲੱਤ ਦੀ ਫੈਕਚਰ ਆ ਹੁਣ ਉਹਨਾਂ ਨੂੰ ਛੁੱਟੀ ਮਿਲ ਗਈ ਉਹ ਛੇਤੀ ਘਰੇ ਆ ਹੀ ਰਹੇ ਨੇ ਛੇ ਵੀਰੇ ਤੁਹਾਡੀ ਗੱਲ ਹੋਈ ਨੂੰ ਕਿੰਨਾ ਕ ਟਾਈਮ ਹੋ ਗਿਆ ਉਹਨਾਂ ਨਾਲ ਬਸ ਥੋੜਾ ਜਿਹਾ ਪਹਿਲਾਂ ਹੀ ਗੱਲ ਹੋਈ ਆ ਮੇਰੀ ਉਹਨਾਂ ਨਾਲ ਮੈਂ ਫੋਨ ਲਾ ਕੇ ਪੁੱਛਦੀ ਆ ਉਹਨਾਂ ਨੂੰ ਹਲੋ ਹਲੋ ਹਾਂਜੀ ਡੈਡੀ ਜੀ ਕਿਵੇਂ ਨੇ ਹੁਣ ਉਹ ਠੀਕ ਆ ਠੀਕ ਆ ਪੁੱਤ ਬੱਧੀ ਸਭ ਠੀਕ ਆ ਤੂੰ ਐਵੇਂ ਬੇਕਨਣਾ ਕਰ ਬੱਸ ਅਸੀਂ ਆਉਣੇ ਆ ਛੁੱਟੀ ਮਿਲ ਗਈ ਅੱਛਾ ਕਿੱਥੇ ਕਾ ਕੇ ਡੈਡੀ ਜੀ ਤੁਸੀਂ ਬਸ ਆਈ ਜਾਂਦੇ ਪੁੱਤ ਤੂੰ ਟੈਸ਼ਨ ਨਾ ਬਿਲਕੁਲ ਠੀਕ ਆ ਠੀਕ ਆ ਡੈਡੀ ਜੀ ਆਜੋ ਹਾਂ ਕਮਲਾ ਮਾਣ ਆਈ ਕੋ ਗੱਲ ਜੀ ਠੀਕ ਆ ਜੀ ਕੀ ਕਹਿੰਦੇ ਕਿੱਥੇ ਜੇ ਆ ਗਏ ਹੁਣ ਬਸ ਪਹੁੰਚਣ ਵਾਲੇ ਨੇ ਵੀਰੇ ਕੋਈ ਗੱਲ ਨਹੀਂ ਟੈਨਸ਼ਨ ਨਾਲ ਹੈਗੀ ਟੈਨਸ਼ਨ ਤਾਂ ਹੁੰਦੀ ਹੀ ਆ ਕੋਈ ਗੱਲ ਨਹੀਂ ਸੋਚ ਦੇ ਕੀ ਆ ਹੋ ਕੀ ਜਾਂਦਾ ਬਸ ਜੋ ਹੋਣਾ ਹੋਵੇ ਇੰਨਾ ਛੁੱਕ ਰਿਹਾ ਹੈ ਤਾਂ ਲੱਤ ਤੇ ਵੱਜੀ ਆ ਜਿਆਦਾ ਨੁਕਸਾਨ ਨਾ ਹੋ ਗਿਆ ਬਸ ਗੱਲ ਤਾਂ ਸਹੀ ਆ ਵੀਰੇ ਤੁਹਾਡੀ ਹਾਂਜੀ ਸੱਟ ਦਾ ਕੀ ਆ ਸੱਟ ਦਾ ਠੀਕ ਹੋ ਜਾਊਗੀ ਆਗੇ ਵੀਰੇ ਹੋ आ गए जी ਤੁਸੀਂ ਆ ਕੇ ਆ ਕੇ ਪਤਾ ਹੋ ਲਿਆ ਨਾ ਤਾਂ ਖੇਸ ਜਾਲਿਆ ਤੇ ਇੱਕ ਕਪੜਾ ਥੱਲੇ ਧਰਾਂਗੇ ਬੈਠਾ ਬੋਚ ਬੋਚ ਕੇ ਬੈ ਜਾ ਹਾਂ ਲੋ ਕਿਹਾ ਦਰਪਜੇ ਬੈਠ ਮੈਂ ਪਾਣੀ ਲੈ ਕੇ ਹੁਣੀ ਲਾ 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 ਚਲਾ ਲਾਤ ਜੇ ਜਤ ਮਾਰ ਕੇ ਹੋ ਕਰ ਦੋ ਉੱਚਾ ਜਾ ਬਸ 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 ਛੇੜੋ ਨਾ ਇਨਾਂ ਦੁਖਦਾ ਤਾਂ ਨੀਗਾ ਦੁਖਦਾ ਕਰ ਦਿੰਦਾ ਕੋਈ ਨਾ ਨਾ ਛੇੜੇ ਟੀਕੇ ਲੱਗੇ ਹੋਇਆ ਕੋਈ ਗੱਲ ਨਹੀਂ ਛੇੜੋ ਨਾ ਇਹਨੂੰ ਬੜਾ ਓਹੋ ਇਹਦਾ ਸੋਚਿਆ ਵੀ ਨਹੀਂ ਸੀਗਾ ਵੀ ਐ ਹੋ ਜਾਊਗਾ ਇਹਦਾ ਜਾ ਕੇ ਤੇ ਨਹੀਂ ਸੀਗਾ ਇਹਨੇ ਹੁੰਦਿਆ ਪਰਮਾਤਮਾ ਦੀ ਮਰਜ਼ੀ ਆ ਜਿਹੜਾ ਕੁਝ ਕਰਾਉਣਾ ਪਰਮਾਤਮਾ ਹੀ ਕਰਾਉਂਦਾ ਓਏ ਪਾਣੀ ਦਾ ਜਾ ਕੀ ਰਨੇ ਕੋਟ ਕਾਦੇ ਪਾਣੀ ਹੈ ਪਾਣੀ ਪੀਣਾ ਪੁੱਤ ਪਾਣੀ ਪੀ ਲੰਦ ਨਹੀਂ ਨਹੀਂ ਠੀਕ ਜਾਣ ਦੋ ਨਸ਼ੇ ਵਾਲੇ ਠੀਕੇ ਲੱਗੇ ਆ ਦੇ ਹਾਂ ਬਸ ਪੁੱਤ ਤੂੰ ਵੀ ਲੱ ਕੋਈ ਨਹੀਂ ਬਸ ਕੋਈ ਨਾ ਮਨ ਨਾ ਖਰਾਬ ਕਰ ਕੋਈ ਨਾ ਠੀਕ ਹੋ ਜੂ ਵਾਲੀ ਸੱਟ ਨਾਲ ਵਿਚਾਰ ਆ ਗਿਆ ਉਹ ਚਲ ਕੁਛ ਨਹੀਂ ਵਿਗਿਆ ਆ ਨਜ਼ਰਾਂ ਖਾ ਜਾਂਦੀਆਂ ਲੋਕਾਂ ਦੀਆਂ ਉਹ ਰਾਹਲਾ ਕਹਿੰਦਾ ਮੁੰਡਾ ਨਹੀਂ ਵਿਆਹਿਆ ਚੁੱਪ-ਚੁੱਪੀ ਤੇ ਵਿਆਹ ਲਿਆ ਆ ਲੱਗੀ ਮੇਰੇ ਤੇ ਜਵਾਕ ਨੂੰ ਨਜ਼ਰ ਉਹ ਚਲ ਕੋਈ ਹਾਂ ਫਰਮਾਤ ਮੈਂ ਦੇ ਪ੍ਰੋਫੈਸਰ ਕੋ ਸਭ ਕੁਝ ਠੀਕ ਹੋ ਜਾਊਗਾ। ਹੋਰ ਕੀ ਹੈ? ਹਾਈ ਹਾਈ ਨੀ ਪੈਣੇ ਸਿਰ ਫੜੀ ਬੈਠੀ ਹਾਂ। ਨੀ ਪੈਣੇ ਉਸ ਤੈਨੂੰ ਪਤਾ ਹੀ ਆ। ਹਈ ਨੀ ਮੇਰਾ ਤਾਂ ਸਾਹ ਚੜ ਗਿਆ ਨੀ ਮੈਂ ਤਾਂ ਭੱਜੀ ਭੱਜੀ ਆਈ ਗੱਲ ਸੁਣ ਕੇ। ਨੀ ਮੈਂ ਸੁਣਿਆ ਤੰਨੀ ਦਾ ਐਕਸੀਡੈਂਟ ਹੋ ਗਿਆ ਕਿਵੇਂ ਹੋ ਗਿਆ? ਬੱਸ ਬਣੀ। ਉਹੀ ਗੱਲ। ਨਜ਼ਰਾਂ ਲੱਖ ਆ ਗਏ ਆ। ਇਸ ਦਸਾਂ ਦੇ ਨੂੰ ਮਿੰਟੋ ਮਿੰਟ ਪਤਾ ਨਹੀਂ ਕੀ ਕਰੋ ਜੰਗਾਪੜਾ ਟਿਕਟ ਬੁੱਕ ਕਰਾਉਂ ਗਿਆ ਸੀ ਤੋ ਮੈਨੂੰ ਇਹ ਦੱਸ ਉਹਦੇ ਬਾੜੀ 6:00 ਤਾਂ ਨਹੀਂ ਵਜੀ ਬਚਤ ਰਹੇਗੀ ਪਰਮਾਤਮਾ ਨੇ ਹਜੇ ਵੀ ਰੱਖ ਲੈ ਸੱਚੇ ਪਾਤਸ਼ਾਹ ਦਾ ਸ਼ੁਕਰ ਆ ਵਈ ਗੁਰੂ ਦਾ ਐ ਮੈਂ ਤਾਂ ਜਦੋਂ ਜਾ ਕੇ ਦੱਸਿਆ ਨਾ ਘਰੇ ਮੇਰੇ ਤਾਂ ਜਮੀਨ ਹੀ ਨਿਕਲ ਗਈ ਪੈਰਾਂ ਥੱਲੋ ਮੈਂ ਤਾਂ ਇੱਕੇ ਲੱਤ ਭੱਜੀ ਆਈ ਮੈਂ ਕਿਹਾ ਛੇਤੀ ਪਤਾ ਲੈ ਕੇ ਆਵਾਂ ਬਾੜੀ 6:00 ਨਾ ਵਜੀ ਹੋਵੇ ਚੱਲ ਸ਼ੁਕਰ ਤੂੰ ਕਹੀ ਨੀ ਥੋੜੀ ਛੱਟ ਵਜੀ ਕਹਿਣਾ ਤਾਂ ਨਹੀਂ ਚਾਹੀਦਾ ਕੁੜੇ ਅਜੇ ਹੁਣ ਇਤੇਰੇ ਮੁੰਡੇ ਦਾ ਵਿਆਹ ਹੋਇਆ ਸੀਗਾ ਅੱਗੇ ਤੱਕ ਦੇ ਇਹੋ ਜਿਹਾ ਪਾਣਾ ਵਾਪਰਿਆ ਨਹੀਂ ਅ ਮੈਨੂੰ ਤਾਂ ਤੇਰੀ ਨੂੰ ਹੀ ਆ ਪਾ ਗੱਲ ਉਹਦਾ ਕੀ ਕਸੂਰ ਆ ਉਹ ਤਾਂ ਕੱਲ ਵੀ ਇਹੀ ਆਈ ਐ ਗਿਆ ਕਿੱਥੇ ਸੀ ਇਹ ਕਿੱਥੇ ਹੋਇਆ ਐਕਸੀਡੈਂਟ ਟਿਕਟ ਬੁੱਕ ਕਰਨ ਗਿਆ ਸੀ ਟਿਕਟ ਕਾਦੂ ਨਾ ਕੋੜੇ ਨਹੀਂ ਪਾਣੇ ਬਾਹਰ ਜਾਣਾ ਸੀ ਅੱਛਾ ਨਵਾਂ ਨਵਾਂ ਵਿਆਹ ਹੋਇਆ ਕੁਮਣ ਫਿਰਨ ਜਾਣਾ ਹੋਗਾ ਨੂੰ ਨੇ ਭੇਜਿਆ ਹੋਣਾ ਤੇਰੀ ਨੇ ਹਾਂ ਹਾਂ ਲੈ ਫਿਰ ਬੋਕ ਕਰਨੇ ਲਈ ਭੇਜਿਆ ਤਾਂ ਹੀ ਉਹਦਾ ਐਕਸੀਡੈਂਟ ਹੋਇਆ ਹੂੰ ਤੂੰ ਮੰਨ ਦੀ ਨਹੀਂ ਉਹ ਉਹਦੇ ਕਰਕੇ ਨਹੀਂ ਹੋਇਆ ਉਹ ਤਾਂ ਕੱਲ ਆਈ ਹੈ ਭੈਣੇ ਅਸੀਂ ਨੀਂ ਨਾ ਮਹਿਮਾ ਪਰਮਾ ਚ ਹੈਗੇ ਨਾਲੇ ਮੈਂ ਤੈਨੂੰ ਦੱਸਾਂ ਲੈ ਨਾ ਮੰਨ ਫਿਰ ਤੂੰ ਵੈੰਪਰਮ ਤੂੰ ਆਪ ਹੀ ਸੋਚ ਲੈ ਵੀ ਅੱਗੇ ਤਾਂ ਕਦੇ ਹੋ ਜਾ ਕੁਝ ਹੋਇਆ ਨਹੀਂ ਅੱਗੇ ਤਾਂ ਚੰਨੀ ਦੱਖਣ ਪੂਰਬ ਸਾਰਾ ਗਾਇਆ ਹੁੰਦਾ ਸੀ ਅੱਗੇ ਤਾਂ ਕਦੇ ਐਕਸੀਡੈਂਟ ਹੋਇਆ ਨਹੀਂ ਆ ਵੀ ਤੇਰੀ ਗੱਲ ਠੀਕ ਹੈ ਗੱਲਾਂ ਤਾਂ ਵਿਚਾਰਨਯੋਗ ਹੁੰਦੀਆਂ ਭੈਣੇ ਇਹ ਤਾਂ ਆਪਾਂ ਹੀ ਨਹੀਂ ਮੰਨ ਦੇਗੇ ਵੀ ਇਹੋ ਜੱਕਾ ਸ਼ੁੰਦਾ ਨਹੀਂ ਨਹੀਂ ਭੈਣ ਕੀ ਸੋਚਣ ਲੱਗ ਗਈ ਨਹੀਂ ਮੈਂ ਤਾਂ ਸੋਚੀ ਜਾਨੀ ਆ ਭੈਣੇ ਗੱਲ ਤੇਰੀ ਵੀ ਸਹੀ ਹੈ ਅੱਗੇ ਤੱਕ ਇਹਦੇ ਚਰੀਟ ਵੀ ਨਹੀਂ ਵੱਜੀ ਸੀ ਜਵਾਕ ਦੇ ਸੁੱਖ ਨਾਲ ਗੱਭਰੂ ਜਵਾਨ ਹੋ ਗਿਆ ਤੇ ਹੋਰ ਤੂੰ ਨਹੀਂ ਸੋਚਦੀ ਮੇਰੀ ਗੱਲ ਮੈਂ ਤਾਂ ਬਥੇਰਾ ਸਮਝਾਤਾ ਤੈਨੂੰ ਹਣ ਅੱਗੇ ਭੈਣੇ ਤੇਰੀ ਮਰਜ਼ੀ ਗੱਲ ਤੇਰੀ ਠੀਕ ਹੈ ਜਾਂ ਕੋਈ ਇਲਾਜ ਲੱਪਾ ਕਰਾਲਾ ਜਵਾਕ ਦਾ ਜਾਨ ਲਾਜ ਲੱਪੇ ਨੂੰ ਕੀ ਕੋਈ ਕਾਸਰ ਮਾਸਰ ਹੈ ਲਾਜ ਲੱਪੇ ਨੂੰ ਕੀ ਹੈਗਾ ਜਿਹੜਾ ਕੁਝ ਹੋ ਗਿਆ ਫੇਰ ਵੀ ਉਪਰੀਵਾਦ ਆ ਪਤਾ ਨਹੀਂ ਹੁੰਦਾ ਤੇਰੀ ਨੂੰ ਸਖੀ ਪਾਊਡਰ ਜਾਂ ਲਈ ਰੱਖਦੀ ਆ ਕੀ ਪਤਾ ਕੋਈ ਇਹਦੇ ਮਗਰੀ ਚੀਜ਼ ਚੂਜ ਹਾਏ ਹਾਏ ਕੁੜੇ ਨਵੀਆਂ ਨਵੇਲੀਆਂ ਤੇ ਲੱਗੀ ਹੁੰਦੀ ਆ ਮੰਪਰੀ ਤੇ ਕੀ ਕਰਾਂ ਮੈਂ ਤੂੰ ਤਾਂ ਮੈਨੂੰ ਨਵੀਂ ਸੋਚ ਚ ਹੀ ਪਾਤਾ ਭੈਣ ਤੂੰ ਨਹੀਂ ਮੇਰੀ ਗੱਲ ਸੌਂਦੀ ਨਹੀਂ ਸੁਣੀ ਆ ਅੱਗੇ ਤੇਰੀ ਮਰਜ਼ੀ ਆ ਸਮਝਣਾ ਨਾ ਸਮਝਣਾ ਮੈਂ ਤਾਂ ਤੈਨੂੰ ਇੱਕ ਗੱਲ ਬੱਸ 100 ਹੱਥ ਰੱਸਾ ਸਿਰੇ ਤੇ ਕੰਨ ਮੈਂ ਤਾਂ ਤੈਨੂੰ ਸਮਝਾਤੀ ਗੱਲ ਜਿਹੜੀ ਹੈਗੀ ਆ ਆ ਮੈਂ ਦੱਸ ਮੈਂ ਤਾਂ ਚੱਲੀ ਆਪਦੇ ਘਰੇ ਦੇਖ ਲਾ ਤੂੰ ਹੀ ਬੱਸ ਮੈਂ ਜਿਹੜੀ ਗੱਲ ਤੈਨੂੰ ਕਹੀ ਆ ਉਹਦੇ ਤੇ ਗੌਰ ਕਰ ਲਾ ਚੱਲ ਠੀਕ ਆ ਤੇਰੀ ਗੱਲ ਉਦਾਂ ਤੂੰ ਵੀ ਕੋਈ ਕਦੇ ਨਾ ਕਦੇ ਤੇਰੀ ਗੱਲ ਵੀ ਕੋਈ ਉਹ ਹੁੰਦੀ ਆ ਧਾਮ ਹੁੰਦਾ ਕਿਤੇ ਨਾ ਕਿਤੇ ਗੱਲ ਚ ਕੋਈ ਗੱਲ ਦੀ ਠੀਕ ਆ ਫਿਰ ਮੈਂ ਕਦੇ ਧਾਮ ਤੋਂ ਬਿਨਾ ਗੱਲ ਹੀ ਨਹੀਂ ਕੀਤੀ ਕੋਈ ਇਹ ਗੱਲ ਹੈ ਕੋਈ ਨਾ ਕੋਈ ਗੱਲ ਹੋਊਗੀ ਰੀ ਇਹ ਕਹੇਗੀ ਉਹ ਤਾਂ ਇਹ ਚਲਾਕ ਬਥੇਰੀ ਐ ਸਾਰੇ ਆਸਪੜੋਸ ਦੀ ਖਬਰ ਹੁੰਦੀ ਐ ਇਹਨੂੰ ਫਸਲੀ ਗਾ ਦੀ ਸਾਰਿਆਂ ਨੂੰ ਹੁਣੇ-ਹੁਣੇ ਤੁਸੀਂ ਦੇਖ ਕੇ ਹਟੇ ਆਪਣੀਆਂ ਭਾਗਾਂ ਨੂੰ ਪਹਿਲਾ ਭਾਗ ਇਸ ਤੋਂ ਬਾਅਦ ਇਹਦੇ ਹੋਰ ਵੀ ਭਾਗ ਆਉਣਗੇ ਤੁਸੀਂ ਸਾਨੂੰ ਸਪੋਰਟ ਕਰਕੇ ਦੱਸਣਾਗਾ ਕਿਸ ਨੂੰ ਕਹਾ ਕੇ ਇਹ ਚਾਹੀਦੇ ਛੋਟੀ ਸਾਨੂੰ ਸਪੋਰਟ ਦੀ ਬਹੁਤ ਜਰੂਰ ਆ ਤੇ ਇਹ ਜਿਹੜੇ ਵੀਡੀਓ ਪਾਉਣੇ ਆ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ ਤੇ ਜੇ ਤੁਸੀਂ ਸਾਨੂੰ ਸ਼ੇਅਰ ਕਰਕੇ ਦੱਸੋਗੇ ਫੇਰ ਸਾਨੂੰ ਪਤਾ ਲੱਗੂਗਾ ਕਿ ਸਾਡੇ 'ਚ ਕੀ ਕਮੀਆਂ ਫੇਰ ਅਸੀਂ ਆਪ ਇਹਨਾਂ ਜਿਹੜੀਆਂ ਕਮੀਆਂ ਹੁੰਦੀਆਂ ਦੂਰ ਕਰ ਸਕਦੇ ਆ ਬਾਕੀ ਤੁਹਾਨੂੰ ਪਤਾ ਛੋਟੀ سپورਟ ਸਾਨੂੰ ਬਹੁਤ ਆ ਤੇ ਆਪਣੇ ਚਾਰਨਾ ਬਾਹਰ ਤੇ ਤੁਹਾਨੂੰ ਪਤਾ ਹੀ ਹੈ ਪਿਛੇ ਪੈਂਕੀ ਦੇ ਭਾਗ ਚੱਲ ਰਹੇ ਹੈ ਇਹ ਚਾਰਨਾ ਟੀਵੀ ਹੈ ਇਹ ਤੇ ਵੀ ਅਸੀਂ ਭਾਗ ਚਲਾਵਾਂਗੇ ਜਿਵੇਂ ਜਿਵੇਂ ਸਾਨੂੰ ਛੋਟੀ سپورਟ ਮਿਲੀ ਜਾਊ ਉਸ ਤਰ੍ਹਾਂ ਹੀ ਅਸੀਂ ਭਾਗ ਚਲਾਉਂਦੇ ਰਹਾਂਗੇ ਤੇ ਤੁਸੀਂ ਸਾਨੂੰ ਵਧੀਆ سپورਟ ਦਿਓਗੇ ਅਸੀਂ ਵਧੀਆ ਤੇ ਵਧੀਆ ਮੈਸੇਜ ਤੁਹਾਨੂੰ ਦੇਵਾਂਗੇ ਅੱਗੇ ਆਪਣੇ ਆ ਚੰਨੀ ਜੀ ਬੋਲਣਗੇ ਸਾਰਿਆਂ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜਿਸ ਵੀਰ ਨੇ ਭੈਣ ਨੇ ਕਮੈਂਟ ਕੀਤਾ ਉਹਨਾਂ ਦੇ ਨਾਮ ਬੋਲਣ ਲੱਗੇ ਸੁਖਜੀਤ ਕੌਰ ਅਫਤਾਰ ਸਿੰਘ ਮਨਦੀਪ ਸਿੰਘ ਰਵਿੰਦਰ ਸਿੰਘ ਜਸਵਿੰਦਰ ਸਿੰਘ ਜਸਨਦੀਪ ਸਿੰਘ ਤੇ ਅਰਵਿੰਦਰ ਸਿੰਘ ਤੇ ਸੁਖਜਿੰਦਰ ਸਿੰਘ ਤੇ ਮਨਪ੍ਰੀਤ ਸਿੰਘ ਤੇ ਬਲਵਿੰਦਰ ਕੌਰ ਹਰਜਿੰਦਰ ਕੌਰ ਤੇ ਪਰਮੇਸ਼ਰ ਕੁਮਾਰ ਤੇ ਚਾਹਣ ਸਾਹਿਬ ਤੇ ਰੋਮਨ ਚਾਹਣ ਸਾਰਿਆਂ ਦਾ ਧੰਨਵਾਦ ਆਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੇ ਤੁਸੀਂ ਆ ਸਾਨੂੰ ਕਮੈਂਟ ਕਰਦੇ ਹੋ ਨਾ ਪਿੰਡ ਜ਼ਰੂਰ ਲਿਖ ਦਿਆ ਕਰੋ ਜੀ ਨਾ ਅਸੀਂ ਪਿੰਡ ਵੀ ਬੋਲ ਦਿਆ ਕਰਾਂਗੇ ਅੱਗੇ ਆਪਣੇ ਆ ਪ੍ਰਗਟ ਸਿੰਘ ਜੀ ਐ ਹਾਂ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਤੁਸੀਂ ਸਾਨੂੰ ਦੱਸਿਆ ਕਰੋ ਵੀ ਅਸੀਂ ਤੁਹਾਡੇ ਲਈ ਕਿੱਦਾਂ ਦੇ ਕਨਸੈਪਟ ਲੈ ਕੇ ਆਈਏ ਤਾਂ ਜੋ ਅਸੀਂ ਉਦਾਂ ਦੇ ਕਨਸੈਪਟ ਤੇ ਵੀਡੀਓ ਬਣਾ ਸਕੀਏ ਤੇ ਤੁਹਾਨੂੰ ਪਸੰਦ ਆ ਸਕਣ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਜਿਹੜਾ ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਆਈਕਨ ਜ਼ਰੂਰ ਦਬਾ ਪਲੇ ਕਰੋ ਤਾਂ ਕਰਕੇ ਤੁਹਾਡੇ ਤੱਕ ਵੀਡੀਓ ਜਲਦੀ ਪਹੁੰਚ ਸਕਣ